3 ਤਰੀਕ ਨੂੰ ਜਿਹੜਾ ਹੈ ਨਾ ਉਹ ਇੰਦਰਾ ਗਾਂਧੀ ਨੇ ਪੰਜਾਬ ਨੂੰ ਫੌਜ ਦੇ ਹਵਾਲੇ ਕਰਤਾ ਸੀ ਅਤੇ ਸਾਰਿਆਂ ਨੂੰ ਪਤਾ ਸੀ ਇਹ ਸੰਤ ਜੀ ਨੂੰ ਤਕਰੀਬਨ 1 ਮਹੀਨਾ ਪਹਿਲਾਂ ਪਤਾ ਸੀ ਭਾਈ ਅਮਰੀਕ ਸਿੰਘ ਹੋਣਾ ਨੂੰ ਕਿੱਥੇ ਹਮਲਾ ਹੋਣਾ ਕਿਉਂਕਿ ਹਿਮਾਚਲ ਦੇ ਵਿੱਚ ਇੱਕ ਬਣਾ ਕੇ ਨਾ ਦਰਬਾਰ ਸਾਹਿਬ ਦਾ ਮਾਡਲ ਅਤੇ ਉੱਥੇ ਪ੍ਰੈਕਟਿਸ ਕਰਾਈ ਗਈ। ਸੱਚ ਹੈ ਬਹੁਤੇ ਲੋਕ ਇਹ ਵੀ ਕਹਿੰਦੇ ਨੇ ਕਿ ਸੱਚ ਨਹੀਂ ਹੈ ਕਿ ਅਜਿਹਾ ਕੁਝ ਹੋਇਆ, ਉਹ ਤਾਂ ਕਹਿੰਦੇ ਵੀ ਸੰਤ ਜਰਨੈਲ ਸਿੰਘ ਨੂੰ ਗ੍ਰਿਫਤਾਰ ਕਰਨ ਗਈ ਸੀ ਫੌਜ ਅਤੇ ਉੱਤੋਂ ਹਮਲਾ ਕੀਤਾ ਗਿਆ, ਫਿਰ ਸਾਰਾ ਕੁਛ ਇਹ ਵਾਕਿਆ ਹੋਇਆ। ਅਤੇ ਗ੍ਰਿਫਤਾਰ ਤਾਂ ਫਿਰ ਫੌਜ ਨਾਲ ਥੋੜ੍ਹਾ ਕਰਨਾ ਹੈ, ਉਦੋਂ ਬੈਠੇ ਬੜੇ ਰਿਲੈਕਸ ਹੋ ਕੇ ਗੱਲਾਂ ਕਰਦੇ ਹੁੰਦੇ ਸੀ ਅਤੇ ਕਹਿੰਦੇ ਸੀ ਆਹ ਮੇਰੇ ਵਾਲਾ ਪਾਸਾ ਨੀਗਾ ਛੱਡਣਾ, ਇਹ ਤਾਂ ਡਾ ਦੇਣਗੇ ਜਿੱਥੇ ਉਹ ਅਕਾਲ ਤਖਤ ਸਾਹਿਬ ਦੇ ਰਹਿੰਦੇ ਸੀ। ਸੋ ਉਹ ਇਹ ਗੱਲ ਕਹਿੰਦੇ ਸੀ ਲੱਖ ਬੰਦੇ ਦਾ ਘੇਰਾ ਪੈਣਾ। ਤੁਹਾਨੂੰ ਪਤਾ ਕਿਵੇਂ ਲੱਗਾ ਕਿ ਸੰਤ ਜਰਨੈਲ ਸਿੰਘ ਹੋਣਾ ਦੀ ਸ਼ਹੀਦ ਹੋ ਗਏ ਨੇ, ਭਾਈ ਅਮਰੀਕ ਸਿੰਘ ਸ਼ਹੀਦ ਹੋ ਗਏ ਨੇ, ਬਾਬਾ ਠਾਰਾ ਸਿੰਘ ਹੋਣੀ ਸ਼ਹੀਦ ਹੋ ਗਏ ਨੇ, ਇਹ ਸਾਰੇ ਜਿਹੜੇ ਸ਼ਹੀਦੀਆਂ ਹੋਈਆਂ ਇਹ ਪਤਾ ਕਿਵੇਂ ਮੇਨ ਮੇਨ ਦੇ? ਥੋੜ੍ਹਾ ਸ਼ੁਰੂਆਤ ਵੱਲ ਜਾਵਾਂਗੇ ਕਿ ਇਹ ਜਿਹੜਾ ਅਟੈਕ ਹੋਇਆ ਸੀ ਦਰਬਾਰ ਸਾਹਿਬ ਦੇ ਉੱਤੇ ਜਾਂ ਇਹ ਭਾਰਤੀ ਹਕੂਮਤ ਵੱਲੋਂ ਕੀਤਾ ਗਿਆ, ਇਹਦਾ ਮੁੱਢ ਕੀ ਕਹਿ ਸਕਦੇ ਹਾਂ ਵੀ ਕਿੱਥੋਂ ਵੱਜਿਆ ਜੀ? ਸੋ 37 ਜਲੂਸ ਦਿੱਲੀ ਲੈ ਕੇ ਗਏ ਸੀ, ਉੱਥੇ ਇੰਦਰਾ ਗਾਂਧੀ ਆਈ ਸੀ ਔਰ ਇੰਦਰਾ ਗਾਂਧੀ ਦਾ ਆਉਣ 'ਤੇ ਸਾਰਾ ਮੁਲਕ ਉੱਠ ਕੇ ਖੜ੍ਹਾ ਹੋ ਗਿਆ ਔਰ ਸੰਤਾਂ ਕੋਲ ਤੀਰ ਸੀ, ਉਹਨਾਂ ਸੁਲਤਾਨ ਹੋਰ ਸਿੱਧਾ ਕੀਤਾ ਅਤੇ ਦੋ ਜਣੇ ਬੈਠੇ ਰਹੇ, ਇੱਕ ਨੂੰ ਤਾਂ ਬਾਇਆ ਗਿਆ ਅਤੇ ਇੱਕ ਵੈਸੇ ਸੰਤ ਜੀ ਬੈਠੇ ਸੀ। ਧਰਮ ਯੁੱਧ ਮੋਰਚਾ ਹੀ ਅੱਗੇ ਵਧਿਆ ਅਨੰਦਪੁਰ ਸਾਹਿਬ ਦੇ ਜਿਹੜਾ ਮਤਾ ਸੀ ਜਾਂ ਉਹ ਸੀ ਧਰਮ ਯੁੱਧ ਮੋਰਚਾ? ਧਰਮ ਯੁੱਧ ਮੋਰਚਾ ਹੀ ਨਾ ਇਹ ਸ਼ੁਰੂ ਹੋਇਆ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਗ੍ਰਿਫਤਾਰੀ ਤੋਂ। ਜਦੋਂ ਸੰਤ ਕਰਤਾਰ ਸਿੰਘ ਹੋਣਾ ਦਾ ਐਕਸੀਡੈਂਟ ਹੋ ਜਾਂਦਾ, ਉਹ ਕਾਲ ਚਾਲਣਾ ਕਰ ਦਿੰਦੇ ਸੱਚਖੰਡ ਵੱਲ, ਸੱਚਖੰਡ ਚਾਨਣਾ ਕਰ ਦਿੰਦੇ, ਉਸ ਤੋਂ ਬਾਅਦ ਸੰਤ ਜਰਨੈਲ ਸਿੰਘ ਕੋਲੋਂ ਗੱਦੀ ਕਿਵੇਂ ਆਉਂਦੀ ਹੈ? ਇਸ ਜਿਹੜਾ ਸੀ ਉਹ ਮਿਸ ਬਰਾਊਨ ਹੋਸਪਿਟਲ ਸੀ, ਅੱਜ ਕੱਲ੍ਹ ਖਰੇ ਉਹਦਾ ਨਾਂ ਹੋ ਰਸਤਾ ਕੋਈ, ਉੱਥੇ ਰਹਿ ਅਤੇ ਡਾਕਟਰਾਂ ਨੇ ਕਿਹਾ ਵੀ ਇਹ ਬਚ ਸਕਦੇ ਆ, ਅਸੀਂ ਸਾਰੀ ਸੰਗਤ ਨੇ ਕਿਹਾ ਫਿਰ ਬਚਾਓ, ਉਹ ਕਹਿੰਦੇ ਕੇਸ ਕੱਟਣੇ ਪੈਣੇ ਥੋੜ੍ਹੇ ਜਿਹੇ, ਸੱਟ ਲੱਗ ਗਈ ਸੀ ਇੱਕ ਤਰਿਬਜ਼ 'ਤੇ ਲੱਗ ਗਈ ਸੀ ਇੱਕ ਇੱਥੇ ਵੀ ਲੱਗ ਗਈਆਂ ਸੱਟਾਂ, ਅਤੇ ਸੰਤਾਂ ਨੂੰ ਪੁੱਛਿਆ, ਉਹਨਾਂ ਨੇ ਕਿਹਾ ਨਹੀਂ ਮੈਂ ਇੱਕ ਨਾਰਾ ਦਿੱਤਾ ਮੇਰਾ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿੱਧਕ ਨਾ ਜਾਵੇ, ਮੈਂ ਆਪਰੇਸ਼ਨ ਨਹੀਂ ਕਰਾਉਣਾ, ਮੈਂ ਸੱਚਖੰਡ ਨੂੰ ਚਲੇ ਜਾਣਾ, ਔਰ ਚਲੇ ਗਏ। ਜਦੋਂ ਪਹਿਲਾ ਗੋਲਾ ਅਕਾਲ ਤਖਤ ਸਾਹਿਬ 'ਤੇ ਵੱਜਾ, ਉਦੋਂ ਕੀ ਤੁਹਾਨੂੰ ਮਹਿਸੂਸ ਹੋਇਆ, ਕੀ ਮਨ ਦੇ ਵਿੱਚ ਆਇਆ ਕਿ ਇਹ ਕੀ ਵਾਪਰ ਗਿਆ? ਇਹ ਸਾਨੂੰ ਪਤਾ ਸੀ ਵੀ ਸਰਕਾਰ ਦੀ ਖੋਟੀ ਨੀਂਦ ਆ, 1 ਮਹੀਨਾ ਪਹਿਲਾਂ ਪਤਾ ਲੱਗ ਗਿਆ ਵੀ ਹਮਲਾ ਹੋਣਾ ਹੈ। ਉਸ ਤੋਂ ਬਾਅਦ ਸਾਰਾ ਸੰਤ ਸੰਵਾਦ ਜਿਹੜੀ ਦਸਤਾਰ ਸੀ ਉਹ ਭਾਈ ਅਮਰੀਕ ਸਿੰਘ ਨੂੰ ਬਣਦਾ ਸੀ, ਭਾਈ ਅਮਰੀਕ ਸਿੰਘ ਉਹਨਾਂ ਨੇ MA ਕੀਤੀ ਸੀ, PhD ਕਰ ਰਹੇ ਸੀ ਔਰ ਪ੍ਰੋਫੈਸਰ ਲੱਗੇ ਸੀ, ਲੇਕਿਨ ਭਾਈ ਅਮਰੀਕ ਸਿੰਘ ਨੇ ਇਹ ਗੱਲ ਕਹੀ ਵੀ ਜੇ ਤਾਂ ਮੈਂ ਰਿਹਾ ਹੈ ਕਾਲਜ ਦੇ ਵਿੱਚ ਟਕਸਾਲ 'ਚ, ਮੈਂ 1-2 ਸਾਲ ਹੀ ਰਿਹਾ ਸੰਤ ਗੁਰਭਜਨ ਸਿੰਘ ਨਾਲ, ਜੇ ਸਹੀ ਸ਼ਬਦਾਂ 'ਚ ਟਕਸਾਲ ਨੂੰ ਚਲਾਉਣਾ ਹੈ ਨਾ ਫਿਰ ਸੰਤ ਜਰਨੈਲ ਸਿੰਘ ਦੇ। ਹਾਲਾਤ ਕੀ ਸੀ ਉਦੋਂ ਦਰਬਾਰ ਸਾਹਿਬ ਦੇ ਕੰਪਲੈਕਸ ਦੇ? ਹਾਲਾਤ ਤਾਂ ਮੇਰੇ ਖਿਆਲ ਉਦੋਂ ਮਾਵਾਂ ਪੁੱਤਰ ਹੀ ਸੰਭਾਲਦੀਆਂ। ਫਿਰ ਜਦੋਂ ਜੋਧਪੁਰ ਗਏ, ਜੋਧਪੁਰ ਦੀ ਕੀ ਕਹਿਣੀ? ਬਹੁਤ ਸਾਰੇ ਸਿੰਘ ਜੋਧਪੁਰ ਗਏ ਜਿਹਨਾਂ ਨੂੰ ਜੋਧਪੁਰੀ ਕਿਹਾ ਜਾਂਦਾ। ਹਾਂਜੀ, ਕਿ ਉੱਥੋਂ ਫਿਰ ਉੱਥੇ ਤੁਹਾਨੂੰ ਜਾ ਕੇ ਕੁਝ ਸੁੱਖ ਦਾ ਸਾਹ, ਕੁਝ ਆਰਾਮ ਆਇਆ ਉੱਥੇ ਜਾ ਕੇ? ਕਿ ਗੱਲ ਕੀਤੀ ਜਾਵੇ ਕਿ ਜਦੋਂ ਇੰਟੈਰੋਗੇਸ਼ਨ ਤੁਹਾਨੂੰ ਸਭ ਤੋਂ ਵੱਧ ਕਿਹੜੀ ਜੇਲ੍ਹ ਦੇ ਵਿੱਚ ਜਾਂ ਕਿੱਥੇ ਇੰਟੈਰੋਗੇਸ਼ਨ ਸੈਂਟਰ ਦੇ ਵਿੱਚ? ਜਿਉਂ ਜਿਉਂ ਜੂਨ 84 ਦਾ ਮਹੀਨਾ ਚੜ੍ਹਦਾ ਹੈ ਤਾਂ ਸਿੱਖਾਂ ਦੇ ਜ਼ਖਮ ਅੱਲੇ ਹੋ ਜਾਂਦੇ ਨੇ। 1984 ਦੇ ਵਿੱਚ ਜੂਨ ਮਹੀਨੇ ਦੇ ਵਿੱਚ ਭਾਰਤੀ ਹਕੂਮਤ ਨੇ ਸਿੱਖਾਂ ਦੇ ਸਭ ਤੋਂ ਮੁਕੱਦਸ ਸਥਾਨ ਦਰਬਾਰ ਸਾਹਿਬ ਦੇ 'ਤੇ ਹਮਲਾ ਕੀਤਾ, ਅਕਾਲ ਤਖਤ ਸਾਹਿਬ ਢਹਿ ਢੇਰੀ ਕਰ ਦਿੱਤਾ।
ਉਸ ਵਕਤ ਦੇ ਚਸ਼ਮਦੀਦਾਂ ਦੇ ਨਾਲ ਅਸੀਂ ਲਗਾਤਾਰ ਗੱਲਬਾਤ ਕਰ ਰਹੇ ਹਾਂ ਕਿ ਉਹ ਜਿਹੜਾ ਜੂਨ ਮਹੀਨਾ ਸੀ ਉਦੋਂ ਅਰੈਸਟ ਵੀ ਹੋਏ ਬਹੁਤ ਸਾਰੇ, ਉਦੋਂ ਸ਼ਹੀਦੀਆਂ ਵੀ ਹੋਈਆਂ, ਇੱਥੋਂ ਤੱਕ ਕਿ ਛੋਟੇ ਛੋਟੇ ਬੱਚਿਆਂ ਤੱਕ ਦੇ ਗੋਲੀਆਂ ਮਾਰ ਦਿੱਤੀਆਂ ਗਈਆਂ। ਉਹਨਾਂ ਹੀ ਚਸ਼ਮਦੀਦਾਂ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ। ਚੱਲਦਾ ਫਿਰਦਾ ਇਤਿਹਾਸ, ਭਾਈ ਮਨਜੀਤ ਸਿੰਘ ਸਾਡੇ ਨਾਲ ਨੇ, ਸੰਤ ਕਰਤਾਰ ਸਿੰਘ ਭਿੰਡਰਾਂ ਵਾਲਿਆਂ ਦੇ ਪੁੱਤਰ, 13ਵੇਂ ਮੁਖੀ ਦਮਦਮੀ ਟਕਸਾਲ ਦੇ ਸਾਡੇ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਜਿਸ ਤਰੀਕੇ ਨਾਲ ਮੈਂ ਜ਼ਿਕਰ ਕੀਤਾ ਕਿ ਜਿਉਂ ਜਿਉਂ ਜੂਨ ਮਹੀਨਾ ਚੜ੍ਹਦਾ ਹੈ ਸਿੱਖਾਂ ਦੇ ਜ਼ਖਮ ਜਿਹੜੇ ਨੇ ਅੱਲੇ ਹੋ ਜਾਂਦੇ ਨੇ। ਥੋੜ੍ਹਾ ਸ਼ੁਰੂਆਤ ਵੱਲ ਜਾਵਾਂਗੇ ਕਿ ਇਹ ਜਿਹੜਾ ਅਟੈਕ ਹੋਇਆ ਸੀ ਦਰਬਾਰ ਸਾਹਿਬ ਦੇ ਉੱਤੇ, ਜਾਂ ਇਹ ਭਾਰਤੀ ਹਕੂਮਤ ਵੱਲੋਂ ਕੀਤਾ ਗਿਆ, ਇਹਦਾ ਮੁੱਢ ਕੀ ਕਹਿ ਸਕਦੇ ਹਾਂ, ਵੀ ਕਿੱਥੋਂ ਵੱਜਿਆ ਜੀ ਇਹ ਸਾਰਾ? ਇੰਦਰਪ੍ਰੀਤ ਜੀ ਦਾ ਮੁੱਢ ਜਿਹੜਾ ਨਾ, ਉਹ ਐਮਰਜੈਂਸੀ ਤੋਂ ਵੱਜਿਆ ਸੀਗਾ। ਮੇਰੇ ਸਤਿਕਾਰਯੋਗ ਪਿਤਾ, ਜਿਨ੍ਹਾਂ ਦਾ ਜਨਮ ਸਥਾਨ ਗੁਰਦੁਆਰਾ ਖਾਲਸਾ ਦਰਬਾਰ ਭੂਰਾ ਕੋਨਾ ਹੈ, ਉਹ ਦਮਦਮੀ ਟਕਸਾਲ ਦੇ 13ਵੇਂ ਮੁਖੀ ਸਨ। ਐਮਰਜੈਂਸੀ ਲੱਗੀ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਜੇਲ੍ਹਾਂ ਵਿੱਚ ਬੰਦ ਕਰਤੀ ਸੀ, ਜਿਹਦੇ ਵਿੱਚ ਜਹੇਦਾਰ ਮੋਹਨ ਸਿੰਘ ਤੋੜ ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਜਹੇਦਾਰ ਜਗਦੇਵ ਸਿੰਘ ਤਲਵੰਡੀ ਟੌੜਾ ਸਾਹਿਬ ਔਰ ਸਾਰੀ ਲੀਡਰਸ਼ਿਪ ਜਿਹੜੀ ਸੀ ਦਰਜਾ ਬਦਰਜਾ ਸਾਰੀ ਚੁੱਕ ਕੇ ਜੇਲ੍ਹ ਸਿੱਟਤੀ ਸੀਗੀ। ਔਰ ਹਿੰਦੁਸਤਾਨ ਨੂੰ ਇੰਦਰਾ ਗਾਂਧੀ ਨੇ ਜੇਲ੍ਹ ਖਾਨਾ ਬਣਾਤਾ ਸੀ, ਜ਼ਬਾਨ ਬੰਦ ਕਰਤੀ, ਪ੍ਰੈਸ ਦੇ ਵਿੱਚ ਕੋਈ ਖਬਰ ਨਹੀਂ ਹੈ, ਇਲੈਕਟ੍ਰੋਨਿਕ ਮੀਡੀਆ ਤੋਂ ਤਾਂ ਹੈ ਹੀ ਨਹੀਂ ਸੀਗਾ, ਪ੍ਰਿੰਟ ਮੀਡੀਆ ਸੀ ਅਤੇ ਉਹ 'ਚ ਖਬਰਾਂ ਬੰਦ ਕਰਤੀਆਂ ਸਾਰੀਆਂ। ਸੋ ਉਸ ਟਾਈਮ 'ਤੇ ਮੇਰੇ ਪਿਤਾ ਨੂੰ ਸਾਰੀ ਲੀਡਰਸ਼ਿਪ ਨੇ ਕਿਹਾ ਤੁਸੀਂ ਸਾਡੀ ਆਣ ਕੇ ਮੁਲਾਕਾਤ ਕਰੋ ਜੇਲ੍ਹਾਂ 'ਚ। ਸੰਤ ਜੀ ਨੇ, ਸੰਤ ਕਰਤਾਰ ਸਿੰਘ ਜੀ ਸਾਰੀਆਂ ਜੇਲ੍ਹਾਂ 'ਚ ਗਏ ਔਰ ਵਾਰੀ ਵਾਰੀ ਮੁਲਾਕਾਤ ਜਿਹੜੀ ਸੀ ਸਾਰੇ ਲੀਡਰਸ਼ਿਪ ਨਾਲ ਕੀਤੀ। ਅਖੀਰ 'ਤੇ ਫੈਸਲਾ ਇਹ ਹੋਇਆ ਕਿ ਪੰਜ ਸਿੰਘ ਜਿਹੜੇ ਆ ਉਹ ਅਕਾਲ ਤਖਤ ਸਾਹਿਬ ਤੋਂ ਗ੍ਰਿਫਤਾਰੀ ਦੇਣ ਵਾਸਤੇ ਨਹੀਂ ਲੱਭਦੇ, ਅਤੇ ਉਹ ਕਹਿਣ ਲੱਗੇ ਸੰਤਾਂ ਦੇ ਮੋਢਿਆਂ 'ਤੇ ਗੱਲ ਆ ਗਈ। ਹੁਣ ਸੰਤਾਂ ਨੇ ਕਿਹਾ ਫਿਰ ਪਾਰ ਲੰਘ ਜੂਗੀ। ਔਰ ਸੰਤ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਉਦੋਂ 300 ਸਾਲਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਚੱਲ ਰਿਹਾ ਸੀ, ਉਹਨਾਂ ਨੇ ਐਲਾਨ ਕਰਤਾ ਸਾਰਾ ਸਾਲ ਹੀ ਮਨਾਵਾਂਗੇ। ਔਰ ਉਸ ਟਾਈਮ 'ਤੇ ਕੋਈ ਸਾਡੇ ਪਿੰਡ ਦੇ ਵਿੱਚ ਤਾਂ ਮੇਰੇ ਖਿਆਲ ਕੋਈ ਮੋਟਰਸਾਈਕਲ ਵੀ ਹੈ ਨਹੀਂ ਸੀ ਅਤੇ ਸ਼ਾਇਦ ਟਰੈਕਟਰ ਵੀ ਕੋਈ ਨਹੀਂ ਸੀਗਾ, ਲੇਕਿਨ ਉਹਨਾਂ ਨੂੰ ਉਸ ਟਾਈਮ 'ਤੇ ਇੱਕ ਇੱਕ ਦਿਨ ਵਿੱਚ ਘੱਟੋ ਘੱਟ 15-15 ਥਾਵਾਂ 'ਤੇ ਜਾ ਕੇ ਜਿਹੜੀ ਸੀ ਨਾ ਉਹ ਲੋਕਾਂ ਨੂੰ ਸਮਝਾਉਣਾ ਪਿਆ, ਕਥਾ ਕਰਨੀ ਪਈ ਔਰ ਔਰਗਨਾਈਜ਼ ਕਰਨ ਵਾਸਤੇ ਉਹਨੂੰ ਬਹੁਤ ਸਟਰਗਲ ਕਰਨਾ ਪਿਆ, ਸਾਈਕਲਾਂ 'ਤੇ ਵੀ ਚੜ੍ਹਨਾ ਪਿਆ, ਸਾਧਨ ਕੋਈ ਨਹੀਂ ਟਕਸਾਲ ਕੋਲ, ਹੁਣ ਤਾਂ ਸਾਧਨ ਬੜੇ ਹੋ ਗਏ ਸਾਰਿਆਂ ਕੋਲ। ਸੋ ਉਹਨਾਂ ਨੇ ਨਾ 37 ਜਲੂਸ ਕੱਢੇ ਸੀ ਟੋਟਲ, 36 ਪੰਜਾਬ 'ਚ ਕੱਢੇ ਔਰ 37 ਦਿੱਲੀ ਲੈ ਕੇ ਗਏ ਸੀ, ਅਤੇ ਉਹਨਾਂ ਨੇ ਕਿਨਾਰਾ ਦਿੱਤਾ ਸੀ ਮੇਰਾ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿੱਧ ਨਾ ਜਾਵੇ। ਔਰ ਜਦੋਂ ਪੰਜਾਬ 'ਚ ਉਹ ਕੱਢ ਰਹੇ ਸੀ ਅਤੇ ਬੀੜ ਬਾਬਾ ਬੁੱਢਾ ਸਾਹਿਬ ਦਾ ਜੋੜ ਮਿਲਣਾ ਸੀ, ਮੈਂ ਵੀ ਉਦੋਂ ਨਾਵੀਂ 'ਚ ਪੜ੍ਹਦਾ ਸੀਗਾ, ਅਤੇ ਇੰਜ ਲੱਗਦਾ ਸੀ ਵੀ ਅੱਜ ਸੰਤਾਂ ਨੂੰ ਸ਼ਾਮ ਨੂੰ ਫੜ ਲੈਣਗੇ। ਉਹਨਾਂ ਨੇ ਉਸ ਮੇਲੇ 'ਚ ਜਦੋਂ ਬੋਲੇ ਸੰਤ ਬਾਬਾ ਖੜਕ ਸਿੰਘ ਸਾਹਿਬ ਜੀ ਸਨ, ਅਤੇ ਉਹਨਾਂ ਨੇ ਐਮਰਜੈਂਸੀ ਦੇ ਖਿਲਾਫ਼ ਇਹਨਾਂ ਬੋਲਿਆ ਔਰ ਅਖੀਰ 'ਤੇ ਉਹਨਾਂ ਕਹਿ ਤਾ ਵੀ ਅੱਜ ਹੋ ਸਕਦਾ ਮੇਰੀ ਗ੍ਰਿਫਤਾਰੀ ਹੋ ਜਾਵੇ, ਅਤੇ ਬਾਬਾ ਠਾਕਰ ਸਿੰਘ ਮੇਰੇ ਤੋਂ ਬਾਅਦ ਦਮਦਮੀ ਟਕਸਾਲ ਦੇ ਇਹਨਾਂ ਦਾ ਹੁਕਮ ਮੰਨਿਆ ਜੇ। ਲੇਕਿਨ ਉਹਨਾਂ ਨੇ ਇੱਕ ਤਾਂ ਹੱਥ ਮਾਰ ਮਾਰ ਕੇ ਕਿਹਾ ਮੈਂ ਐਮਰਜੈਂਸੀ ਦੇ ਖਿਲਾਫ਼ ਹਾਂ ਔਰ ਮੈਂ ਨਹੀਂ ਰਹਿਣ ਦੇਣੀ ਹਿੰਦੁਸਤਾਨ ਨੂੰ, ਜੇਲ੍ਹ ਖਾਨਾ ਨਹੀਂ ਬੰਦ ਦੇਣਾ, ਲੋਕਲ ਜ਼ਬਾਨ ਨਹੀਂ ਬੰਦ ਹੋਣ ਦੇਣੀ, ਪ੍ਰੈਸ ਦੀ ਆਜ਼ਾਦੀ ਜਿਹੜੀ ਖੋਈ ਗਈ ਹੈ ਇਹ ਨਹੀਂ ਹੋਣ ਦੇਣੀ। ਔਰ ਇੱਕ ਨਾ ਜ਼ਬਰਦਸਤੀ ਫੜ ਕੇ ਅਤੇ ਨਸਬੰਦੀ ਕਰਦੇ, ਉਹਨਾਂ ਕਿਹਾ ਮੈਂ ਸ਼ੇਰਾਂ ਨੂੰ ਜਿਹੜਾ ਨਾ ਉਹਨਾਂ ਦੀ ਨਸਬੰਦੀ ਨਹੀਂ ਹੋਣ ਦੇਣੀ, ਇਹ ਵੀ ਇੱਕ ਉਹਨਾਂ ਦਿਨਾਂ 'ਚ ਇੱਕ ਇਸ਼ੂ ਚੱਲਦਾ ਸੀ। ਸੋ 37 ਜਲੂਸ ਉਹ ਦਿੱਲੀ ਲੈ ਕੇ ਗਏ ਸੀਗੇ, ਉੱਥੇ ਇੰਦਰਾ ਗਾਂਧੀ ਆਈ ਸੀ ਔਰ ਇੰਦਰਾ ਗਾਂਧੀ ਦਾ ਉਹ 'ਤੇ ਸਾਰਾ ਮੁਲਕ ਉੱਠ ਕੇ ਖੜ੍ਹਾ ਹੋ ਗਿਆ।
ਕਿ ਉਹ ਸਾਰਾ ਮੁਲਕ ਖੜ੍ਹਾ ਹੋ ਗਿਆ ਅਤੇ ਸੰਤ ਜੀ ਬੈਠੇ ਹਿਮਾਰਤ ਦੀ ਝੂਰੀ 'ਚ ਅਤੇ ਜਿਹੜਾ ਨਾਲ ਦਾ ਇੱਕ ਬੈਠਾ ਸੀ ਗੁਰੂ ਗ੍ਰੰਥ ਸਾਹਿਬ ਦੀ ਗੋਦ ਵਿੱਚ ਉਹ ਵੀ ਖੜ੍ਹਾ ਹੋਣ ਲੱਗਾ। ਸੰਤਾਂ ਨੇ ਜੱਫਾ ਮਾਰ ਲਿਆ, ਕਹਿੰਦਾ ਤੂੰ ਤਾਂ ਗੁਰੂ ਦਾ ਵਜ਼ੀਰ ਆ, ਤੂੰ ਤਾਂ ਬੈਠਾ ਰਹੋ। ਉਹ ਸੰਤਾਂ ਕੋਲ ਤੀਰ ਸੀ, ਉਹਨਾਂ ਸੁਲਤਾਨ ਹੋਰ ਸਿੱਧਾ ਕੀਤਾ ਅਤੇ ਦੋ ਜਣੇ ਬੈਠੇ ਰਹੇ, ਇੱਕ ਨੂੰ ਤਾਂ ਬਾਇਆ ਗਿਆ ਅਤੇ ਇੱਕ ਵੈਸੇ ਸੰਤ ਜੀ ਬੈਠੇ ਸੀ। ਸੋ ਆ ਗਏ ਉੱਥੇ, ਟਾਈਮ ਸੰਤਾਂ ਦਾ ਕੱਟਤਾ, ਪਿੱਛੇ ਕਰਤਾ। ਰਾਮਲੀਲਾ ਗਰਾਊਂਡ 'ਚ ਬੜਾ ਵੱਡਾ ਕੱਟ ਸੀ, ਉਹ 300 ਸਾਲਾ ਸ਼ਹੀਦੀ ਦਿਨ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ। ਗਿਆਨੀ ਜੈਲ ਸਿੰਘ ਉੱਥੇ ਬੋਲੇ, ਕਹਿਣ ਲੱਗੇ ਵੀ ਇਹ ਜਿਹੜੇ ਅੱਜ ਤੋਂ 300 ਸਾਲ ਪਹਿਲਾਂ ਦਿੱਲੀ ਦਾ ਤਖ਼ਤ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਦਾ, ਅੱਜ ਉਹ ਦਿੱਲੀ ਦਾ ਤਖ਼ਤ ਚੱਲ ਕੇ ਆਇਆ। ਔਰ ਇਸੇ ਤਰ੍ਹਾਂ ਉਹਨਾਂ ਦੂਜੀ ਗੱਲ ਬੋਲੀ ਕਿ ਬੀਬੀ ਨੇ ਸਾਡੇ ਨਾਲ ਰਿਸ਼ਤੇਦਾਰੀ ਪੰਜਾਬ 'ਚ ਮੁੰਡਾ ਮੰਗਿਆ, ਸਾਡੇ ਨਾਲ ਰਿਸ਼ਤੇਦਾਰੀ ਪਾਈ ਆ, ਉਹ ਵੀ ਬੋਲ ਲਿਆ, ਗਰੀਬੀ ਦਾ ਦੱਸਿਆ। ਔਰ ਉਸ ਤੋਂ ਬਾਅਦ ਇੰਦਰਾ ਗਾਂਧੀ ਬੋਲੀ, ਔਰ ਬੋਲ ਕੇ ਤਾਂ ਚਲੇ ਚੱਲੇ ਉਹ। ਸੰਤ ਜੀ ਕਹਿੰਦੇ ਬਹਿ ਜਾਓ ਬੀਬੀ, ਸਾਡੀ ਗੱਲ ਸੁਣ ਕੇ ਜਾਇਓ ਜੇ। ਔਰ ਸੰਤਾਂ ਨੇ ਕਿਹਾ ਕਿ ਗਿਆਨੀ ਜੈਲ ਸਿੰਘ ਨੂੰ ਸੈਂਦ ਇਤਿਹਾਸ ਨਹੀਂ ਗਾਉਂਦਾ, ਔਰ ਅੱਜ ਤੋਂ 300 ਸਾਲ ਪਹਿਲਾਂ ਜਿਹੜੇ ਕਿਰਪਾ ਰਾਮ ਦੀ ਅਗਵਾਈ 'ਚ ਇੱਧਰ ਜੰਮੂ ਕਸ਼ਮੀਰ ਤੋਂ ਪੰਡਿਤ ਆਏ ਸੀ ਨਾ, ਉਹਨਾਂ ਨੇ ਆਣ ਕੇ ਅਨੰਦਪੁਰ ਸਾਹਿਬ ਮੂੰਹ 'ਚ ਘਾ ਲੈ ਕੇ ਬੇਨਤੀ ਕੀਤੀ ਸਾਡਾ ਧਰਮ ਰੁੜਦਾ ਜਾਂਦਾ। ਤਾਂ ਉਸ ਟਾਈਮ 'ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਦਰਬਾਰ ਲੱਗਾ ਸੀ ਅਤੇ ਬੜਾ ਛੰਨਾਟਾ ਛਾਇਆ ਸੀ, ਅਤੇ ਚੋਜੀ ਪ੍ਰੀਤਮ ਕਲਗੀਧਰ ਪਿਤਾ ਜਿਹੜੇ 9 ਸਾਲ ਦੇ ਸੀ ਉਹ ਸਾਰੇ ਉਹ ਆਏ, ਉਹਦੇ ਅਨੰਦਪੁਰ ਸਾਹਿਬ ਤਾਂ ਖੇੜਾ ਰਹਿੰਦਾ, ਅੱਜ ਗੱਲ ਕੀ ਆ। ਉਹ ਕਹਿੰਦੇ ਜਿਨ੍ਹਾਂ ਦਾ ਧਰਮ ਰੁੜਦਾ ਜਾਂਦਾ, ਗੁਰੂ ਗੋਬਿੰਦ ਸਿੰਘ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ। ਕਹਿੰਦੇ ਫਿਰ ਉਹ ਕਹਿੰਦੇ ਉਹ ਕੋਈ ਮਹਾਂਪੁਰਖ ਸ਼ਹੀਦੀ ਦੇਵੇ ਅਤੇ ਇਹ ਮਸਲਾ ਹੱਲ ਹੋ ਸਕਦਾ, ਅਤੇ ਗੁਰੂ ਸਾਹਿਬ ਕਹਿੰਦੇ ਧੜ ਤੋਂ ਵੱਡਾ ਕਿਹੜਾ, ਆਪਦੇ ਬਾਪ ਨੂੰ ਕਹਿਣ ਲੱਗੇ ਜਿਹੜਾ ਦੁਨੀਆਂ ਦੇ ਉੱਤੇ ਇੱਕ ਤਾਰਨ ਵਾਸਤੇ ਆਏ ਸੀ। ਔਰ ਉਸ ਟਾਈਮ 'ਤੇ ਉਹਨਾਂ ਨੇ ਜਾ ਕੇ ਦਿੱਲੀ ਦੇ ਵਿੱਚ ਸ਼ਹੀਦੀ ਦਿੱਤੀ, ਤਿਲਕ ਜੰਜੂ ਰਾਖਾ ਪ੍ਰਵਤਾਕਾ ਕਿਨੋ ਬੜੋ ਕਲੋ ਮੈਂ ਸਾਕਾ। ਉਹ ਕਹਿਣ ਲੱਗੇ ਜੇ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦੀ ਨਾ ਦਿੰਦੇ ਤਾਂ ਬੀਬੀ ਨੇ ਬੁਰਕੇ 'ਚ ਬੰਦ ਹੋ ਕੇ ਆਉਣਾ। ਇਹਨਾਂ ਦੇ ਵੱਡੇ ਵਡੇਰੇ, ਉਹਨਾਂ ਇਤਿਹਾਸ ਆਉਂਦਾ ਸੀ ਉਹਨਾਂ ਦੇ ਇੰਦਰਾ ਗਾਂਧੀ ਦੇ ਪਰਿਵਾਰ ਦੇ ਨਾਲ, ਇਹ ਵੀ ਪੰਡਿਤਾਂ ਦਾ ਪਰਿਵਾਰ ਜੋੜਤਾ ਉਹ ਬੁੜੇ ਚੁਕਾਰੇ ਛੱਡੇ ਸਿੰਘਾਂ ਨੇ। ਉਹ ਕਹਿਣ ਲੱਗੇ ਜੇ ਇਹ ਆਪਣਾ ਰਾਜ ਉਹ ਰਹਿੰਦਾ ਨਾ ਤਾਂ ਬੀਬੀ ਨੇ ਬੁਰਕੇ 'ਚ ਬੰਦ ਹੋ ਕੇ ਆਉਣਾ, ਜਿੰਨੇ ਇਹਦੇ ਸਰੀਰ 'ਤੇ ਵਾਲ ਨੇ ਨਾ, ਜੇ ਉਹਨੇ ਇਹਦਾ ਸਿਰ ਪਰ ਨੇ ਵੀ ਚੱਲ ਚੱਲ ਕੇ ਆਵੇ ਨਾ, ਜਿਸ ਤਰ੍ਹਾਂ ਨਿਆਣੇ ਬਾਜ਼ੀਆਂ ਮਾਰਦੇ, ਕਹਿੰਦੇ ਤਾਂ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਸਹਾਣ ਇਸ ਖਾਨਦਾਨ ਦੇ ਉੱਤੇ ਰਹੂਗਾ। ਬੜੇ ਚੁਕਾਰੇ ਛੱਡ ਲਓ। ਅਗਲੀ ਗੱਲ ਕਹਿਣ ਲੱਗੇ, ਕਹਿੰਦੇ ਆ ਵੀ ਗਿਆਨੀ ਜੀ ਨੇ ਕਿਹਾ ਹੈ ਵੀ ਸਾਡੇ ਪੰਜਾਬ 'ਚ ਮੁੰਡਾ ਮੰਗਿਆ ਹੈ, ਜਿਹੜਾ ਸੰਜੇ ਗਾਂਧੀ ਸੀ ਉਹ ਮੇਨਕਾ ਦੇ ਨਾਲ ਉਹਨਾਂ ਦਾ ਛਾਤੀ ਹੋਈ ਸੀ। ਅਤੇ ਕਹਿੰਦੇ ਅਕਬਰ ਦੇ ਟਾਈਮ 'ਤੇ ਰਾਜਪੂਤ ਧੀਆਂ ਦੇ ਕੇ ਰਾਜ ਕਰਦੇ ਸੀ, ਕਹਿੰਦੇ ਸਿੰਘ ਰਾਜ ਕਰਨਗੇ ਅਤੇ ਗਿਆਨੀ ਜੈਲ ਸਿੰਘ ਜੀ ਖੰਡੇ ਨਾਲ ਰਾਜ ਕਰਨਗੇ, ਧੀ ਦੇ ਕੇ ਰਾਜ ਨਹੀਂ ਕਰਨਾ ਸਿੱਖਾਂ ਨੇ। ਜੇ ਬੀਬੀ ਦੀ ਬੀਬੀ ਹੈਗੀ ਆ ਤਾਂ ਸਾਡੇ ਨਾਲ ਪੰਜਾਬ 'ਚ ਰਿਸ਼ਤਾ ਪਾਵੇ, ਸਾਡਾ ਇਹਦੋਂ ਵੱਧ ਰਿਸ਼ਤਾ ਇਹਨਾਂ ਨੂੰ ਵਧੂਗਾ। ਬੜੇ ਚੁਕਾਰੇ ਛੱਡੇ। ਫਿਰ ਆ ਤਾਂ ਗਰੀਬੀ ਦੀ ਗੱਲ ਹੋਈ ਹੈ, ਇੱਥੇ ਮੈਂ ਤਾਂ ਸਿਰਫ 8 ਦਿਨ ਦਾ ਟਾਈਮ ਮੰਗਦਾ ਹਿੰਦੁਸਤਾਨ ਤੋਂ, ਅਤੇ ਗਰੀਬੀ ਖੰਭ ਲਾ ਕੇ ਉੱਡ ਜੂਗੀ। ਉਹਨਾਂ ਕਿਹਾ ਜਿੰਨਾ ਨਸ਼ਾ ਉਦੋਂ ਆ, ਦੂਜਾ ਹੀ ਨਸ਼ਾ ਸੀ, ਬੀੜੀਆਂ ਅਤੇ ਆ ਜਿਹੜਾ ਚਰਸ, ਤੰਬਾਕੂ, ਸ਼ਰਾਬ, ਗੰਦੀਆਂ ਗੋਲੀਆਂ ਸੀ, ਅੱਡ ਕੈਪਸੂਲ, ਅਤੇ ਉਹ ਕਹਿੰਦੇ 8 ਦਿਨ ਦਾ ਜਿੰਨਾ ਨਸ਼ਾ ਨੇ ਇਹਨੂੰ ਬੰਦ ਕਰਕੇ ਗਰੀਬਾਂ 'ਚ ਵੰਡ ਦਿਓ, ਅਤੇ ਗਰੀਬੀ ਜਿਹੜੀ ਹਿੰਦੁਸਤਾਨ 'ਚੋਂ ਖੰਭ ਲਾ ਕੇ ਉੱਡ ਜੂ, ਨਹੀਂ ਤਾਂ ਮੈਨੂੰ ਫੜ ਲਿਓ ਬਣ ਕੇ, ਨਸ਼ਾ ਬੰਦ ਕਰੋ, ਕਰਪਸ਼ਨ ਬੰਦ ਕਰੋ। ਅਤੇ ਦੂਜੀ ਗੱਲ, ਜਿੱਥੋਂ ਤੀਕਰ ਗਿਆਨੀ ਜੈਲ ਸਿੰਘ ਜੀ ਤੁਹਾਡੀ ਗਰੀਬੀ ਦਾ ਸੰਬੰਧ, ਤੁਸੀਂ ਮਰ ਕੇ ਬੀਬੀ ਦੇ ਘਰ ਜੰਪੋ ਤਾਂ ਤੁਹਾਡੀ ਤਾਂ ਗਰੀਬੀ ਜਿਹੜੀ ਜਾਊ। ਬੜੇ ਚੁਕਾਰੇ ਛੱਡੇ ਲੋਕਾਂ ਨੇ। ਉਹ ਜਿਹੜਾ ਮੋਰਚਾ ਸੀ ਨਾ, ਉਹ ਸਟੇਜ 'ਤੇ ਸੰਤਾਂ ਕਿਹਾ ਮੈਂ ਵਿਰੋਧੀ, ਬੀਬੀ ਆ ਇੱਕ ਤੇ ਹੱਥ ਮਾਰ ਕੇ ਮੈਂ ਵਿਰੋਧੀ, ਐਮਰਜੈਂਸੀ 'ਤੇ ਭਾਵੇਂ ਮੈਨੂੰ ਇੱਥੇ ਫਾਹੇ ਲਾ ਦਿਓ, ਭਾਵੇਂ ਪੁੱਠਾ ਟੰਗ ਦਿਓ, ਭਾਵੇਂ ਗੋਲੀ ਮਾਰ ਦਿਓ, ਮੈਂ ਐਮਰਜੈਂਸੀ ਤੜਾ ਕੇ ਜਾਣਾ। ਐਮਰਜੈਂਸੀ ਟੁੱਟੀ, ਅਕਾਲੀ ਦਲ ਦੀ ਸਰਕਾਰ ਬਣੀ,
ਲੇਕਿਨ ਇੰਦਰਾ ਗਾਂਧੀ ਦੇ ਦਿਮਾਗ 'ਚ ਇੱਕ ਗੱਲ ਕੀੜਾ ਵੜ ਗਿਆ ਵੀ ਸਿੱਖ ਜਿਹੜੇ ਕਿਸੇ ਦੇ ਥੱਲੇ ਲੱਗਦੇ ਨਹੀਂਗੇ। ਗੁੱਸਾ ਵੀ ਹੋਊਗਾ ਉਸ ਗੱਲ ਦਾ ਕਿ ਜਦੋਂ ਮੂੰਹ ਤੇ ਇਹੋ ਜਿਹੀ ਗੱਲ ਬੋਲੀਏ, ਸੱਚ ਧਰਮ ਝੂਠ ਨਾ ਬੋਲੀਏ, ਜੋਗਰ ਦੱਸੇ ਵਾਟ ਮਰੀਦਾਂ ਚੋਂ ਲਈਏ ਸੱਚੀ ਗੱਲ। ਕਿਉਂਕਿ ਜਿਹੜਾ ਗੁਰੂ ਨਾਨਕ ਦਾ ਘਰ ਆ ਨਾ ਅਸਲੀ, ਉਹ ਅਸਲੀ ਸੰਤ ਦੀ ਅਤੇ ਅਸਲੀ ਗੁਰੂ ਦੀ ਕਦੇ ਸਰਕਾਰ ਨਾਲ ਬਣ ਹੀ ਨਹੀਂ ਸਕਦੀ। ਜੇ ਬਣਦੀ ਹੁੰਦੀ ਨਾ ਤਾਂ ਗੁਰੂ ਨਾਨਕ ਸਾਹਿਬ ਜੀ ਬਾਬਰ ਨੂੰ ਜਾਬਰ, ਰਾਜੇ ਨੂੰ ਸ਼ੀਂਹ ਅਤੇ ਮੁਕੱਦਮੇ ਨੂੰ ਕੁੱਤੇ ਨਾ ਕਹਿੰਦੇ, ਠੀਕ ਹੈ ਨਾ। ਔਰ ਪਾਪ ਕੀ ਜੰਜਲੇ ਕਾਬਲੋਤਾ ਆ, ਜੋ ਜੋਰੀ ਮੰਗੇ ਦਾਲ ਆਪਣੇ ਦਾਨ, ਇਹ ਨਾ ਕਹਿੰਦੇ। 1978 ਦਾ ਸਾਕਾ ਵੀ ਉਸ ਤੋਂ ਬਾਅਦ ਜਿਹੜਾ ਸੀ ਨਾ ਰੰਗਕਾਰੀ 1978 ਦਾ ਸਾਕਾ ਸੀ ਜਿਹੜਾ ਹੋ ਗਿਆ। ਮੈਂ ਉਦੋਂ ਮੌਕੇ 'ਤੇ ਹਾਜ਼ਰ ਸੀ ਉੱਥੇ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਪਤਾ ਲੱਗਾ ਵੀ ਇੱਕ ਨਿਰੰਕਾਰੀ ਗੁਰਬਚਨਾ ਆਇਆ ਔਰ ਉਹ ਉੱਚੇ ਪੁਲ ਤੋਂ 7 ਸਿਤਾਰੇ ਬਣਾਏ ਉਹਨਾਂ ਨੇ, ਇੱਥੇ ਤਾਂ 5 ਪਿਆਰੇ ਸੀ ਨਾ, ਉਹਨੇ 7 ਬਣਾ ਲਏ ਇਹ। ਅਤੇ ਉਹ ਇੱਥੇ ਇੱਕ ਆਪਣਾ ਪ੍ਰਸੈਸ਼ਨ ਕੋ ਕੱਢਣ ਡਿਆ ਹੈ ਅਤੇ ਸੰਤਾਂ ਨੂੰ ਉਸ ਟਾਈਮ 'ਤੇ ਉਹਨਾਂ ਨੇ ਦੱਸਿਆ ਆਣ ਕੇ, ਅਤੇ ਸੰਤਾਂ ਨੇ ਮੰਜੀ ਸਾਹਿਬ ਦੀਵਾਨ ਹਾਲ 'ਚ ਆਣ ਕੇ ਬੋਲਿਆ ਉਸੇ ਵੇਲੇ ਕਿਤੇ ਵੀ ਉੱਥੇ ਜੀਵਨ ਸਿੰਘ ਉਬਰਾਨਗਲ ਬੈਠਾ ਇਹ ਜਿਹੜਾ ਉਸ ਟਾਈਮ ਦੇ ਉੱਤੇ ਮਾਲ ਮੰਤਰੀ ਸੀ, ਉਹਨੇ ਕਿਹਾ ਮੰਤਰੀ ਸਾਹਿਬ ਇਹ ਬੰਦ ਕਰੋ, ਤੁਹਾਡੇ ਰਾਜ 'ਚ ਹੋ ਰਿਹਾ ਹੈ। ਜੇ ਤਾਂ ਉਹ ਸਿਆਣਾ ਹੁੰਦਾ ਤਾਂ ਉਹ ਕਹਿੰਦਾ ਵੀ ਕਰਦੇ ਹਾਂ, ਲੇਕਿਨ ਉਹ ਥੋੜ੍ਹਾ ਜਿਹਾ ਉਹ ਵੀ ਪਿੰਡ ਵਾਲਾ ਸੁਭਾਅ ਸੀ ਉਹਨਾਂ ਦਾ ਵੀ ਉਬਰਾਨਗਲ ਸਾਹਿਬ ਦਾ, ਉਹ ਕਹਿਣ ਲੱਗੇ ਮੇਰਾ ਵੱਸ ਨਹੀਂ ਗਾ ਸੰਤ ਜੀ ਹੈਗਾ ਇਹ ਗੱਲ, ਮੇਰੇ ਤੋਂ ਉਹਦਾ ਕੋਈ ਪਟਵਾਰੀ ਜਿਹੜਾ ਹੈ ਉਹਨੂੰ ਜੇ ਬਦਲਾਉਣਾ ਹੈ ਤਾਂ ਉਹ ਬਦਲਾ ਲਓ, ਕੋਈ ਤਹਿਸੀਲਦਾਰ, ਮੈਂ ਤਾਂ ਇਹੋ ਕੰਮ ਆ। ਉਹ ਗੱਲ ਤਾਂ ਸੰਤਾਂ ਨੂੰ ਗਿਲਾ ਆ ਔਰ ਸੰਤਾਂ ਨੇ ਇੱਕ ਜਥਾ ਜਿਹੜਾ ਸੀ ਨਾ ਗੁਰੂ ਰਾਮਦਾਸ ਰਾਮ 'ਚੋਂ ਤਿਆਰ ਕਰਕੇ ਅਤੇ ਉਹਨਾਂ ਨੂੰ ਰੋਕਣ ਵਾਸਤੇ ਭੇਜਤਾ ਔਰ ਉਹ ਜਾਂਦਿਆਂ ਗੋਲੀ ਚੱਲ ਗਈ ਅਤੇ 78 ਦੇ ਵਿੱਚ ਇਹ ਜਿਹੜੇ 13 ਸਿੰਘ ਸੀ ਉਹ ਸ਼ਹੀਦ ਹੋ ਗਏ। ਉਹ ਸਾਕਾ ਸਾਰਿਆਂ ਦੇ ਸਾਹਮਣੇ ਸੀ। ਅੱਛਾ, ਇੱਕ ਐਮਰਜੈਂਸੀ ਦੇ ਦੌਰ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਉਂਦੀ ਹੈ ਸੰਤ ਕਰਤਾਰ ਸਿੰਘ ਹੋਣਾ ਦੀ, ਕਿ ਜਲੂਸ ਕੱਢਣ ਤੋਂ ਉਹਨਾਂ ਨੂੰ ਮਨਾ ਕੀਤਾ ਗਿਆ ਸੀ ਤਾਂ ਉਹਨਾਂ ਕਿਹਾ ਸੀ ਕਿ ਡੀਸੀ ਨੂੰ ਕਿਹਾ ਸੀ ਕਿ ਹੱਥ ਜੋੜ ਕੇ ਪਿੱਛੇ ਖੜ ਦੀ। ਉਹ ਨਿਰੰਜਨ ਸਿੰਘ ਡੀਸੀ ਸੀ ਗੁਰਦਾਸਪੁਰ ਲੱਗਾ ਜਿਹੜਾ ਨਿਰੰਕਾਰੀ ਸੀਗਾ, ਉਹ ਉਹਨੇ ਸੰਤੋਂ ਤੋਂ ਗੁਰਦਾਸਪੁਰ ਦੇ ਪਿੰਡ ਛੈਣ ਠੱਕਰਵਾਲ ਕਿ ਜੱਫਰਵਾਲ ਦੇ ਵਿੱਚ ਸੀਗੇ ਅਤੇ ਉੱਥੋਂ ਇਹ ਨਗਰ ਕੀਰਤਨ ਗੁਰੂ ਹਰਗੋਬਿੰਦਪੁਰ ਸਾਹਿਬ ਤੋਂ ਨਿਕਲਣਾ ਸੀ ਪਰੇ ਨੂੰ। ਉਹਨਾਂ ਨੇ ਬੰਦਾ ਭੇਜਿਆ ਵੀ ਉਹਨਾਂ ਨੂੰ ਆਖੋ ਇੱਧਰ ਦੀ ਮੰਤਰੀ ਨੇ ਲੰਘਣਾ ਅਤੇ ਇਹ ਰਸਤਾ ਰੂਟ ਲੱਗਾ ਅਤੇ ਤੁਸੀਂ ਇੱਧਰ ਦੀ ਨਹੀਂ ਨਿਗਾਉਣਾ। ਉਹਨਾਂ ਨੇ ਕਿਹਾ ਜਲ ਪਾਣੀ ਛਕ ਲਓ, ਚਾਹ ਛਕ ਲਓ ਔਰ ਉਸ ਤੋਂ ਬਾਅਦ ਤੁਹਾਡਾ ਸੁਨੇਹਾ ਆ ਗਿਆ, ਮੇਰਾ ਹੁਣ ਸੁਨੇਹਾ ਜਾ ਕੇ ਉਹਨਾਂ ਨੂੰ ਦੇ ਦਿਆ ਜੀ। ਉਹਨੇ ਕਿਹਾ ਜਾਓ ਡੀ ਸੀ ਨੂੰ ਜਾ ਕੇ ਕਹਿ ਦਿਓ, ਅੱਗੇ ਤਾਂ ਮਤਲਬ ਉਹਦੀ ਕੋਠੀ ਹੈ ਅਗਲੇ ਦਾਦੀ ਨਹੀਂ ਨਿਗਾਉਣਾ, ਹੁਣ ਉਹਦੀ ਕੋਠੀ ਦੀ ਅਗਲੇ ਦਾਦੀ ਨਿਗਾ ਕੇ ਖੜਨਾ, ਰੂਟ ਸਾਈਡ ਉਹ ਹੀ ਆ, ਜੇ ਰੋਕਣਾ ਜ਼ਰੂਰਤ ਸਾਨੂੰ ਰੋਕਣਾ। ਸ਼ਾਮ ਨੂੰ ਉਸੇ ਤਰ੍ਹਾਂ ਉਹ ਨਗਰ ਕੀਰਤਨ ਜਲੂਸ ਜਿਹੜਾ ਗਿਆ ਅਤੇ ਫਿਰ ਡੀ ਸੀ ਦੀ ਕੋਠੀ ਦੇ ਅੱਗੇ ਲੈ ਕੇ ਆਓ, ਉੱਥੇ ਜਾ ਕੇ ਇਹ ਗੱਲ ਕਹੀ ਡੀ ਸੀ ਦੀ ਘੀਸੀ ਹੋਈ ਪਈ ਆ ਉੱਥੇ ਮੌਕੇ 'ਤੇ ਜਾ ਕੇ ਔਰ ਹੋਰ ਬੜੇ ਸ਼ਬਦ ਜਿਹੜੇ ਕਹਿ ਸਕਦੇ ਕਹਿ। ਸੋ ਮੇਰੇ ਕਹਿਣ ਤੋਂ ਭਾਵ ਵੀ ਸੰਤ ਜਿਹੜਾ ਹੁੰਦਾ ਨਾ ਉਹ ਅਸਲੀ ਸੰਤ ਦੀ ਮੈਂ ਗੱਲ ਦੱਸਦਾ, ਜਿਹੜਾ ਘਰ ਕੱਚਾ ਹੋਵੇ ਨਾ ਔਰ ਕੁੱਲੀਆਂ ਦੇ ਵਿੱਚੋਂ ਹਮੇਸ਼ਾ ਕ੍ਰਾਂਤੀ ਨਿਕਲਦੀ ਆ ਅਤੇ ਸੱਚੀ ਗੱਲ ਨਿਕਲਦੀ ਆ, ਮਹਿਲਾਂ 'ਚੋਂ ਨਹੀਂ ਨਿਕਲਦੀ। ਇਤਿਹਾਸ ਜੀ, ਇਤਿਹਾਸ ਨੂੰ ਅੱਗੇ ਵਧਾਵਾਂਗੇ ਕਿ ਜਦੋਂ ਸੰਤ ਕਰਤਾਰ ਸਿੰਘ ਹੋਣਾ ਦਾ ਐਕਸੀਡੈਂਟ ਹੋ ਜਾਂਦਾ, ਉਹ ਕਾਲ ਚਾਲਣਾ ਕਰ ਜਾਂਦੇ ਸੱਚਖੰਡ ਵਾਸੀ, ਸੱਚਖੰਡ ਪਿਆਨਾ ਕਰ ਜਾਂਦੇ ਨੇ, ਉਸ ਤੋਂ ਬਾਅਦ ਸੰਤ ਜਰਨੈਲ ਸਿੰਘ ਕੋਲੋਂ ਗੱਦੀ ਕਿਵੇਂ ਆਉਂਦੀ ਹੈ, ਇਹ ਸਾਰੇ ਇਤਿਹਾਸ ਨੂੰ ਤੁਸੀਂ ਵੇਖੋ। ਸੰਤ ਜੀ ਸੋਲਣ ਜਾ ਰਹੇ ਸੀ ਅਤੇ ਉਸ ਤੋਂ ਪਹਿਲਾਂ ਮਨਸੀਹਾਂ ਤੋਂ ਤੁਰੇ ਸੀ ਉਹ, ਅਤੇ ਸੰਤ ਜੀ ਆਪਣੀ ਜ਼ਿੰਦਗੀ 'ਚ ਇੱਕ ਗੱਲ ਕਰਦੇ ਹੁੰਦੇ ਸੀ ਵੀ ਇਹ ਜ਼ਿੰਦਗੀ ਬਹੁਤ ਵੱਡੇ ਭਾਗਾਂ ਨਾਲ ਮਿਲੀ ਹੈ ਅਤੇ ਜਿੱਥੇ ਜਾਣਾ ਉਹਨੇ ਇੱਕ ਇੱਕ ਦਿਨ 'ਚ 15-15 ਥਾਈਂ ਕਥਾ ਕਰ ਜਾਂਦੇ ਸੀ, 15-15 ਥਾਂ ਬੜੀ ਵੱਡੀ ਗੱਲ ਹੈ। ਔਰ ਮੇਰੇ ਖਿਆਲ 24 ਘੰਟਿਆਂ ਦੇ ਵਿੱਚੋਂ ਉਹਨਾਂ ਨੇ 20-20 ਘੰਟੇ ਜਿਹੜੇ ਉਹ ਖਾਲਸਾ ਪੰਥ ਨੂੰ ਦਿੱਤੇ,
ਕਿਉਂਕਿ ਉਹਨਾਂ ਨੂੰ ਸੰਤ ਗੁਰਭਜਨ ਸਿੰਘ ਨੇ ਕਿਹਾ ਸੀ ਤੁਹਾਡੇ ਕੋਲ 8 ਸਾਲ ਦਾ ਟਾਈਮ ਆ ਸਾਰਾ ਦੱਸ ਗਏ ਪਹਿਲਾਂ। ਸੋ ਉਹ ਵੀ ਉਹਨੇ ਕਿਹਾ ਮੈਂ ਆਪਣੀ ਉਮਰ ਤੁਹਾਨੂੰ ਦੇਣ ਲੱਗਾ ਸੰਤ ਗੁਰਭਜਨ ਸਿੰਘ ਜੀ ਖਾਲਸਾ ਭਿੰਡਰਾਂਵਾਲਾ। ਇੱਥੇ ਹੁਣ ਕਈ ਕਹਿੰਦੇ ਜੀ ਇੱਥੇ ਕਰਾਮਾਤ ਹੈ ਨਹੀਂ ਜੀ, ਇੱਥੇ ਕਈ ਕਾਮਰੇਟ ਲੋਕ, ਕਈ ਸ਼ਰਧਾ ਤੋਂ ਹੀਣੇ, ਕਈ ਦਿਮਾਗ ਤੋਂ ਖਾਲੀ ਲੋਕ ਸੰਤ ਗੁਰਭਜਨ ਸਿੰਘ ਬਾਰੇ ਬਾਣੀਆਂ ਗੱਲਾਂ ਬੋਲਦੇ ਆ, ਔਰ ਕਈ ਸੰਤ ਕਰਤਾਰ ਸਿੰਘ ਬਾਰੇ ਬੋਲਦੇ ਹੋਣਗੇ, ਸੰਤ ਜਰਨੈਲ ਸਿੰਘ ਬਾਰੇ ਬੋਲਦੇ ਆ, ਅਕਾਲ ਤਖਤ ਸਾਹਿਬ ਬਾਰੇ ਬੋਲੀ ਜਾਂਦੇ ਆ ਪਾਗਲ ਲੋਕ, ਔਰ ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਬਾਰੇ ਬੋਲਣਗੇ। ਸ਼੍ਰੋਮਣੀ ਕਮੇਟੀ ਨਹੀਂ ਮਾੜੀ, ਔਰ ਅਕਾਲੀ ਦਲ ਵੀ ਨਹੀਂ ਮਾੜਾ, ਹੋ ਸਕਦਾ ਉਹ 'ਤੇ ਕੋਈ ਬੈਠਾ ਬੰਦਾ ਮਾੜਾ ਹੋ ਸਕਦਾ। ਸੋ ਇਹ ਉਹਨਾਂ ਨੇ ਇਹ ਗੱਲ ਕਹੀ ਜਿਹੜੀ ਆ ਜਿਹੜੀ ਆ ਵੀ ਉਮਰ ਥੋੜ੍ਹੀ ਆ, ਲੇਕਿਨ ਸੰਤਾਂ ਨੇ ਉਹ ਜਿਹੜੇ 8 ਸਾਲ ਸੀ ਉਹਨੂੰ 50 ਸਾਲਾਂ ਵਰਗਾ ਕਰਕੇ ਵਰਤਿਆ, ਔਰ ਉਹਨਾਂ ਦਾ ਜਾਂਦਿਆਂ ਜਾਂਦਿਆਂ ਉੱਥੇ ਐਕਸੀਡੈਂਟ ਹੋ ਗਿਆ ਅਤੇ 1 ਕਿਲੋਮੀਟਰ ਉਹਨਾਂ ਵੀ ਰੁਕੇ ਉਹ ਛਰਲਾ ਮਾਰਨ ਵਾਸਤੇ। ਅਤੇ ਸਾਡਾ ਭਰਾ ਸੀ ਗੁਰਮੁਖ ਸਿੰਘ ਤਾਏ ਦਾ ਲੜਕਾ ਆਪਣੇ ਬਾਪੂ ਰਾਮ ਸਿੰਘ ਦਾ, ਉਹਨਾਂ ਨਾਲ ਗੜਵਈ ਹੁੰਦਾ ਸੀ, ਸੰਤ ਜਰਨੈਲ ਸਿੰਘ ਵੀ ਉਹ ਗੜਵਈ ਸ਼ਹੀਦ ਹੋ ਗਿਆ ਸੀ ਫਿਰ ਉੱਥੇ। ਅਤੇ ਉਹ ਜਦੋਂ ਛਰਲਾ ਮਾਰਿਆ ਅਤੇ ਸੰਤ ਜਿਹੜੇ ਪਹਿਲਾਂ ਵਿੱਚ ਘਰ ਬੈਠੇ ਸੀ ਅਤੇ ਫਿਰ ਸਾਈਡ 'ਤੇ ਬਹਿ ਗਏ, ਉਹ ਕਹਿੰਦਾ ਜੀ ਤੂੰ ਵਿੱਚ ਘਰ ਬਹੁ, ਕਹਿੰਦੇ ਤੇਰੀ ਮਾਂ ਰੋਇਆ ਕਰੂਗੀ। ਉਹ ਸੰਤਾਂ ਦੇ ਉਹਨਾਂ ਨੂੰ ਇਸ ਗੱਲ ਦਾ ਪਤਾ ਸੀ ਐਕਸੀਡੈਂਟ ਹੋਣਾ, ਉਹ ਚਲੋ ਉਹਨਾਂ ਦਾ ਐਕਸੀਡੈਂਟ ਹੋ ਗਿਆ। ਉਹ 13 ਦਿਨ ਉੱਥੇ ਜਿਹੜਾ ਸੀ ਉਹ ਮਿਸ ਬਰਾਊਨ ਹੋਸਪਿਟਲ ਸੀ, ਅੱਜ ਕੱਲ੍ਹ ਖਰੇ ਉਹਦਾ ਨਾਂ ਹੋ ਰਸਤਾ ਕੋਈ, ਉੱਥੇ ਰਹਿ ਅਤੇ ਡਾਕਟਰਾਂ ਨੇ ਕਿਹਾ ਵੀ ਇਹ ਬਚ ਸਕਦੇ ਆ। ਅਸੀਂ ਸਾਰੀ ਸੰਗਤ ਨੇ ਕਿਹਾ ਫਿਰ ਬਚਾਓ, ਉਹ ਕਹਿੰਦੇ ਕੇਸ ਕੱਟਣੇ ਪੈਣੇ ਥੋੜ੍ਹੇ ਜਿਹੇ, ਸੱਟ ਲੱਗ ਗਈ ਸੀ, ਇੱਕ ਤਰਿਬਜ਼ 'ਤੇ ਲੱਗ ਗਈ ਸੀ, ਇੱਕ ਇੱਥੇ ਵੀ ਲੱਗ ਗਈਆਂ ਸੱਟਾਂ। ਅਤੇ ਸੰਤਾਂ ਨੂੰ ਪੁੱਛਿਆ, ਉਹਨਾਂ ਨੇ ਕਿਹਾ ਨਹੀਂ ਮੈਂ ਇੱਕ ਨਾਰਾ ਦਿੱਤਾ, ਮੇਰਾ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿੱਧ ਕਰਨਾ ਜਾਵੇ, ਮੈਂ ਆਪਰੇਸ਼ਨ ਨਹੀਂ ਕਰਾਉਣਾ, ਮੈਂ ਸੱਚਖੰਡ ਨੂੰ ਚਲੇ ਜਾਣਾ, ਔਰ ਚਲੇ ਗਏ। ਉਸ ਤੋਂ ਬਾਅਦ ਸਾਰਾ ਸੰਤ ਸਮਾਜ ਜਿਹੜੀ ਦਸਤਾਰ ਸੀ ਉਹ ਭਾਈ ਅਮਰੀਕ ਸਿੰਘ ਨੂੰ ਬੰਨਦਾ ਸੀ। ਭਾਈ ਅਮਰੀਕ ਸਿੰਘ ਉਹਨਾਂ ਨੇ MA ਕੀਤੀ ਸੀ, PhD ਕਰ ਰਹੇ ਸੀ ਔਰ ਪ੍ਰੋਫੈਸਰ ਲੱਗੇ ਸੀ, ਲੇਕਿਨ ਭਾਈ ਅਮਰੀਕ ਸਿੰਘ ਨੇ ਇਹ ਗੱਲ ਕਹੀ ਵੀ ਜੇ ਤਾਂ ਮੈਂ ਰਿਹਾ ਹੈ ਕਾਲਜ ਦੇ ਵਿੱਚ ਟਕਸਾਲ 'ਚ, ਮੈਂ 1-2 ਸਾਲ ਹੀ ਰਿਹਾ ਸੰਤ ਗੁਰਭਜਨ ਸਿੰਘ ਨਾਲ, ਜੇ ਸਹੀ ਸ਼ਬਦਾਂ 'ਚ ਟਕਸਾਲ ਨੂੰ ਚਲਾਉਣਾ ਨਾ ਫਿਰ ਸੰਤ ਜਰਨੈਲ ਸਿੰਘ ਦੇ ਦਿਓ। ਇਹ ਬਾਣੀ ਪੜ੍ਹਨ ਵਾਲੇ ਆ, ਔਰ ਇਹਨਾਂ ਦੇ ਭਰਾ ਬਣੇ ਸੀ ਧਰਮ ਦੇ। ਉਹ ਸੰਤ ਜਰਨੈਲ ਸਿੰਘ ਹੁਣ ਸੰਤ ਕਰਤਾਰ ਸਿੰਘ ਹੁਣਾਂ ਦਾ ਕਿਵੇਂ ਦਾ ਮੇਲਜੋਲ ਟਕਸਾਲ 'ਚ ਨਹੀਂ ਦੇਖਣਾ, ਸੰਤ ਗੁਰਭਜਨ ਸਿੰਘ ਤੋਂ ਲੈ ਕੇ ਅਤੇ ਸੰਤ ਕਰਤਾਰ ਸਿੰਘ ਹੁਣਾਂ ਦੇ ਨਾਲ ਟਕਸਾਲ 'ਚ ਰਹਿੰਦੇ ਸੀ, ਔਰ ਉਹਨਾਂ ਦਾ ਜੀਵਨ ਜਿਹੜਾ ਸੀ ਸੰਤ ਜਰਨੈਲ ਸਿੰਘ ਦਾ ਜੀਵਨ ਜਿਹੜਾ ਸੀ ਉਹ 100-100 ਪਾਠ ਕਈ ਵਾਰ ਜਪਜੀ ਸਾਹਿਬ ਦਾ ਜਦੋਂ ਉਹ ਕੱਟਦੇ ਸੀ ਚਰੀਸਾ, ਉਹਦਾ ਚਰੀਸਾ ਕੱਟਿਆ ਹਜ਼ੂਰ ਸਾਹਿਬ, ਮੇਰਾ 1-2-3 ਚਰੀਸੇ ਕੱਟੇ ਸੀ, ਇੱਕ ਚਰੀਸਾ ਨੇ ਭਾਈ ਅਮਰੀਕ ਸਿੰਘ ਉਹਨਾਂ ਨੂੰ ਵੀ ਕਟਾਇਆ ਸੀਗਾ। ਸੋ ਉਹਨਾਂ ਦਿਨਾਂ ਦੇ ਵਿੱਚ ਉਹ 101-101 ਪਾਠ ਜਪਜੀ ਸਾਹਿਬ ਦਾ ਕਰ ਲੈਂਦੇ ਸੀ, ਬਾਕੀ ਨਿਤਨੇਮ ਤੋਂ ਵੱਖਰਾ। ਸੋ ਗੁਰਬਾਣੀ ਔਰ ਉਹਨਾਂ ਦੀ ਜਿਹੜੀ ਪੜ੍ਹਨੀ ਅਤੇ ਗੁਰਬਾਣੀ ਅਤੇ ਕਮਾਂਡ, ਸੰਤ ਕਰਤਾਰ ਸਿੰਘ ਨੇ ਤਾਂ ਬਹੁਤ ਪੜ੍ਹੇ ਲਿਖੇ ਸੀ ਨਾ, ਮਤਲਬ FA ਕੀਤੀ ਸੀ ਅਤੇ ਬੜਾ ਚਲੰਤ ਸੀ ਉਹਨਾਂ ਦਾ ਪਾਠ, ਲੇਕਿਨ ਸੰਤ ਜਰਨੈਲ ਸਿੰਘ ਸਕੂਲੇ ਘੱਟ ਪੜ੍ਹੇ, 4-5 ਮਤਾਂ ਹੀ ਪੜ੍ਹੇ ਸੀ, ਲੇਕਿਨ ਉਹਨਾਂ ਦਾ ਟਕਸਾਲ 'ਚ ਰਹਿ ਕੇ ਅਤੇ ਉਹਨਾਂ ਦਾ ਵੀ ਗੁਰਬਾਣੀ ਦੇ ਉੱਤੇ ਬਹੁਤ ਜ਼ਿਆਦਾ ਤਜਰਬਾ ਔਰ ਅਰਥ ਸਾਰਾ ਕੁਛ ਹੈਗਾ। ਭਾਈ ਅਮਰੀਕ ਸਿੰਘ ਉਹਨਾਂ ਨੇ ਕਿਹਾ ਸੀ ਕਿ ਸੰਤ ਜਰਨੈਲ ਸਿੰਘ ਉਹਨਾਂ ਨੂੰ, ਭਾਈ ਅਮਰੀਕ ਸਿੰਘ ਮੇਰੇ ਨਾਲ ਵੀ ਸਲਾਹ ਹੋਈ, ਮੈਂ ਛੋਟਾ ਜਿਹਾ ਸੀ, ਮੇਰੀ ਮਾਤਾ ਨਾਲ ਵੀ ਹੋਈ, ਸਾਰਾ ਸੰਤ ਸਮਾਜ ਸਾਡਾ ਨਾਰਾਜ਼ ਹੋਇਆ ਸੀ ਵੀ ਤੁਸੀਂ ਪੱਗ ਕਿਉਂ ਨਹੀਂ ਬਣਾਈ, ਲੋਕ ਤਾਂ ਪਿੰਡ ਦੀ ਨੰਬਰਦਾਰੀ ਨਹੀਂ ਛੱਡਦੇ। ਅੱਜ ਵੇਖੋ ਭਾਵੇਂ ਕੋਈ ਸੰਤ, ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ, ਮੈਂ ਵੀ ਸੰਤ ਪਰਿਵਾਰ 'ਚੋਂ ਹਾਂ, ਪਰ ਕਈ ਇੱਥੇ ਇਹੋ ਜਿਹੇ ਗਾਂ ਉਹਨਾਂ ਦੇ ਬੇਟੇ ਬਣ ਕੇ ਜਿਹੜੇ ਨਸ਼ਾ ਖਾਂਦੇ ਆ, ਇਹ ਉਹਨਾਂ ਲੀਆਂ 'ਚ ਆ ਕੇ ਮੈਂ ਹੁਣ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਮੈਂ ਮਾਫ਼ੀ ਮੰਗਦਾ, ਕਹਿਣਾ ਨਹੀਂ ਚਾਹੀਦਾ, ਪਰ ਯੋਗ ਬੰਦੇ ਨੂੰ ਅਗਵਾਈ ਮਿਲੂਗੀ। ਅੱਜ ਜਿਹੜੀ ਪੰਥ ਦੇ ਵਿੱਚ ਗਿਰਾਵਟ ਆ ਗਈ ਆ ਨਾ, ਉਹ ਇਹੋ ਹੀ ਆ ਵੀ ਯੋਗ ਬੰਦਿਆਂ ਨੂੰ ਖਾਲਸਾ ਪੰਥ ਦੀ ਗਵਾਈ ਜਿਹੜੀ ਨਹੀਂ ਮਿਲ ਰਹੀ, ਉਹ ਸੱਚੀ ਗੱਲ ਕਹਿਣ ਵਾਲਿਆਂ ਨੂੰ ਗਵਾਈ ਨਹੀਂ ਮਿਲ ਰਹੀ, ਬਾਣੀ ਵਾਲਿਆਂ ਨੂੰ
ਅਤੇ ਬਾਣੇ ਵਾਲਿਆਂ ਨੂੰ ਅਗਵਾਈ ਨਹੀਂ ਮਿਲ ਰਹੀ, ਕਿਉਂਕਿ ਉਹੀ ਅਗਵਾਈ ਕਰੂ ਜਿਹਦੇ ਕੋਲ ਬਾਣੀ ਆ, ਜਿਹਦੇ ਕੋਲ ਬਾਣਾ ਹੈ, ਜਿਹਦੇ ਕੋਲ ਸੱਚ ਆ, ਔਰ ਜਿਹਦੇ ਕੋਲ ਆਪਣੇ ਨਿਮਰਤਾ ਹੈ, ਜਿਹੜਾ ਬੰਦਾ ਦੂਰਦ੍ਰਿਸ਼ਟੀ ਵਾਲਾ ਉਹ ਚਲਾਊਗਾ। ਜੂਨ 1984 ਤੇ ਆਉਂਦੇ ਹਾਂ ਕਿ ਤੁਸੀਂ ਉਸ ਵਕਤ ਦਰਬਾਰ ਸਾਹਿਬ ਦੇ ਵਿੱਚ ਮੌਜੂਦ ਸੀ, ਉਸ ਵਕਤ ਤੁਹਾਡੇ ਭਰਾ ਸ਼ਹੀਦ ਭਾਈ ਅਮਰੀਤ ਸਿੰਘ ਹੋਣੀ ਉੱਥੇ ਮੌਜੂਦ ਸੀ, ਸਰ ਜਰਨੈਲ ਸਿੰਘ ਹੋਣੀ ਮੌਜੂਦ ਸੀ ਉੱਥੇ। ਕੀ ਵਾਕਿਆ ਸੀ 1 ਜੂਨ ਤੋਂ ਲੈ ਕੇ 6 ਜੂਨ ਤੱਕ ਦਾ? ਦੇਖੋ, 1 ਤਰੀਕ ਨੂੰ ਗੋਲੀ ਚੱਲੀ ਸੀ ਜਦੋਂ ਉਹ CRP ਨਾਲ ਚੱਲੀ ਸੀ ਗੋਲੀ, ਉਹ 'ਚ ਭਾਈ ਮਹਿੰਗਾ ਸਿੰਘ ਸ਼ਹੀਦ ਹੋ ਗਏ ਸੀ ਜਿਹੜੇ ਬੱਬਰ ਖਾਲਸਾ ਦੇ। 7 ਘੰਟੇ ਗੋਲੀ ਚੱਲੀ ਸੀ ਅਤੇ ਉਹਨਾਂ ਦਾ ਅਸੀਂ 1 ਤਰੀਕ ਨੂੰ ਆ ਬਾਬਾ ਟੱਲ ਰਾਏ ਜੀ ਉਹਨਾਂ ਦਾ ਸ਼ਹੀਦੀ ਅਸੀਂ ਮਨਾ ਕੇ ਗਏ, ਸ਼ਹੀਦੀ ਜਿਹੜੀ ਮਨਾ ਕੇ ਆਏ। ਔਰ 3 ਤਰੀਕ ਨੂੰ ਜਿਹੜਾ ਹੈ ਨਾ ਉਹ ਇੰਦਰਾ ਗਾਂਧੀ ਨੇ ਪੰਜਾਬ ਨੂੰ ਫੌਜ ਦੇ ਹਵਾਲੇ ਕਰਤਾ ਸੀ ਅਤੇ ਸਾਰਿਆਂ ਨੂੰ ਪਤਾ ਸੀ, ਇਹ ਸੰਤ ਜੀ ਨੂੰ ਤਕਰੀਬਨ 1 ਮਹੀਨਾ ਪਹਿਲਾਂ ਪਤਾ ਸੀ ਭਾਈ ਅਮਰੀਕ ਸਿੰਘ ਨੂੰ ਇੱਥੇ ਹਮਲਾ ਹੋਣਾ, ਕਿਉਂਕਿ ਹਿਮਾਚਲ ਦੇ ਵਿੱਚ ਇੱਕ ਬਣਾ ਕੇ ਨਾ ਦਰਬਾਰ ਸਾਹਿਬ ਦਾ ਮਾਡਲ ਅਤੇ ਉੱਥੇ ਪ੍ਰੈਕਟਿਸ ਕਰਾਈ ਗਈ। ਸੱਚ ਹੈ, ਬਹੁਤੇ ਲੋਕ ਇਹ ਵੀ ਕਹਿੰਦੇ ਨੇ ਕਿ ਸੱਚ ਨਹੀਂ ਹੈ ਕਿ ਅਜਿਹਾ ਕੁਝ ਹੋਇਆ, ਉਹ ਤਾਂ ਕਹਿੰਦੇ ਵੀ ਸੰਤ ਜਰਨੈਲ ਸਿੰਘ ਨੂੰ ਗ੍ਰਿਫਤਾਰ ਕਰਨ ਗਈ ਸੀ ਫੌਜ ਅਤੇ ਉੱਤੇ ਹਮਲਾ ਕੀਤਾ ਗਿਆ, ਫਿਰ ਸਾਰਾ ਕੁਛ ਇਹ ਵਾਕਿਆ ਹੋਇਆ। ਅਤੇ ਗ੍ਰਿਫਤਾਰ ਤਾਂ ਫਿਰ ਫੌਜ ਨਾਲ ਥੋੜ੍ਹਾ ਕਰਨਾ ਹੈ, ਗ੍ਰਿਫਤਾਰੀ ਤਾਂ ਉਹਨਾਂ ਦੀ ਹੋਈ ਸੀ, ਗ੍ਰਿਫਤਾਰੀ ਤਾਂ ਉਹਨਾਂ ਦੀ ਹੋਈ ਸੀ ਜਦੋਂ ਉਹ ਫਿਰੋਜ਼ਪੁਰ ਜੇਲ੍ਹ 'ਚ ਰਹੇ, ਫਿਰ ਸਰਕਾਰ ਨੇ ਛੱਡਿਆ ਉਹਨਾਂ ਨੂੰ, ਕਿਉਂ ਸਰਕਾਰ ਨੇ ਛੱਡਿਆ ਸੀ ਬਾਅਦ 'ਚ ਉਹਨਾਂ ਨੂੰ, ਗ੍ਰਿਫਤਾਰੀ ਉਹਨਾਂ ਦੀ ਹੋਈ ਸੀ ਇੱਕ ਮਰਡਰ ਕੇਸ ਦੇ ਵਿੱਚ, ਇੱਕ ਸਮੂਹ ਦਾ ਹੈਗਾ ਸੀ ਜਿਹੜੇ ਆਡੀਟਰ ਸੀ ਉਹਨਾਂ ਦੇ ਕਤਲ ਦੇ ਕੇਸ 'ਚ, ਮੈਂ ਇੱਥੇ ਉਹ ਕਹਿਣਾ ਨਹੀਂ ਚਾਹੁੰਦਾ। ਬਿਲਕੁਲ, ਲੇਕਿਨ ਇਹ ਆ ਵੀ ਉਹਨਾਂ ਨੂੰ ਉਸ ਤੋਂ ਬਾਅਦ ਛੱਡਤਾ ਸੀ, ਜੇ ਗ੍ਰਿਫਤਾਰ ਕਰਨਾ ਤਾਂ ਪਹਿਲਾਂ ਤੋਂ ਉਸ ਲੋਕਾਂ 'ਚ ਰੋਜ਼ ਵਿਚਰਦੇ ਸੀ, ਗ੍ਰਿਫਤਾਰ ਕਰ ਸਕਦੇ ਸੀ। ਇਹ ਧਰਮ ਯੁੱਧ ਮੋਰਚਾ ਹੀ ਅੱਗੇ ਵਧਿਆ ਅਨੰਦਪੁਰ ਸਾਹਿਬ ਦੇ, ਜਿਹੜਾ ਮਤਾ ਸੀ ਜਾਂ ਉਹ ਸੀ ਧਰਮ ਯੁੱਧ ਮੋਰਚਾ? ਧਰਮ ਯੁੱਧ ਮੋਰਚਾ ਹੀ ਨਾ ਇਹ ਸ਼ੁਰੂ ਹੋਇਆ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਗ੍ਰਿਫਤਾਰੀ ਤੋਂ। 19 ਜੁਲਾਈ 1982 ਨੂੰ ਉਹਨਾਂ ਦੀ ਗ੍ਰਿਫਤਾਰੀ ਹੋਈ ਅਤੇ ਗ੍ਰਿਫਤਾਰੀ ਇਸ ਕਰਕੇ ਹੋਈ ਸੀ ਵੀ ਜਿਹੜਾ ਨਾਗੋਕਿਆਲ ਕੁਲਵੰਤ ਸਿੰਘ ਸੀ ਉਹਦੇ 'ਤੇ ਤਸ਼ੱਦਦ ਕਰਕੇ ਮਾਰਤਾ ਸੀ, ਹੋਰ ਵੀ ਸਿੰਘਾਂ ਨੂੰ ਬੜਾ ਸ਼ਹੀਦ ਕਰਤਾ ਸੀ ਅਤੇ ਭਾਈ ਅਮਰੀਕ ਸਿੰਘ ਉਹਨਾਂ ਦੇ ਕੇਸਾਂ ਦੀ ਪੈਰਵਾਈ ਕਰਦੇ ਹੁੰਦੇ ਸੀ ਅਤੇ ਪੁਲਿਸ ਦੀਆਂ ਅੱਖਾਂ 'ਚ ਰੜਕਦੇ ਰਹਿੰਦੇ ਸੀ ਜਦੋਂ ਉਹ ਜਾ ਕੇ ਉਹਨਾਂ ਨੂੰ ਬੋਲਦੇ ਸੀ ਵੀ ਤੁਸੀਂ ਇਹ ਗਲਤ ਕਰਦੇ ਜੇ। ਤਾਂ ਉਸ ਟਾਈਮ 'ਤੇ ਉਹਨਾਂ ਦੀ ਗਵਰਨਰ ਨਾਲ ਇੱਥੇ ਆਇਆ ਸੀ, ਉਹਦੇ ਨਾਲ ਇਹ ਗੱਲ ਹੋਈ ਵੀ ਇਹ ਗਲਤ ਕਰਨ ਦੇ ਜੇ, ਅਤੇ ਗਵਰਨਰ ਨੇ ਕਹਿਤਾ ਇਹਨਾਂ ਨੂੰ ਫੜ ਲਓ। ਉਹ ਜਦੋਂ ਕੇਸ ਦੀ ਪੈਰਵਾਈ ਕਰਨ ਵਾਸਤੇ ਗਏ ਉੱਥੇ ਆਪਣੇ ਕਚਹਿਰੀ 'ਚ, ਉਹਨਾਂ ਨੂੰ ਫੜ ਲਿਆ ਅਤੇ ਜੋ ਉਹਨਾਂ ਦੀ ਗ੍ਰਿਫਤਾਰ ਕਰਨ ਗਏ ਕੋਈ ਆਪਣੀ ਦੂਜੀ ਪੈਰਵਾਈ ਬਾਬਾ ਥਾਰਾ ਸੀ ਤਾਂ ਉਹਨੂੰ ਫੜ ਲਿਆ। ਸੋ ਉੱਦਣ ਮੈਨੂੰ ਯਾਦ ਆ, ਮੈਨੂੰ ਦਲੀਪ ਸਿੰਘ ਨੇ ਆਣ ਕੇ ਦੱਸਿਆ ਉੱਥੇ ਦਰਬਾਰ ਸਾਹਿਬ, ਅਸੀਂ ਦਰਬਾਰ ਸਾਹਿਬ ਸਾਰੇ ਰਹਿੰਦੇ ਸੀ, ਵੀ ਭਾਈ ਅਮਰੀਕ ਸਿੰਘ ਦੀ ਗ੍ਰਿਫਤਾਰੀ ਹੋ ਗਈ ਆ। ਉਦੋਂ ਬਾਅਦ ਟੈਲੀਫੋਨ ਇੰਨਾ ਮੀਡੀਆ ਮਾਡੀਆ ਹੈ ਨਹੀਂ ਸੀ, ਆਪਣਾ ਦੂਰ ਸੰਚਾਰ ਹੈ ਨਹੀਂ ਸੀ, ਉਹ ਦੂਜੇ ਘੁਮਾ ਕੇ ਘਰ ਵਾਲੇ ਟੈਲੀਫੋਨ ਸੀ। ਮੈਂ ਸਰਦਾਰ ਅਵਤਾਰ ਸਿੰਘ ਦੇ ਘਰ ਭੱਜ ਕੇ ਗਿਆ, ਉੱਥੇ ਸੰਤਾਂ ਦੇ ਸ਼ਰਧਾਲੂ ਸੀ ਅੰਮ੍ਰਿਤਸਰ, ਉਹਨਾਂ ਦੇ ਘਰੋਂ ਲਾਈਟਨਿੰਗ ਕਾਲ ਕੀਤੀ। ਉਹ ਹੁਣ ਤਾਂ ਲਾਈਟਨਿੰਗ ਕਾਲ ਦਾ ਮੈਂ ਕਿਸੇ ਨੂੰ ਪਤਾ ਹੀ ਨਹੀਂ ਹੋਣਾ, ਇੱਕ ਆਮ ਨੋਰਮਲ ਕਾਲ ਹੁੰਦੀ ਸੀ ਜਿਹੜੀ ਰੁਪਈਏ ਦੀ ਹੋ ਜਾਂਦੀ ਸੀ, ਇੱਕ ਲਾਈਟਨਿੰਗ ਕਾਲ ਸੀ ਉਹ 8 ਰੁਪਈਏ ਦੀ ਹੁੰਦੀ ਸੀ ਉਸ ਟਾਈਮ 'ਤੇ। ਉਹ ਮੈਂ ਕੀਤੀ ਅਤੇ ਅੱਗੋਂ ਇੱਕ ਸਿੰਘ ਬੋਲਿਆ ਮਹਿਤੇ ਤੋਂ, ਮੈਂ ਕਿਹਾ ਮੈਂ ਭਾਈ ਮਨਜੀਤ ਸਿੰਘ ਬੋਲਦਾ ਹੈ ਅਤੇ ਸੰਤ ਜੀ ਨਾਲ ਗੱਲ ਕਰਾਓ। ਉਹ ਕਹਿੰਦੇ ਬਿਮਾਰ, ਮੈਂ ਇਹਨੂੰ ਥੋੜ੍ਹੇ ਗਿਲੇ ਨਾ ਪਿਆ, ਤੂੰ ਯਾਰ ਗੱਲ ਕਰਾ। ਉਹ ਸੰਤਾਂ ਨੂੰ ਜਦੋਂ ਪਤਾ ਲੱਗਾ ਤਾਂ ਉਹ ਭੱਜ ਕੇ ਆਏ ਅਤੇ ਮੈਨੂੰ ਕਹਿੰਦੇ ਕੀ ਗੱਲ, ਮੈਂ ਇਸ ਤਰ੍ਹਾਂ ਉਹ ਫੜੇ ਗਏ ਭਾਈ ਅਮਰੀਕ ਸੋਹਣੀ। ਉਹ ਕਹਿੰਦੇ ਬਸ ਤੂੰ ਟੈਲੀਫੋਨ ਰੱਖੋ ਅਤੇ ਮੈਂ ਆ, ਮਤਲਬ ਇੰਨਾ ਮਰਦ ਅਤੇ ਇੰਨਾ ਕੁਇਕ ਫੈਸਲਾ ਸੀ ਉਹਨਾਂ। ਉਹ ਆ ਗਏ ਇੱਥੇ ਦਰਬਾਰ ਸਾਹਿਬ, ਇੱਥੇ ਬੜੀਆਂ ਵਿਚਾਰਾਂ ਹੋਈਆਂ। ਉਦੋਂ ਸਰਦਾਰ ਹਰਮਿੰਦਰ ਸਿੰਘ ਸੰਧੂ ਅਤੇ ਹੋਰ ਵੀ ਫੈਡਰੇਸ਼ਨ ਦੇ ਆਗੂ, ਟਕਸਾਲ ਦੇ ਆਗੂ, ਹੋਰ ਵੀ ਇਕੱਠੇ ਇਕੱਠੇ ਹੋਏ ਉੱਥੇ ਗੁਰੂ ਨਾਨਕ ਨਿਵਾਸ। ਫੈਸਲਾ ਇਹ ਹੋਇਆ ਵੀ ਇੱਕ ਖਬਰ ਨਹੀਂ ਹੋਣੀ ਚਾਹੀਦੀ ਗ੍ਰਿਫਤਾਰੀ ਦੀ, ਵੀ ਨਾਲ ਮੋਰਚਾ ਵੀ ਲੱਗਣ ਦੀ ਖਬਰ ਹੋਣੀ ਚਾਹੀਦੀ ਹੈ।
51 ਬੰਦਿਆਂ ਨੂੰ ਐਡ ਦਾ ਸਪੋਟ ਤਿਆਰ ਕਰਕੇ ਔਰ ਦੂਜੀਆਂ ਪੱਟੀਆਂ ਬੰਨ੍ਹ ਕੇ ਉਹਨਾਂ ਨੂੰ ਗ੍ਰਿਫਤਾਰੀ ਲਈ ਤੋਰਤਾ। ਸੋ ਉਸ ਤੋਂ ਬਾਅਦ ਟੌੜਾ ਸਾਹਿਬ ਆਏ, ਉਹ ਕਹਿੰਦੇ ਆ ਵੀ ਤੁਸੀਂ ਮੋਰਚਾ ਤਾਂ ਸ਼ੁਰੂ ਕਰ ਲਿਆ ਹੈ, ਠੀਕ ਆ, ਪਰ ਇਹਨੂੰ ਅਕਾਲੀ ਦਲ ਵੀ ਇਹਨੇ ਇਨਵਾਲਵ ਕਰੋ, ਮੋਰਚੇ ਚਲਾਉਣੇ ਔਖੇ ਵੀ ਹੁੰਦੇ ਆ ਅਤੇ ਮੰਗਾਂ ਹੋਰ ਵੀ ਇਹਦੇ 'ਚ ਰੱਖ ਲੈਂਦੇ, ਮੈਂ ਅਕਾਲੀ ਦਲ ਦੀ ਮੀਟਿੰਗ ਕਾਲ ਕਰਾਉਣਾ। ਉਹਨਾਂ ਮੀਟਿੰਗ ਕਾਲ ਕਰਾਈ ਅਤੇ ਜਿਹਦੇ 'ਚੋਂ ਅਕਾਲੀ ਦਲ ਨੇ ਨਾਲ ਫੈਸਲਾ ਕਰ ਲਿਆ, ਉਹਨਾਂ ਕਿਹਾ ਤੁਹਾਡੀਆਂ ਮੰਗਾਂ, ਕਹਿੰਦੀਆਂ ਸਾਡੀਆਂ ਤਾਂ ਵੈਸੇ ਤਿੰਨ ਹੀ ਸੀ, ਹੁਣ ਇੱਥੇ ਲੋਕ ਬਥੇਰਾ ਊਟ ਪਤਾਂਗ ਬੋਲੀ ਜਾਂਦੇ ਆ। ਸਾਡੀ ਮੰਗ ਸੀ ਵੀ ਜਿਹੜੇ ਭਾਈ ਅਮਰੀਕ ਸਿੰਘ ਆ, ਬਾਬਾ ਥਾਰਾ ਸਿੰਘ ਅਤੇ ਉਦੋਂ ਫੜੇ ਸੀ ਜਿਹੜੇ ਸਿੰਘ, ਇਹਨਾਂ ਨੂੰ ਰਿਹਾਅ ਕਰੋ। ਅਤੇ ਦੂਜਾ ਸੀ ਉਹ ਤਾਂ ਗੁਰਬਾਣੀ ਜਿਹੜੀ ਸੀ ਇਹ ਦਰਬਾਰ ਸਾਹਿਬ 'ਚੋਂ 20 ਮਿੰਟ ਆਉਂਦੇ ਸੀ, ਅਸੀਂ 2 ਘੰਟੇ ਕਰੋ ਰੇਡੀਓ 'ਤੇ, ਰੇਡੀਓ 'ਤੇ। ਤੀਜੀ ਸਾਡੀ ਮੰਗ ਸੀ ਵੀ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਓ, ਜਿਹੜਾ ਸ਼ਹਿਰ ਆ ਸਾਡੀਆਂ ਤਾਂ 3 ਹੀ ਮੰਗਾਂ ਸੀ। ਉਹਨਾਂ ਆਣ ਕੇ ਫਿਰ ਜਦੋਂ ਅਕਾਲੀ ਦਲ ਨੇ ਫੈਸਲਾ ਕੀਤਾ, ਉਹਨਾਂ 3 ਮੰਗਾਂ ਸਾਡੀਆਂ ਰੱਖ ਲਈਆਂ ਅਤੇ ਨਾਲ ਉਹਨਾਂ ਅਨੰਦਪੁਰ ਸਾਹਿਬ ਦਾ ਮਤਾ, ਜਿਹੜਾ ਵੱਧ ਅਧਿਕਾਰਾਂ ਨੂੰ ਪਾਣੀ ਦਾ ਮਸਲਾ, ਕਪੂਰੀ ਮੋਰਚਾ ਵੀ ਲੱਗਾ ਹੈ ਨਾ, ਅਤੇ ਇੱਧਰ ਆ ਗਏ ਫਿਰ ਪੰਜਾਬੀ ਬੋਲਦਿਆਂ ਇਲਾਕਿਆਂ ਦਾ ਵੀ ਮਸਲਾ ਹੈਗਾ ਸੀਗਾ। ਔਰ ਇਸੇ ਤਰ੍ਹਾਂ ਇਹ ਜਿਹੜੇ ਵੱਧ ਅਧਿਕਾਰਾਂ ਦਾ ਮਤਾ, ਜਿਹਨੂੰ ਇਹਨਾਂ ਨੇ ਬੜਾ ਪ੍ਰਚਾਰ ਆ, ਇਹ ਖਾਲਿਸਤਾਨ ਦਾ, ਇਹ ਫਲਾਣਾ ਢੀਂਗੜਾ, ਜਦੋਂ ਕਿ ਉਹ ਵੱਧ ਅਧਿਕਾਰਾਂ ਦੀ ਹੁਣ ਗੱਲ ਸਾਰੇ ਸਟੇਟ ਕਰਦੇ ਆ, ਅੱਜ ਨਹੀਂ ਰਹਿ ਗਿਆ ਉਹ, ਜਦੋਂ ਅਸੀਂ ਗੱਲ ਕਰਦੇ ਹਾਂ ਵੱਧ ਅਧਿਕਾਰਾਂ ਦੀ ਉਦੋਂ ਇਹ ਗੱਲ ਕਹਿੰਦੇ ਸੀ। ਸੋ ਉਹ 4 ਅਗਸਤ 1982 ਨੂੰ ਪਹਿਲਾ ਜਥਾ ਫਿਰ ਉਹ ਪ੍ਰਕਾਸ਼ ਸਿੰਘ ਬਾਦਲ ਲੈ ਕੇ ਧਰਮਯੁੱਧ ਮੋਰਚੇ ਲੋਕ ਆਏ ਸੀ। ਅੱਛਾ, ਇਹ ਵਾਰ ਵਾਰ ਗੱਲ ਆਉਂਦੀ ਹੈ ਕਿ ਮਹਿਤੇ ਤੋਂ ਦਰਬਾਰ ਸਾਹਿਬ ਕਿਵੇਂ ਪਹੁੰਚੇ? ਤੁਸੀਂ ਕਹਿੰਦੇ ਅਸੀਂ ਤਾਂ ਪਹਿਲੇ ਦਰਬਾਰ ਸਾਹਿਬ ਦੀ, ਕਿਉਂਕਿ ਉਹ ਸਾਰੇ ਸਵਾਲਾਂ ਦੇ ਜਵਾਬ ਲੈਣੇ ਆ ਜਿਹਨਾਂ ਦੇ ਲੋਕਾਂ ਦੇ। ਵੇਖੋ, ਉਹ ਇੱਕ ਰਾਹ ਨਹੀਂ ਆਏ ਇੱਥੋਂ, ਇੱਕ ਰਾਹ ਜਦੋਂ ਉਹਨਾਂ ਦੀ ਗ੍ਰਿਫਤਾਰੀ ਹੋਈ ਸੀ ਨਾ, ਜਿਹਦੇ ਉਹ ਜਿਹੜੇ ਕਤਲ ਕੇਸ ਜਗਬਾਣੀ ਸਮੂਹ ਦੇ ਜਿਹੜੇ ਹੈਗੇ ਸੀਗੇ ਐਡੀਟਰ, ਉਹਨਾਂ ਦੇ ਸੰਬੰਧ 'ਚ ਉਹਨਾਂ ਦੇ ਵਾਰੰਟ ਨਿਕਲ ਗਏ ਸੰਤ ਜਰਨੈਲ ਸਿੰਘ ਦੇ, ਅਤੇ ਚੰਦੋਕਲਾ ਜਾ ਕੇ ਰੋਕਿਆ ਅਤੇ ਘੇਰ ਲਿਆ ਸੀਗਾ। ਉਦੋਂ ਆ ਜਿਹੜਾ ਹੈਗਾ ਸੀ ਭੱਟੀ ਡੀਅਰ ਭੱਟੀ ਪਤਾ ਨਹੀਂ ਜਿਉਂਦਾ ਹੈ ਕਿ ਹੁਣ ਗੁਰੂ ਨੂੰ ਪਿਆਰਾ ਹੋ ਗਏ, ਇਹਨਾਂ ਦੀ ਅਗਵਾਈ 'ਚ ਜਾ ਕੇ ਨਾ ਚੰਦੋਕਲਾ ਨੂੰ ਘੇਰ ਲਿਆ ਸੀ। ਲੇਕਿਨ ਭਾਈ ਅਮਰੀਕ ਸਿੰਘ ਨੂੰ ਪਹਿਲਾਂ ਪਤਾ ਲੱਗ ਗਿਆ, ਇੱਕ ਪੁਲਿਸ ਅਫਸਰ ਨੇ ਵੱਡੇ ਨੇ ਦੱਸਤਾ ਸੀ ਵੀ ਤੁਹਾਨੂੰ ਉੱਥੇ ਸੰਤ ਜਰਨੈਲ ਸਿੰਘ ਨੂੰ ਉੱਥੇ ਉਹਨਾਂ ਫੜ ਲੈਣਾ ਹੈ, ਜਾਂ ਉਹਨਾਂ ਗ੍ਰਿਫਤਾਰ ਕਰ ਦੇਣਾ, ਜਾਂ ਉਸ ਦਾ ਮਾਰ ਵੀ ਦੇਣਾ ਜੇ ਉਹ 'ਚ ਹਾਲਾਤ ਬਣੇ ਸੀ। ਉਹਨਾਂ ਫਿਰ ਇੱਥੋਂ ਨਾ ਇੱਕ ਕਾਰ ਭੇਜੀ ਬੜੇ ਤੇਜ਼, ਲੇਕਿਨ ਸੰਤ ਜਰਨੈਲ ਸਿੰਘ ਨੂੰ ਉੱਥੋਂ ਇੱਕ ਪੁਲਿਸ ਵਾਲਾ ਜਵਾਬ ਮਿਲਿਆ ਵੀ ਇੱਥੋਂ ਨਿਕਲ ਜਾਓ, ਕਿਉਂਕਿ ਸੇਵਾ ਵਾਲੇ ਸਿੰਘ ਵੀ ਹੈਗੇ ਆ ਹਰ ਇੱਕ ਥਾਂ 'ਤੇ, ਭਾਵੇਂ ਪੁਲਿਸ ਆ, ਭਾਵੇਂ ਮਿਲਟਰੀ ਆ, ਭਾਵੇਂ ਮੀਡੀਆ ਆ। ਉਹ ਫਿਰ ਸੰਤ ਜਰਨੈਲ ਸਿੰਘ ਇੱਥੋਂ ਟਰੱਕ 'ਤੇ ਨਿਕਲ ਆਏ, ਟਰੱਕ 'ਤੇ, ਅਤੇ ਪਹਿਲਾਂ ਮੁਕਤਸਰ ਤੋਂ ਉਹ ਮਹਿਤੇ ਚਲੇ ਗਏ, ਅਤੇ ਮਹਿਤੇ ਤੋਂ ਉਹਨਾਂ ਨੇ ਫਿਰ ਆਖਿਆ ਵੀ 19 ਤਰੀਕ ਨੂੰ ਅਸੀਂ ਗ੍ਰਿਫਤਾਰੀ ਦੇਵਾਂਗੇ। ਔਰ ਇਸ ਤੋਂ ਪਹਿਲਾਂ ਵੀ ਇੱਕ ਉਹਨਾਂ ਦੇ ਨਿਕਲੇ ਸੀ ਵਾਰੰਟ, ਉਹਨਾਂ ਨੂੰ ਗ੍ਰਿਫਤਾਰੀ ਦਾ ਜਦੋਂ ਗਿਆ ਸੀ ਉਦੋਂ ਵੀ ਗੁਰੂ ਨਾਨਕ ਨਿਵਾਸ 'ਚ ਰਹੇ ਸੀ ਆਣ ਕੇ, ਉਸ ਤੋਂ ਪਹਿਲਾਂ ਵੀ। ਲੇਕਿਨ ਉਹਨਾਂ ਨੇ ਫਿਰ 20 ਅਗਸਤ ਨੂੰ ਮੇਰੇ ਖਿਆਲ 20 ਅਗਸਤ ਹੀ ਸੀ ਸ਼ਾਇਦ ਮੇਰੇ ਖਿਆਲ, ਕਿ ਜਦੋਂ ਉਹਨਾਂ ਨੇ ਗ੍ਰਿਫਤਾਰੀ ਦਿੱਤੀ ਆ ਉੱਥੇ, ਮੈਨੂੰ ਤਰੀਕਾ ਨਹੀਂ ਯਾਦ ਰਹਿੰਦੀਆਂ ਵਾ, ਉਹਨਾਂ ਫਿਰ ਸਾਰਾ ਵੱਡਾ ਇਕੱਠ ਕਰਕੇ ਅਤੇ ਗ੍ਰਿਫਤਾਰੀ ਦੇ ਦਿੱਤੀ ਸੀ ਇੱਥੋਂ ਆਪਣੇ ਤੋਂ। ਉਸ ਤੋਂ ਬਾਅਦ ਮਹਿਤੇ ਤੋਂ ਸ਼ਿਫਟ ਹੋਏ? ਨਹੀਂ, ਉਹ ਤੋਂ ਬਾਅਦ ਉਹਨਾਂ ਫੜ ਲਿਆ ਨਾ ਉਹਨਾਂ ਨੂੰ, ਫਿਰ ਸੰਤ ਜਰਨੈਲ ਸਿੰਘ 20 ਦਿਨ ਜੇਲ੍ਹ 'ਚ ਵੀ ਰਹੇ, ਉਹਨਾਂ ਨੂੰ ਕੇਸ ਪਾ ਕੇ ਭੇਜਤਾ। ਲੇਕਿਨ ਸਿੱਖਾਂ ਦਾ ਬਾਹਰ ਇੰਨਾ ਕੁ ਪ੍ਰੈਸ਼ਰ ਪੈ ਗਿਆ, ਇੰਨਾ ਕੁ ਪ੍ਰੈਸ਼ਰ ਪੈ ਗਿਆ, ਉਦੋਂ ਫੈਡਰੇਸ਼ਨ ਵੀ ਬੜੀ ਤਕੜੀ ਸੀ ਅਤੇ ਉਹ ਬੜਾ ਕੁਛ ਉਹ ਹੋਇਆ ਲੰਮਾ ਚੌੜਾ, ਮੈਂ ਉਹ ਇੱਥੇ ਹੁਣ ਕਹੂੰਗਾ ਬਹੁਤ ਲੰਮਾ ਹੋ ਜਾਣਾ। ਲੇਕਿਨ ਇੰਦਰਾ ਗਾਂਧੀ ਨੂੰ ਮਜਬੂਰ ਹੋ ਕੇ ਸੰਤਾਂ ਨੂੰ ਫਿਰ ਛੱਡਣਾ ਪਿਆ, ਉੱਥੋਂ ਛੱਡਤਾ। ਅੱਛਾ, ਉਸ ਤੋਂ ਬਾਅਦ ਫਿਰ ਤੁਸੀਂ ਹੁਣ ਆਪਾਂ 3 ਜੂਨ 'ਤੇ ਆਉਂਦੇ ਹਾਂ ਕਿ ਤੁਸੀਂ ਦੱਸਿਆ 1 ਜੂਨ ਤੋਂ ਦੱਸਤਾ, 3 ਜੂਨ ਤੋਂ ਬਾਅਦ ਜਿਹੜਾ ਇਹ ਸਾਰਾ ਘੱਲੂ ਘਾਰਾ ਵਾਪਰਦਾ ਹੈ?
ਜਿਹਦੇ ਵਿੱਚ ਭਾਈ ਅਮਰੀਕ ਸਿੰਘ ਹੁਣੀ ਸ਼ਹੀਦ ਹੋ ਜਾਂਦੇ 6 ਤਰੀਕ ਨੂੰ, 3 ਤਰੀਕ ਨੂੰ ਉਹਨਾਂ ਨੇ ਮਿਲਟਰੀ ਦੇ ਹਵਾਲੇ ਕਰਤਾ ਅਤੇ 4 ਤਰੀਕ ਨੂੰ ਤੜਕੇ 4:30 ਵਜੇ ਪਹਿਲਾ ਗੋਲਾ ਜਿਹੜਾ ਉਹਨਾਂ ਨੇ ਮਾਰਿਆ ਅਕਾਲ ਤਖ਼ਤ ਸਾਹਿਬ 'ਤੇ ਬਾਹਰੋਂ ਆਪਣੇ ਉਸ ਵਕਤ ਦਰਬਾਰ ਸਾਹਿਬ ਦੇ ਅੰਦਰ ਤੁਸੀਂ ਉੱਥੇ ਮੌਜੂਦ? ਮੈਂ ਮੇਰੀ ਟੈਂਕੀ ਤਾਂ ਸਾਡਾ ਸੀਗਾ ਇੱਧਰਲੇ ਪਾਸੇ ਹੀ, ਗੁਰੂ ਰਾਮਦਾਸ ਸਰਾਂ ਦੇ ਵਿੱਚ ਅਸੀਂ ਸਾਰੇ ਸੀ ਜਿੰਨੇ ਤਕਰੀਬਨ ਫੈਡਰੇਸ਼ਨ ਵਾਲੇ ਸੀ, ਇੱਧਰ ਵੱਖ ਵੱਖਰੇ ਥਾਵਾਂ 'ਤੇ ਡਿਊਟੀਆਂ ਲੱਗੀਆਂ ਸੀ। ਜਦੋਂ ਪਹਿਲਾ ਗੋਲਾ ਅਕਾਲ ਤਖ਼ਤ ਸਾਹਿਬ 'ਤੇ ਵੱਜਾ, ਉਹ ਕੀ ਤੁਹਾਨੂੰ ਮਹਿਸੂਸ ਹੋਇਆ, ਕੀ ਮਨ ਦੇ ਵਿੱਚ ਆਇਆ ਕਿ ਇਹ ਕੀ ਵਾਪਰ ਗਿਆ? ਇਹ ਸਾਨੂੰ ਪਤਾ ਸੀ ਵੀ ਸਰਕਾਰ ਦੀ ਖੋਟੀ ਨੀਂਦ ਆ, 1 ਮਹੀਨਾ ਪਹਿਲਾਂ ਪਤਾ ਲੱਗ ਗਿਆ ਵੀ ਹਮਲਾ ਹੋਣਾ ਇੱਥੇ, ਔਰ ਡਟ ਕੇ ਬੈਠੇ ਸਿੱਖ ਵੀ ਪੁਰਾਤਨ ਇਤਿਹਾਸ ਨੂੰ ਹੀ ਦੁਹਰਾਉਣਾ, ਜਿਹੜਾ ਇਤਿਹਾਸ ਸੁਣਿਆ ਸੀ ਨਾ ਉਹ ਇਤਿਹਾਸ ਅਸੀਂ ਇੱਥੇ ਜਿਹੜਾ ਉਹਨੂੰ ਰੀਨਿਊ ਕਰ ਦੇਣਾ, ਸਾਰਿਆਂ ਨੂੰ ਪਤਾ ਸੀ ਪਹਿਲਾਂ। ਭਾਈ ਮਨਜੀਤ ਸਿੰਘ ਵੀ ਉਦੋਂ ਇਹੀ ਲੱਗਦਾ ਕਿ ਸ਼ਹੀਦ ਹੋਵਾਂਗੇ ਅੱਜ? ਸਾਡੇ ਕੋਲ ਉਹਦਾ ਅਸੀਂ ਵੀ ਜਵਾਨੀ 'ਚ ਹਾਂ, ਔਰ ਜਵਾਨੀ ਮਸਤਾਨੀ ਵੀ ਹੁੰਦੀ ਹੈ ਅਤੇ ਜਵਾਨੀ ਜਿਹੜੀ ਹੁੰਦੀ ਉਹ 'ਚ ਜੋਸ਼ ਜ਼ਿਆਦਾ ਤਾਂ ਹੋਸ਼ ਵੀ ਥੋੜ੍ਹੀ ਘੱਟ ਹੁੰਦੀ ਆ, ਲੇਕਿਨ ਸਾਡੇ ਸਾਨੂੰ ਲੱਗਦਾ ਹੈ ਵੀ ਸਾਡਾ ਇੱਥੇ ਸਾਰਿਆਂ ਦਾ ਜਿਹੜਾ ਸ਼ਹੀਦੀ ਹੋ ਜਾਣੀ ਆ, ਜੋ ਹਾਲਾਤ ਬਣੇ ਸੀ। ਫਿਰ ਅੱਗੇ ਚੱਲਦੇ ਹਾਂ, ਅੱਗੇ ਫਿਰ ਉਸ ਤੋਂ ਬਾਅਦ ਕੀ ਹੋਇਆ ਜਦੋਂ ਪਹਿਲਾ ਗੋਲਾ ਅਕਾਲ ਤਖ਼ਤ ਸਾਹਿਬ 'ਤੇ ਵੱਜਾ? ਸਾਰਾ ਦਿਨ ਵੀ ਚੱਲਦੀ ਰਹੀ, 4 ਦੀ ਰਾਤ ਵੀ ਚੱਲਦੀ ਰਹੀ ਦੋ ਪਾਸਿਓਂ, ਔਰ 5 ਤਰੀਕ ਨੂੰ ਜਦੋਂ ਟੈਂਕੀ ਵਾਲਾ ਮੋਰਚਾ ਟਹਿ ਗਿਆ, ਉਹ 'ਚੋਂ ਐਡਾ ਬੜਾ ਗਲੱਖਾ ਕਰਤਾ, ਉਹ ਪਾਣੀ ਜਿਹਾ ਠਾਹ ਨੂੰ ਵਗਦਾ ਸੀ, ਅਤੇ ਉਦੋਂ ਥੱਲੇ ਆ ਗਏ ਸਾਰੇ ਸਿੰਘ, ਫਿਰ ਇਧਰ ਰਾਏ ਕੀਤੀ ਵੀ ਆਪਣੇ ਕੋਲ ਉਦੋਂ ਸਾਨੂੰ ਲੱਗਦਾ ਸੀ ਵੀ ਜਿਹੜੇ ਅਕਾਲ ਤਖ਼ਤ 'ਤੇ ਸ਼ਹੀਦ ਹੋਣਗੇ ਉਹ ਸ਼ਹੀਦ ਗਿਣੇ ਜਾਣੇ, ਦੂਜੇ ਨਹੀਂ ਗਏ, ਜਿਹੋ ਜਿਹੇ ਹਾਲਾਤ ਸੀ। ਤੁਸੀਂ ਵੀ ਉਦੋਂ ਫਾਇਰ ਕਰਦੇ ਰਹੇ ਉਦੋਂ ਤੁਹਾਡੇ ਕੋਲ? ਆਪਾਂ ਇਹ ਗੱਲਾਂ ਨਾ ਕਹੀਏ, ਇਸ ਵੇਲੇ ਇਹਨਾਂ ਗੱਲਾਂ ਦਾ ਹੁਣ ਫਾਇਦਾ ਨਹੀਂ ਰਹਿ ਗਿਆ ਕੋਈ, ਅੱਗੇ ਬੜੀਆਂ ਹੋਈਆਂ ਨੇ ਇੰਟਰਵਿਊਆਂ, ਇਹਨਾਂ ਗੱਲਾਂ ਨੂੰ ਆਪਾਂ ਛੱਡ ਦਈਏ, ਹੁਣ ਆਪਣਾ ਸਟੇਟਸ ਵੀ ਅਤੇ ਉਮਰ ਵੀ ਬੜੀ ਵੱਡੀ ਹੋ ਗਈ ਹੁਣ, ਅਤੇ ਤੁਸੀਂ ਨੌਜਵਾਨ ਜੇ ਤੁਸਾਂ ਕਿਸੇ ਤਰ੍ਹਾਂ ਕਿਤੇ ਕੋਈ ਵੇਖਣਾ ਆ ਤਾਂ ਮੈਨੂੰ ਦੱਸਦਾ, ਮੈਂ ਤੁਹਾਨੂੰ ਸਾਰੀਆਂ ਰਾਇਆਂ ਰੂਹਾਂ ਦੱਸ ਦਿਉ, ਤੁਸੀਂ ਹੁਣ ਮੁੰਡੇ ਲੜਾਈ ਤੁਹਾਨੂੰ ਤੁਸਾਂ ਲੜਨੀ ਆ, ਅਸੀਂ ਤਾਂ ਹੁਣ ਬੁੱਢੇ ਹੋ ਗਏ ਹਾਂ। ਠੀਕ ਹੈ, ਜਨਰਲ ਸੁਬੇਗ ਸਿੰਘ 'ਤੇ ਵੀ ਹੈ ਨਾ ਆਵਾਂਗੇ, ਉਹ ਵੀ ਉਦੋਂ ਤੁਹਾਡਾ ਜਨਰਲ ਸੁਬੇਗ ਸਿੰਘ ਹੁਣਾਂ ਨਾਲ ਮੇਲ ਹੋਇਆ? ਮਤਲਬ ਉਹ ਉਹਨਾਂ ਦਾ ਜਿਹੜਾ ਧੱਕਾ ਹੋਇਆ ਸੀ ਨਾ ਮਿਲਟਰੀ 'ਚ, ਉਹਨਾਂ ਨੇ ਜਦੋਂ ਮੁਕਤੀ ਬਹਿਣੀ ਇੱਕ ਫੌਜ ਬਣੀ ਬੰਗਲਾਦੇਸ਼ ਨੂੰ ਜਦੋਂ ਯਾਦ ਕਰਾਇਆ, ਬੰਗਲਾਦੇਸ਼ ਨੂੰ ਜਦੋਂ ਯਾਦ ਕਰਾਇਆ ਤਾਂ ਉਸ ਟਾਈਮ 'ਤੇ 90,000 ਬੰਦਿਆਂ ਨੂੰ ਜਨਰਲ ਜਗਜੀਤ ਸਿੰਘ ਅਰੋੜਾ ਅਤੇ ਇਹ ਜਿਹੜੇ ਜਨਰਲ ਸਾਹਿਬ ਸੀ ਇਹ ਉੱਥੇ ਸੀ, ਔਰ ਇਹਨਾਂ ਨੇ ਉਹ ਸਰੈਂਡਰ ਕੀਤਾ ਸੀ, 90,000 ਜਿਹੜੇ ਅਤੇ ਉਸ ਟਾਈਮ 'ਤੇ ਉਸ ਤੋਂ ਬਾਅਦ ਇਹਨਾਂ ਨੂੰ ਜਿਹੜਾ ਸੀ ਉਹ ਇਹਨਾਂ ਨਾਲ ਇਹਨਾਂ ਨੂੰ ਸਸਪੈਂਡ ਕਰਤਾ, ਔਰ ਇਹਨਾਂ ਨਾਲ ਧੱਕਾ ਹੋਇਆ, ਇਹਨਾਂ ਦੇ ਸਾਰੇ ਜਿਹੜੇ ਸੀ ਉਹ ਡਿਊਸ ਜਿਹੜੇ ਸੀ ਉਹ ਸਾਰੇ ਮੇਰੇ ਹਾਲ ਉਹਨਾਂ ਨੇ ਨੱਪ ਨੁੱਪ ਲਿਆ, ਕੇਸ ਵੀ ਕਰਤਾ। ਲੇਕਿਨ ਉਹ ਚਲੋ ਉਹ ਤਾਂ ਇੱਕ ਵੱਖਰਾ ਮਸਲਾ ਸੀ, ਅਤੇ ਜਦੋਂ ਇਹ ਧਰਮ ਯੁੱਧ ਮੋਰਚਾ ਲੱਗਾ ਤਾਂ ਫਿਰ ਉਹ ਸੰਤ ਜਰਨੈਲ ਸੋਹਣਾ ਕੋਲ, ਭਾਈ ਮਰੀਕ ਸੋਹਣਾ ਕੋਲ ਆ ਗਏ ਸੀ, ਔਰ ਉਹਨਾਂ ਨੇ ਜਿਹੜੀ ਫੋਰਟੀਫਿਕੇਸ਼ਨ ਸਾਰੀ ਕੀਤੀ ਸੀ, ਉਹਨਾਂ ਸਾਰੇ ਜੰਗ ਦੇ ਜਿਹੜੇ ਹੈਗੇ ਸੀ ਹੁਨਰ ਸੀ ਉਹਨਾਂ ਨੂੰ ਪਤਾ ਸੀ, ਅਤੇ ਉਹਨਾਂ ਨੇ ਪਹਿਲਾਂ ਤਾਂ ਉਹ ਦੇਸ਼ ਵੱਲੋਂ ਲੜਾਈ, ਉਹਨਾਂ ਕਿਹਾ ਮੈਂ ਲੜੀ ਆ, ਹੁਣ ਕਹਿੰਦਾ ਮੈਂ ਕੌਮ ਵੱਲੋਂ ਲੜਾਈ ਲੜਨੀ ਆ, ਔਰ ਫਿਰ ਉਹਨਾਂ ਕੌਮ ਵੱਲੋਂ ਆਪਣੀ ਲੜਾਈ। ਅੱਛਾ, ਤੁਸੀਂ ਦੱਸਿਆ ਕਿ ਤੁਸੀਂ ਇਹ ਸੋਚਦੇ ਸੀ ਕਿ ਜਿਹੜਾ ਅਕਾਲ ਤਖ਼ਤ ਸਾਹਿਬ 'ਤੇ ਸ਼ਹੀਦ ਹੋਇਆ ਉਹ ਸ਼ਹੀਦ ਮੰਨਿਆ ਜਾਣਾ, ਫਿਰ ਤੁਸੀਂ ਅੱਗੇ ਗੱਲ ਕੀਤੀ? ਸਾਡੇ ਸੰਤ ਜਰਨੈਲ ਸਿੰਘ ਜੀ ਨਾਲ ਇੰਟਰਨਲ ਟੈਲੀਫੋਨ ਇੱਕ ਚੱਲਦਾ ਸੀਗਾ ਫੈਡਰੇਸ਼ਨ ਦੇ ਦਫ਼ਤਰ 'ਚ, ਉਹਦੇ 'ਚੋਂ ਫਿਰ ਗੱਲ ਕੀਤੀ, ਅੱਗੋਂ ਸੰਤ ਜਰਨੈਲ ਸਿੰਘ ਜੀ ਨੇ ਚੱਕਿਆ ਫੋਨ, ਅਤੇ ਅਸੀਂ ਅਸੀਂ ਤੁਹਾਡਾ ਵਚਨ ਪੂਰਾ ਹੋ ਗਿਆ, ਜਦੋਂ ਅਸੀਂ ਰਾਤ ਨੂੰ ਜਾਂਦੇ ਹੁੰਦੇ ਸੀ ਨਾ ਅਤੇ ਉਹ ਕਹਿੰਦੇ ਹੁੰਦੇ ਸੀ ਵੀ ਇੱਕ ਸਾਨੂੰ ਸੁਣਾਉਂਦੇ ਹੁੰਦੇ ਸੀ ਟੇਪ ਰਿਕਾਰਡ ਹੋਇਆ, ਚਮਕੌਰ ਗੜੀ ਦੇ ਲਾਮੀ ਦੁਸ਼ਮਣ ਨੇ ਤੋਪਾਂ ਬੀੜੀਆਂ, ਇੱਕ ਜਦੋਂ ਚਮਕੌਰ ਦੀ ਗੜੀ ਦਾ ਇਤਿਹਾਸ ਸੁਣਾਉਂਦੇ ਹੁੰਦੇ ਸੀ, ਅਤੇ ਜਦੋਂ 11 ਕੁ ਵੱਜਦੇ ਸੀ ਰਾਤ ਨੂੰ ਤਾਂ ਵਿਹਲੇ ਹੋ ਜਾਂਦੇ ਸੀ, ਅਤੇ ਅਸੀਂ ਫੈਡਰੇਸ਼ਨ ਵਾਲੇ ਵੀ ਅਤੇ ਜਿਹੜਾ ਜਿਹੜੇ ਪਰਿਵਾਰਕ ਮੈਂਬਰ ਜੇ ਸੀ ਉਹਨਾਂ ਦੇ ਸਾਰੇ ਇਹ ਜਾਂਦੇ ਸੀ,
ਫਿਰ ਉਹਨਾਂ ਨੇ ਕਈ ਰਾਹ ਨੂੰ ਪਿਆਰ ਦੇ ਨਾਲ ਉੱਥੇ ਖੋਆ ਪਿਆ ਹੋਣਾ ਅਤੇ ਨਾਲ ਡੰਡਾ ਫੜ ਲੈਣਾ ਵੀ ਇੰਨਾ ਖਾਣਾ ਪੈਣਾ ਸੀ ਹਾਸੇ ਨਾ ਹਾਸੇ ਨਾ ਕਈ ਵਾਰ ਸੇਬ ਮੇਰੀ ਛੋਟੀ ਬੇਟੀ ਸੰਦੀਪ ਅਤੇ ਉਹ ਸੇਬ ਉਹਦੇ ਨਾਲ ਰੇਟ ਦੇਣਾ ਅਤੇ ਫਿਰ ਉਹਨੇ ਫੜ ਲੱਗਣਾ ਅਤੇ ਤੀਰ ਨਾ ਉਹਨਾਂ ਨੂੰ ਕਰ ਲੈਣਾ ਉਹਨੇ ਉੱਚੀ ਹਰੀ ਰੋਣਾ ਸੀ ਆਹ ਸੰਤਾਂ ਨੇ ਫਿਰ ਉਹਨੂੰ ਚੁੱਕ ਵੀ ਲਾ ਮਤਲਬ ਉਦੋਂ ਬੈਠੇ ਬੜੇ ਰਿਲੈਕਸ ਹੋ ਕੇ ਗੱਲਾਂ ਕਰਦੇ ਹੁੰਦੇ ਸੀ ਅਤੇ ਕਹਿੰਦੇ ਸੀ ਆਹ ਮੇਰੇ ਵਾਲਾ ਪਾਸਾ ਨੀਗਾ ਛੱਡਣਾ ਇਹ ਤਾਂ ਡਾ ਦੇਣਗੇ ਜਿੱਥੇ ਉਹ ਅਕਾਲ ਤਖ਼ਤ ਸਾਹਿਬ 'ਤੇ ਰਹਿੰਦੇ ਸੀ ਸੋ ਉਹ ਇਹ ਗੱਲ ਕਹਿੰਦੇ ਲੱਖ ਬੰਦੇ ਦਾ ਘੇਰਾ ਪੈਣਾ ਚਲੋ ਟੈਲੀਫੋਨ ਚੱਕਿਆ ਨਾ ਅਤੇ ਫਤਿਹ ਬੁਲਾਈ ਮੈਂ ਇਹ ਗੱਲ ਕੀਤੀ ਸੀ ਉਹਨਾਂ ਨਾਲ ਮੈਂ ਕਿਹਾ ਜੇ ਇਤਰਾ ਸਾਰੇ ਸਿੰਘਾਂ ਦੇ ਰਹਿ ਪਏ ਉੱਧਰ ਆ ਜਾਈਏ ਬਾਕੀ ਗੱਲ ਸਾਰੀ ਦੱਸੀ ਜਿਹੜੀ ਹੈਗੀ ਸੀ ਉਹ ਕਹਿੰਦੇ ਵੀ ਤੁਸੀਂ ਨਹੀਂ ਆਉਣਾ ਇੱਧਰ ਤੂੰ ਇੱਧਰ ਰਹਿਣਾ ਅਤੇ ਮੈਂ ਕਿਹਾ ਜੀ ਤੁਹਾਡਾ ਵਜਨ ਹੀ ਪੂਰਾ ਹੋ ਗਿਆ ਉਹਨਾਂ ਇੱਕ ਤੁਕ ਪੜੀ ਸੀਗੋ ਲਾਸਟ ਵਾਲੀ ਜਾਮ ਗੁਰੂ ਹੋਏ ਵੱਲ ਧਨੇ ਕਿਆ ਗਾਰਬ ਦਿਜੇ ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਹਿ ਕੀ ਇਹ ਲਾਸਟ ਵਾਲੀ ਜਿਹੜੀ ਮੇਰੇ ਨਾਲ ਉਹਨਾਂ ਦੀ ਗੱਲ ਹੋਈ ਆ ਔਰ ਮੈਂ ਕਿਹਾ ਜੀ ਭਾਈ ਅਮਰੀਕ ਸੋ ਉਹ ਭਾਈ ਅਮਰੀਕ ਸੋ ਉਹਨਾਂ ਨੂੰ ਉਸ ਮੇਰੀ ਉਹਨਾਂ ਨੇ ਗੱਲ ਕਰਾਈ ਸਾਨੂੰ ਕਿਸੇ ਦੱਸਿਆ ਸੀ ਵੀ ਉਹਨਾਂ ਨੂੰ ਸ਼ਾਇਦ ਕੋਈ ਲੱਤ ਲੁੱਤ 'ਚ ਗੋਲੀ ਲੱਗ ਗਈ ਆ ਲੇਕਿਨ ਉਹਨਾਂ ਨੂੰ ਮਸ਼ਕੋੜ ਜਿਹੀ ਆ ਗਈ ਸੀ ਪੈਰ ਦੇ ਉੱਤੇ ਉਹ ਕਿਤੇ ਮਨੀਸ਼ਨ ਮਨੂਸ਼ਨ ਵੰਡ ਰਹੇ ਸੀ ਉਹਨਾਂ ਨੇ ਮੇਰੀ ਗੱਲ ਉਹਨਾਂ ਕਰੇ ਉਹ ਲਾਸਟ ਵਾਲੀ ਗੱਲ ਸਾਡੇ ਨਾਲ ਹੋਈ ਉਹਨਾਂ ਨੇ ਮਨਾ ਕੀਤਾ ਸੀ ਵੀ ਤੁਸੀਂ ਇੱਧਰ ਨਹੀਂ ਆਉਣਾ ਉੱਧਰ ਰਹਿਣਾ ਸੰਤ ਜਰਨੈਲ ਸਿੰਘ ਦਾ ਸੁਭਾਅ ਕਿਵੇਂ ਜਿਵੇਂ ਤਕਰੀਰਾਂ ਤੋਂ ਲੱਗਦਾ ਸੀ ਕਿ ਕਾਫੀ ਗੁੱਸੇ ਵਾਲਾ ਪਰ ਤੁਸੀਂ ਦੱਸ ਰਹੇ ਹੋ ਕਿ ਉਹ ਜਦੋਂ ਤੁਹਾਡੇ ਨਾਲ ਮਿਲਦੇ ਸੀ ਤੁਸੀਂ ਜਾਂਦੇ ਸੀ ਤਾਂ ਬਹੁਤ ਵਧੀਆ ਸੁਭਾਅ ਸੁਖਾਵਾਂ ਮਾਹੌਲ ਹੁੰਦਾ ਸੀ ਮੇਰੇ ਖਿਆਲ ਜਿੱਦਾਂ ਨਰਮ ਸੰਤ ਜਰਨੈਲ ਸਿੰਘ ਦਾ ਸਹਿ ਸੁਭਾਅ ਸੀ ਨਾ ਮੈਂ ਇਹੋ ਜਿਹਾ ਬੰਦਾ ਚਲੋ ਸੰਤ ਕਰਤਾਰ ਸਿੰਘ ਹੋਣਾ ਦਾ ਤਾਂ ਬਹੁਤ ਹੀ ਨਰਮ ਸੀ ਨਾ ਔਰ ਇਹਨਾਂ ਦਾ ਉਦੋਂ ਵੀ ਨਰਮ ਸੀ ਸੁਭਾਅ ਇਹ ਮੈਂ ਇਹਨਾਂ ਨੂੰ ਜਦੋਂ ਜਿੰਨਾ ਚਿਰ ਸੰਤ ਨਹੀਂ ਬਣੇ ਕਦੀ ਮੈਨੂੰ ਐਂ ਕਰਕੇ ਵਹਿੰਦੇ ਸੀ ਕਦੀ ਮੈਨੂੰ ਐਂ ਕਰਕੇ ਅੱਖ ਕਰਕੇ ਨਹੀਂ ਕਿਹਾ ਲੈ ਵੇਖਿਆ ਵੀ ਇੰਨਾ ਸਹਿ ਸੁਭਾਅ ਚ ਰਹੀ ਤੁਹਾਡੇ ਨਾਲ ਤਾਂ ਬਹੁਤ ਪਿਆਰ ਹੋਵੇਗਾ ਜਿਵੇਂ ਭਾਈ ਅਮਰੀਕ ਸਿੰਘ ਨਾਲ ਤਾਂ ਬਹੁਤ ਸਾਡਾ ਯਾਰ ਵੀ ਸਾਡਾ ਭਰਾ ਵੀ ਸੀ ਸਾਡਾ ਯਾਰ ਸਾਡਾ ਭਰਾ ਵੀ ਸੀ ਕਿਉਂਕਿ ਜਦੋਂ ਸੰਤ ਨਹੀਂ ਸੀ ਉਦੋਂ ਤੁਸੀਂ ਸੰਤਾਂ ਦੇ ਪਰਿਵਾਰ ਦੇ ਵਿੱਚੋਂ ਸਾਡਾ ਬਹੁਤ ਪਿਆਰ ਵੀ ਬਹੁਤ ਕਰਦੇ ਹੋਣਗੇ ਬੜਾ ਕਰਦੇ ਔਰ ਮੈਂ ਇੱਕ ਗੱਲ ਵੇਖੀ ਆ ਨਹੀਂ ਤਾਂ ਮੈਂ ਬੰਦੇ ਇੱਥੇ ਨਾ ਪੋਲੀਟੀਕਲ ਬੰਦੇ ਵੀ ਵੇਖੇ ਮੈਂ ਇੱਥੇ ਬੜੇ ਬੜੇ ਰੁਤਬੇ ਮੈਂ ਮੁੱਖ ਮੰਤਰੀ ਦੀ ਕੁਰਸੀ ਵੀ ਛੱਡੀ ਜਾਖੋਗੇ ਤੇ ਮੈਂ ਬਾਅਦ ਚੋਂ ਵੀ ਤੁਹਾਨੂੰ ਦੱਸ ਦੂੰ ਛੁੱਟੀ ਕਰ ਲਓ ਗੱਲ ਵੈਸੇ ਕਿਉਂਕਿ ਇਤਿਹਾਸ ਕਿਤੇ ਫਿਲਮ ਬਣਾਓ ਯਾਰ ਜੇ ਮੇਰੇ ਤੇ ਬਣਾ ਸਕਦੇ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਤੁਸੀਂ ਚੱਲਦਾ ਫਿਰਦਾ ਇਤਿਹਾਸ ਮੈਂ ਤੁਹਾਨੂੰ ਕਿਤੇ ਫਿਲਮ ਰਾਜੀਵ ਗਾਂਧੀ ਨੇ ਕਿਹਾ ਸੀ ਇੱਕ ਤਾਂ ਬਣ ਲੱਗੀ ਮੇਰੇ ਤੇ ਹਾਂਜੀ ਤੇ ਇਹ ਇੱਕ ਮੈਂ ਤੁਹਾਡਾ ਤੁਸੀਂ ਕਿਸੇ ਦਿਨ ਟਾਈਮ ਕੱਢ ਕੇ ਨਾ ਡਾਕੂਮੈਂਟਰੀ ਕਿਤੇ ਤੁਸੀਂ 8-10 ਦਿਨ ਲਾ ਕੇ ਤੇ ਇਹਨੂੰ ਕਮ ਸੇ ਕਮ ਇਹ ਸਾਰਾ ਕੁਝ ਮੇਰੇ ਤੋਂ ਸੁਣ ਲਓ ਪਤਾ ਨਹੀਂ ਹੁੰਦਾ ਜ਼ਿੰਦਗੀਆਂ ਦਾ ਠੀਕ ਹੈ ਨਾ ਸੋ ਉਹ ਮੈਂ ਕੀ ਗੱਲ ਕਰ ਰਿਹਾ ਸੀ ਕਿ ਸੰਤ ਜਰਨੈਲ ਸਿੰਘ ਹੋਣਾ ਦੀ ਗੱਲ ਹੀ ਕਰ ਰਹੇ ਸੀ ਤੁਸੀਂ ਮੈਂ ਜਦੋਂ ਅਸੀਂ ਉਹਨਾਂ ਨੂੰ ਸੰਤ ਬਣਾਇਆ ਨਾ ਸਾਰੀ ਸੰਗਤ ਨੇ ਸਾਰਿਆਂ ਨੇ ਪਰਿਵਾਰ ਨੇ ਬਹਿ ਕੇ ਇੱਕ ਬੰਦਾ ਮੈਂ ਜ਼ਿੰਦਗੀ 'ਚ ਐਸਾ ਦੇਖੀ ਇੱਕ ਮਹਾਨ ਸ਼ਖਸੀਅਤ ਵੇਖਿਆ ਜਿਹਦਾ ਬਣ ਤੋਂ ਬਾਅਦ ਵੀ ਜਿੰਨਾ ਚਿਰ ਜਿਉਂਦਾ ਰਹੇ ਉਹਦਾ ਵਤੀਰਾ ਸਾਡੇ ਨਾਲ ਉਹੋ ਜਿਹੋ ਜਿਹਾ ਪਹਿਲਾਂ ਸੀ ਨਹੀਂ ਤਾਂ ਮੈਂ ਇੱਥੇ ਅੱਖਾਂ ਫੁੱਲਦੀਆਂ ਵੇਖੀਆਂ ਲੋਕਾਂ ਦੀਆਂ ਦਿਮਾਗ ਪਛਾਣ ਜਾਂਦੇ ਵੇਖੇ ਉਹਨਾਂ ਦੀਆਂ ਅੱਖਾਂ ਅਸਮਾਨ ਨੂੰ ਲੱਗਦੀਆਂ ਵੇਖੀਆਂ ਸਿਆਸੀ ਬੰਦਿਆਂ ਦੀਆਂ ਇੱਕ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜਿਹੜੇ ਸੀ ਉਹ ਜਿੰਨਾ ਮੇਰੇ ਪਿਤਾ ਕਿਉਂਕਿ ਸੰਤਾਂ ਦਾ ਪਿਆਰ ਤਾਂ ਪਰਿਵਾਰ ਨਾਲ ਘੱਟ ਹੀ ਸੀਗਾ ਲੇਕਿਨ ਜੇ ਮੈਨੂੰ ਵੱਧ ਕਿਸੇ ਨੇ ਪਿਆਰ ਕਿਤੇ ਕੀਤਾ ਮੇਰੇ ਬਾਪ ਨਾਲੋਂ ਵੀ ਵੱਧ ਮੇਰਾ ਵੱਡਾ ਭਰਾ ਸੀ ਅਤੇ ਸ਼ਾਇਦ ਇਸ ਕਰਕੇ ਵੀ ਇਹ ਇਹਨਾਂ ਦਾ ਪਿਤਾ ਚਲਾ ਗਏ ਆ ਅਤੇ ਮੈਂ ਇਹਨਾਂ ਨੂੰ ਮਹਿਸੂਸ ਨਹੀਂ ਹੋਣ ਦੇਣਾ ਵੀ ਮੈਂ ਇਹਨਾਂ ਦਾ ਵੱਡਾ ਭਰਾ ਹੈ ਮੇਰੀ ਨਾਲ ਜ਼ਿੰਦਗੀ 'ਚ ਕੋਈ ਗੱਲ ਵੀ ਨਹੀਂ ਮੋੜੀ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਜੀ ਕੋਈ ਗੱਲ ਉਹਨੇ ਮੈਨੂੰ ਐਂ ਕਿਹਾ ਹਮੇਸ਼ਾ ਐਂ ਰੱਖਣੀ ਆ ਸੱਚੀ ਗੱਲ ਮੈਂ ਤੁਹਾਨੂੰ ਦਿਲ ਦੀ ਦੱਸਦਾ ਐਡਾ ਮਰਦ ਔਰ ਐਡਾ ਬਚਨ ਦਾ ਪੂਰਾ ਔਰ ਇੰਨਾ ਨਿਮਰਤਾ ਵਾਲਾ ਮੈਂ ਬੰਦਾ ਨਹੀਂ ਗਾ ਵੇਖਿਆ ਔਰ ਜਿਹਦੀ ਨਿਗਾਹ ਹੀ ਨਹੀਂ ਬਦਲੀ ਜਿਹਦੇ ਇੱਥੇ ਮਾੜਾ ਜਿਹਾ ਕੁਛ ਬਣ ਜਾਂਦਾ ਨਾ ਕੋਈ ਲੀਡਰ ਜਿਹਾ ਅਤੇ ਉਹ ਚੌਥੇ ਕੁ ਦਿਨ ਹੋਰ ਪੰਜਵੇਂ ਕੁ ਦਿਨ ਹੋਰ ਅਤੇ ਮਗਰੋਂ ਠੱਗੀ ਠੋਰੀ ਮਾਰ ਕੇ ਦੇਖਦਾ ਵੱਡੀ ਗੱਡੀ
ਤਾਂ ਵੱਡਾ ਇਤਿਹਾਸ ਅਤੇ ਫਿਰ ਉਹ ਦੱਸਣਗੇ ਵੀ ਮੈਂ ਮੇਰੀ ਆਹ ਮੇਰੀ ਹੈਗੀ ਜੇ ਕਰਤੂਤ ਆ ਵੇਖ ਲਓ ਮੇਰੀ ਲੋਕਾਂ ਦੇ ਸਾਹਮਣੇ ਜੇ ਕਰਨਗੇ ਮੈਂ ਉਹਨਾਂ ਦੇ ਨਹੀਂ। ਭਾਈ ਅਮਰੀਕ ਸਿੰਘ ਦਾ ਬਹੁਤ ਜ਼ਿਆਦਾ ਪਿਆਰ ਸੀ, ਭਾਈ ਅਮਰੀਕ ਸਿੰਘ ਦਾ ਭਰਾ ਬਣੇ ਸੀ ਕਾਲਜ ਵੀ ਮਿਲ ਜਾਂਦੇ ਸੀ। ਭਾਈ ਅਮਰੀਕ ਸਿੰਘ ਬਈ ਰਹਿੰਦੇ ਸੀ ਨਾ ਖਾਲਸਾ ਕਾਲਜ ਪੜ੍ਹਦੇ ਸੀ, ਉਹਨਾਂ ਨੂੰ ਮਿਲਣ ਜਾਂਦੇ ਹੁੰਦੇ ਸੀ ਅਤੇ ਉਹਨਾਂ ਲਈ ਕੁਛ ਨਾ ਕੁਛ ਚੀਜ਼ ਬਣਾ ਕੇ ਲੈ ਕੇ ਜਾਂਦੇ ਹੁੰਦੇ। ਪੁਰਾਣੇ ਟਾਈਮ ਦੇ ਉੱਤੇ ਨਾ ਪੰਜੀਰੀਆਂ ਪੰਜੂਰੀਆਂ ਦਾ ਜ਼ੋਰ ਸੀ, ਮੈਂ ਵੀ ਭਾਈ ਅਮਰੀਕ ਸਿੰਘ ਲਈ ਪੰਜੀਰੀ ਲੈ ਕੇ ਕਰਾ ਗਿਆ ਸੀ ਅਤੇ ਮੈਂ ਝੋਲੇ 'ਚ ਪਾਈ ਫਿਰਾਂ ਅਤੇ ਉੱਥੇ ਜਦੋਂ ਮੈਂ ਉਹਨਾਂ ਦੀ ਕਲਾਸ 'ਚ ਚਲਾ ਗਿਆ, ਮੈਨੂੰ ਨਹੀਂ ਪਤਾ ਵੀ ਇਹ ਕਲਾਸ 'ਚ ਕੱਟ ਜਾਈਦਾ, ਮੈਂ ਛੋਟਾ ਹਜੇ, ਉਹ ਵੇਖ ਕੇ ਮੈਨੂੰ ਬੜਾ ਹੱਸਿਆ। ਚਲੋ ਮੈਂ ਐਂ ਕਰਕੇ ਝੋਲਾ ਜਿਹਾ ਫੜਿਆ ਸੀ ਨਾ ਅਤੇ ਉਹ ਮੈਨੂੰ ਨਾਮ ਭੁੱਲ ਗਿਆ, ਕਾਮਰੇਡ ਸੀ ਉਹਨਾਂ ਦਾ ਅਲਗੋ ਕੋਠੀ ਦਾ ਯਾਰ ਸੀ ਉਹਨਾਂ ਦਾ, ਪ੍ਰੋਫੈਸਰ ਲੱਗਾ ਸੀ ਹੁਣ ਬਾਅਦ 'ਚ ਮੈਨੂੰ ਮਿਲਦਾ ਰਿਹਾ ਬੜਾ, ਅਜੇ ਵੀ ਹੈਗੇ ਬਾਹਰ ਗਏ ਆ। ਉਹ ਮੈਨੂੰ ਵੇਖ ਕੇ ਬੜਾ ਹੱਸੇ ਵੀ ਇਹ ਮਤਲਬ ਪਿੰਡੂਗਾ ਪਿੰਡ 'ਚ ਹੋਇਆ ਹੈ। ਮੈਂ ਕਿਹਾ ਕੋਈ ਨਹੀਂ ਮੈਂ ਪਿੰਡ 'ਚ ਹੋਇਆ ਵੀ ਖਾਣ ਵਾਲੀ ਚੀਜ਼ ਮੇਰੇ ਕੋਲ ਹੈਗੀ ਆ, ਜਦ ਦੱਸੀ ਨਾ ਤਾਂ ਉਹ ਵੇਖ ਕੇ ਆਉਂਦੇ ਆਉਂਦੇ ਯਾਰ ਆਹ ਤਾਂ ਕਮਾਲ ਕਰਤੀ ਹੈ ਤੂੰ, ਫਿਰ ਉਹ ਮੈਨੂੰ ਬੜਾ ਪਿਆਰ ਸਾਰੇ ਕਰ। ਮੇਰੇ ਕਹਿਣ ਤੋਂ ਭਾਵ ਉਹ ਵੀ ਸੰਤਾਂ ਕੋਲ ਭਾਈ ਅਮਰੀਕ ਸਿੰਘ ਹੋਣਾ ਕੋਲ ਜਿਹੜਾ ਖਾਲਸਾ ਕਾਲਜ ਦਾ ਗੁਰਦੁਆਰਾ ਨਾ ਉਹਦੇ ਜੋ ਉੱਤੇ 4 ਨੰਬਰ ਕਮਰਾ ਭਾਈ ਅਮਰੀਕ ਸਿੰਘ ਦੇ ਕੋਲ ਸੀ, ਜਿਹੜਾ ਐਜ ਏ ਸਿੱਖ ਐਜ ਏ ਸਕੋਲਰ ਉਹਨਾਂ ਨੂੰ ਫਰੀ ਦਿੱਤਾ ਸੀ ਕਾਲਜ ਨੇ, ਜਿਹੜਾ ਵਿਦਿਆਰਥੀ ਨੂੰ ਦੇ ਦਿੰਦੇ ਆ ਨਾ ਸਕੋਲਰਸ਼ਿਪ। ਅਤੇ ਸੰਤ ਜਰਨੈਲ ਸਿੰਘ ਉਹ ਗੁਰਦੁਆਰੇ ਜਾ ਕੇ ਅਤੇ ਪਾਠ ਕਰਦੇ ਰਹਿੰਦੇ ਸੀ, ਉਹ ਕਾਲਜ ਜਦੋਂ ਹੋ ਗਿਆ ਜਾਂਦੇ ਫਿਰ ਉੱਥੇ ਰਹਿੰਦੇ ਸੀ। ਸਾਡੀ ਇੱਕ ਭੈਣ ਸੀ ਲਾਗੇ ਇਹ ਖਾਲਸਾ ਕਾਲਜ, ਉਹਦਾ ਜੀਤੋ ਉਹਦਾ ਨਾਂ ਜੀਤ ਕੌਰ, ਸਾਡਾ ਭਾਈ ਆ ਜਗਜੀਤ ਸਿੰਘ ਸੀਗਾ ਜਿਹੜੀ ਸਾਡੀ ਧਰਮ ਦੀ ਭੈਣ ਸੀ, ਉਹਨਾਂ ਦਾ ਲਾਗੇ ਘਰ ਸੀ ਅਤੇ ਉਹ ਉੱਥੇ ਮੁਲਾਜ਼ਮ ਵੀ ਲੱਗੇ ਸੀ। ਇਹਨਾਂ ਦੀ ਰੋਟੀ ਇਹ ਸ਼ਾਮ ਨੂੰ ਉਹਨਾਂ ਦੇ ਘਰੋਂ ਖਾ ਆਉਂਦੇ ਸੀ, ਕਿਉਂਕਿ ਸੁੱਚਮ ਦੀ ਖਾਣੀ ਹੁੰਦੀ ਸੀ ਨਾ, ਉਹ ਖਾ ਆਉਂਦੇ ਸੀ ਮੈਸ 'ਚੋਂ ਭਾਈ ਅਮਰੀਕ ਸਿੰਘ। ਜਦੋਂ 6 ਜੂਨ ਨੂੰ ਜਦੋਂ ਤੁਹਾਨੂੰ ਪਤਾ ਲੱਗਾ ਕਿ ਤੁਹਾਨੂੰ ਗ੍ਰਿਫਤਾਰ ਕਦੋਂ ਕੀਤਾ ਗਿਆ ਸੀ? ਅਸੀਂ 6 ਜੂਨ ਨੂੰ 6 ਜੂਨ ਨੂੰ ਜਦੋਂ ਤੁਹਾਨੂੰ ਪਤਾ ਲੱਗਾ, ਤੁਹਾਨੂੰ ਪਤਾ ਕਿਵੇਂ ਲੱਗਾ ਕਿ ਸੰਤ ਜਰਨੈਲ ਸਿੰਘ ਹੋਣਾ ਦੇ ਸ਼ਹੀਦ ਹੋ ਗਏ ਨੇ, ਭਾਈ ਅਮਰੀਕ ਸਿੰਘ ਸ਼ਹੀਦ ਹੋ ਗਏ ਨੇ, ਬਾਬਾ 18 ਸਿੰਘ ਹੁਣੀ ਸ਼ਹੀਦ ਹੋ ਗਏ ਨੇ, ਇਹ ਸਾਰੇ ਜਿਹੜੇ ਸ਼ਹੀਦੀਆਂ ਹੋਈਆਂ ਇਹ ਪਤਾ ਕਿਵੇਂ ਮੇਨ ਜੇ? ਸਾਨੂੰ ਉਹ ਤਾਂ ਪਹਿਲਾਂ ਕੋਈ ਪਤਾ ਨਹੀਂ ਸੀ ਉੱਥੇ, ਸਾਨੂੰ ਪਹਿਲਾਂ ਨਹੀਂ ਪਤਾ। ਜਦੋਂ ਸਾਡੇ ਕੋਲ ਬਾਜਵਾ ਆ ਨਾ ਜਿਹੜਾ ਅਪਾਰ ਸਿੰਘ ਬਾਜਵਾ, ਸਰਦਾਰ ਅਪਾਰ ਸਿੰਘ ਬਾਜਵਾ ਜਿਹੜਾ ਪੁਲਿਸ ਦਾ ਇੰਸਪੈਕਟਰ ਸੀ ਅਤੇ ਕਤਵਾਲੀ ਉਹ ਰਹਿੰਦਾ ਸੀਗਾ, ਕਤਵਾਲੀ ਤੁਹਾਨੂੰ ਪਹਿਲਾਂ ਗ੍ਰਿਫਤਾਰ ਕਰ ਲਿਆ ਸੀ ਸਰ? ਅਸੀਂ ਉਹਨਾਂ ਤੋਂ ਪਹਿਲਾਂ ਸਾਨੂੰ ਗ੍ਰਿਫਤਾਰ ਕਰ ਲਿਆ ਸੀ ਨਾ ਜਦੋਂ ਮਤਲਬ ਆਈ ਆ ਮਿਲਟਰੀ, ਵਾਹਵਾ ਜਾਣੇ ਸੀ, ਇੱਕ ਵਾਰੀ ਵਾਹਵਾ ਜਾਣੇ ਸੀ। ਸੋ ਉਹ ਜਦੋਂ ਆਇਆ ਹੈ ਅਤੇ ਉਦੋਂ ਅਸੀਂ ਸਾਨੂੰ ਮਾਰ ਵੀ ਦੇਣ ਲੱਗੇ, ਕੱਢ ਕੇ ਸਾਡੀ ਪਛਾਣ ਕਰਾਤੀ ਸੀ ਕਿਸੇ ਸਿੰਘ ਨੇ, ਉਹ ਜੇ ਮੇਰੀ ਫਿਲਮ ਬਣਾਓਗੇ ਤਾਂ ਮੈਂ ਤੁਹਾਨੂੰ ਦੱਸ ਦੂੰਗਾ ਵੀ ਫਲਾਣੇ ਬੰਦੇ ਸਾਨੂੰ ਮਰਵਾਉਣ ਲੱਗਾ ਸੀਗਾ, ਉਹ ਮੈਨੂੰ ਨਾਂ ਵੀ ਯਾਦ ਆ ਉਹਦਾ ਬੰਦੇ ਦਾ, ਅਤੇ ਉਹਨੇ ਸਾਨੂੰ ਕਢਾ ਤਾ ਵੀ ਆਹ ਫੈਡਰੇਸ਼ਨ ਵਾਲੇ ਜੇ ਜਿਉਂਦੇ ਜਾਗਦੇ ਹਿਰਦੇ ਜੇ, ਸਾਨੂੰ 4-5 ਜਣੇ ਉਹਨਾਂ ਨੇ ਕੱਢ ਵੀ ਲਿਆ ਸੀ। ਲੇਕਿਨ ਜਦੋਂ ਲਈ ਜਾਂਦੇ ਸੀ ਤਾਂ ਬੀਬੀਆਂ ਨੇ ਰੌਲਾ ਪਾਇਆ ਥੱਲਿਓ ਵੀ ਉੱਧਰ ਨਾ ਜਾਇਜ਼ ਮਾਰੀ ਜਾਂਦੇ ਆ, ਔਰ ਰਾਹ ਦੇ ਵਿੱਚ ਜੋ ਲਈ ਜਾਂਦੇ ਸੀ ਇੱਕ ਤਾਂ ਮੁਸਲਮਾਨ ਅੱਗੋਂ ਨੂੰ ਮਿਲ ਪਿਆ ਆਪਣੇ ਨੂੰ ਸਾਨੂੰ, ਅਤੇ ਮੈਂ ਹਰਮਿੰਦਰ ਸਿੰਘ ਸੰਧੂ ਨੂੰ ਆਖਿਆ, ਉਹ ਬੜਾ ਸਿਆਣਾ ਬੰਦਾ ਸੀ, ਮੈਂ ਕਿਹਾ ਤੂੰ ਬੜੀ ਇੰਗਲਿਸ਼ ਬੋਲਦਾ ਨਾ, ਇਹਨੂੰ ਦੱਸ ਦੇ ਵੀ ਅਸੀਂ ਫਲਾਣੇ ਬੰਦੇ ਆਉਣਾ, ਦੱਸਣਾ ਆਪਦੀ ਆਈਡੈਂਟੀਫਿਕੇਸ਼ਨ ਤਾਂ ਦੱਸੋ ਤੁਸੀਂ। ਉਹਨੇ ਫਿਰ ਦੱਸਿਆ ਉੱਥੇ ਕਿ ਮੈਂ ਜਨਰਲ ਸੈਕਟਰੀ ਹਾਂ ਫੈਡਰੇਸ਼ਨ ਦਾ, ਇਹ ਮੈਨੇਜਰ ਨੇ ਦਰਬਾਰ ਸਾਹਿਬ ਦੇ, ਮੈਂ ਉਦੋਂ ਮੈਨੇਜਰ ਲੱਗਾ ਸੀ ਦਰਬਾਰ ਸਾਹਿਬ, ਅਤੇ ਆਹ ਸਾਡੇ ਸਾਥੀ ਸਾਡੇ, ਅਤੇ ਸਾਨੂੰ ਇਹ ਮਤਲਬ ਇਸ ਤਰ੍ਹਾਂ ਮਾਰ ਲਈ ਜਾਂਦੇ ਆ। ਉਹ ਫਿਰ ਅੱਗੋਂ ਬੜਾ ਪਿਆ, ਉਹਨੇ ਗਾਲਾਂ ਵੀ ਕੱਢੀਆਂ ਉਹਨਾਂ ਨੂੰ, ਇੱਕ ਹੌਲਦਾਰ ਜਿਹਾ ਸੀ ਜਿਹੜਾ ਸਾਨੂੰ ਮਾਰਨ ਪੈਂਦਾ ਸੀ, ਉਹਦੇ ਕੋਲ ਆ ਮੋਰੀਆਂ ਹੀ ਵਾਲੀ ਜਿਹੜੀ ਹੁੰਦੀ ਆ ਨਾ ਸਰੇਨ ਸੀਗੀ, ਉਹਨੇ ਜਦੋਂ ਗਾਲ ਨੂੰ ਕੱਢੀ ਨਾ, ਉਹਨੇ ਚੱਲ ਲਭਾ ਗਿਆ ਉੱਥੇ ਜਿਹੜੇ ਬੰਦੇ ਕਹਿੰਦਾ ਕੈਪਚਰ ਕਰ ਰਹੇ ਉਹਨਾਂ ਨੂੰ ਕਿਉਂ ਤੂੰ ਕਰਦਾ, ਸੋ ਉਦੋਂ ਸਾਡਾ ਬਚਾਅ ਹੋ ਗਿਆ। ਫਿਰ ਸਾਨੂੰ ਆਣ ਕੇ ਨਾ ਉਹ ਜਿਹੜਾ ਕੱਢਿਆ ਸੀ ਸਾਨੂੰ ਅਪਾਰ ਸਿੰਘ ਬਾਜਵੇ ਨੇ ਕੱਢਿਆ ਸੀ, ਇੱਕ ਤਾਂ ਪਾਣੀ ਪਿਆ ਉਹਨਾਂ ਨੇ ਆਣ ਕੇ ਜਿਹੜੇ ਉਹਦੇ ਗਨਮੈਨ ਸੀ। ਹਾਲਾਤ ਕੀ ਸੀ ਉਦੋਂ ਦਰਬਾਰ ਸਾਹਿਬ ਦੇ ਕੰਪਲੈਕਸ ਦੇ? ਹਾਲਾਤ ਤਾਂ ਮੇਰੇ ਖਿਆਲ ਉਦੋਂ ਮਾਵਾਂ ਪੁੱਤ ਨਹੀਂ ਸੰਭਾਲਦੀਆਂ,
ਆਵਾਂ ਪੁੱਤ ਨਹੀਂ ਜਦੋਂ ਤੁਸੀਂ ਵੇਖਿਆ ਭਾਂਬੜ ਨਿਕਲੇ ਹੋਗੇ ਬਾਹਰ ਤੁਸੀਂ ਵੇਖੋ ਵੀ ਮੇਰੇ ਖਿਆਲ ਦੇ ਵਿੱਚ ਜਿਸ ਤਰ੍ਹਾਂ ਹੁਣ ਅਸੀਂ ਤਾਂ ਇੱਥੇ ਆਹ ਇਹੋ ਕੰਪਲੈਕਸ ਸਮਝ ਲਓ ਸਾਨੂੰ ਤਾਂ ਫੜ ਕੇ ਤਾਂ ਇੱਥੇ ਉਹਨਾਂ ਨੇ ਉਹ ਕਰਤਾ ਪਰ ਉੱਠਣ ਤੱਕ ਨਹੀਂ ਸੀ ਤੁਸੀਂ ਮਿਲਟਰੀ ਕਿਸੇ ਨੂੰ ਕੱਪੜੇ ਪਾੜਤੇ ਸੀ ਵੇਖਣਾ ਕਿਸੇ ਨੇ ਕੀ ਉੱਥੇ ਢੱਠਾ ਹੋਇਆ ਅਕਾਲ ਤਖਤ ਸਾਹਿਬ ਉਹ ਵੇਖਿਆ ਤੁਸੀਂ ਆਪਣੀ ਨਜ਼ਰ ਉਹ ਤਾਂ ਦੂਰ ਸੀ ਉੱਥੋਂ ਐਵੇਂ ਗਲਤ ਗੱਲ ਨਹੀਂ ਕਰ ਰਹੀ ਉਹ ਦੂਰ ਸੀ ਉੱਥੋਂ ਧੂੰਆਂ ਨਿਕਲਦਾ ਜ਼ਰੂਰ ਵੇਖਿਆ ਜਿਹੜਾ ਪਰਲੇ ਪਾਸੇ ਇਹ ਅਸੀਂ ਮੈਂ ਝੂਠ ਪਾ ਰਹੀ ਹੈ ਜਾਂ ਕਈ ਬੰਦੇ ਝੂਠ ਹੀ ਬੋਲਦੇ ਹੋਣਗੇ ਹਾਂ ਜਿਹੜੇ ਉਹਨਾਂ ਦੇ ਨਾਲੋਂ ਗਏ ਆ ਨਾ ਬੰਦੇ ਜਿਹਨਾਂ ਨੂੰ ਜਦੋਂ ਸੰਤਾਂ ਨੇ ਲਾਸਟ 'ਤੇ ਉਹਨਾਂ ਨੂੰ ਆਖਿਆ ਵੀ ਤੁਸੀਂ ਸਗੋਂ ਜੇ ਜਾਣਾ ਤਾਂ ਜਾ ਸਕਦੇ ਜੇ ਉਹਦੇ 'ਚ ਹੈਗੇ ਆ ਬਾਬਾ ਮੁਖਤਾਰ ਸਿੰਘ ਮੁਖੀ ਹੈਗਾ ਹੈ ਹੋਰ ਵੀ ਸਿੰਘ ਹੈਗੇ ਜੋਧਪੁਰ ਵੀ ਸਾਡੇ ਨਾਲ ਹੈਗੇ ਸੀਗੇ ਲੇਕਿਨ ਉਹ ਤੁਹਾਨੂੰ ਉੱਧਰ ਦੀ ਗੱਲ ਉਹ ਦੱਸ ਸਕਦੇ ਜਦੋਂ ਅਰਦਾਸਾ ਕਰਕੇ ਅਤੇ ਸ਼ਹੀਦੀ ਦਿੱਤੀ ਆ ਉਹਨਾਂ ਉਦੋਂ ਕਈ ਸਿੰਘ ਪਛਾਣ ਵੀ ਫਿਰ ਨਿਕਲ ਗਏ ਆ ਪਰ ਉਹਨਾਂ ਨਾਲ ਰੂਟੀਨ 'ਚ 34-35 ਸਿੰਘ ਜਿਸ ਤਰ੍ਹਾਂ ਹੁੰਦੇ ਸੀ ਨਾ ਉਹਨਾਂ ਨੇ ਆਪਦੀ ਸ਼ਹੀਦੀ ਦੀ ਅਰਦਾਸ ਆਪ ਕੀਤੀ ਆ ਅਕਾਲ ਤਖਤ ਸਾਹਿਬ 'ਤੇ ਭਾਈ ਅਮਰੀਕ ਸਿੰਘ ਨੇ ਅਤੇ ਸੰਤ ਜਰਨੈਲ ਸਿੰਘ ਨੇ ਅਤੇ ਉੱਥੋਂ ਫਿਰ ਉਹਨਾਂ ਜਿਹੜੀ ਵੱਡੀ ਸ੍ਰੀ ਸਾਹਿਬ ਆ ਉਹ ਵੀ ਉੱਥੇ ਰਾਸਤੀ ਲਾ ਗਏ ਜਿੱਥੇ ਸ਼ਸਤਰ ਵਿਖਾਉਂਦੇ ਆ ਅਤੇ ਤੀਰ ਵੀ ਆਪਦਾ ਰਾਸਤਾ ਸੀ ਰਸਤਾ ਸੀ ਭਾਈ ਅਮਰੀਕ ਸਿੰਘ ਦਾ ਵੀ ਆਪਦੀ ਵੱਡੀ ਕਿਰਪਾਨ ਫੜਦੇ ਸੀ ਉਹਨਾਂ ਦਿਲ 'ਚ ਬਾਅਦ 'ਚ ਵਿਖਾਇਆ ਕਰਨਗੇ ਔਰ ਮੈਂ ਮੇਰੀ ਮੁਲਾਕਾਤ 'ਤੇ ਸਰਦਾਰ ਅਵਨਾਸ਼ੀ ਸਿੰਘ ਗਿਆ ਜਿਹੜਾ ਟੌੜਾ ਸਾਹਿਬ ਦਾ PA ਸੀ ਜੋਧਪੁਰ ਡਾਕਟਰ ਬਰਾੜ ਗਏ ਸੀ ਅਤੇ ਉਹ ਅਪਾਰ ਸਿੰਘ ਬਾਜਵਾ ਜਿਹਨੇ ਸਾਨੂੰ ਬਚਾਇਆ ਸੀ ਇੱਥੋਂ ਜਿਹੜਾ ਪੁਲਿਸ ਦਾ ਇੰਸਪੈਕਟਰ ਸੀਗਾ ਤੁਹਾਨੂੰ ਕਿ ਸ਼ਹੀਦ ਹੋ ਗਏ ਨੇ ਸੰਤ ਜਰਨੈਲ ਸਿੰਘ ਔਰ ਭਾਈ ਅਮਰੀਕ ਸਿੰਘ ਉਹਨਾਂ ਸਾਨੂੰ ਦੱਸਿਆ ਸੀ ਉਹਨਾਂ ਮੈਨੂੰ ਨਹੀਂ ਦੱਸਿਆ ਉਹਨੇ ਸੰਧੂ ਨੂੰ ਦੱਸਿਆ ਸੀ ਮੈਨੂੰ ਨਹੀਂ ਪਤਾ ਸਾਨੂੰ ਲੱਗਾ ਉੱਥੇ ਕਿਉਂਕਿ ਸੰਧੂ ਉਸ ਟਾਈਮ 'ਤੇ ਸਾਡਾ ਲੀਡਰ ਸੀਗਾ ਉਹ ਜਨਰਲ ਸੈਕਟਰੀ ਸੀ ਫੈਡਰੇਸ਼ਨ ਦਾ ਉਹਦੇ ਕਾਰਨ 'ਚ ਉਹਨੇ ਕੋਈ ਗੱਲ ਆਣ ਕੇ ਦੱਸੀ ਆ ਅਤੇ ਉਹ ਡਾਊਨ ਹੋ ਗਿਆ ਥੋੜ੍ਹਾ ਜਿਹਾ ਹੁੰਦਾ ਹੀ ਹੈ ਜਦੋਂ ਸਾਥੀ ਚੱਲ ਜਾਏ ਪਰ ਉਹਨੇ ਸਾਨੂੰ ਵਾਰੀ ਵਾਰੀ ਸਾਰਿਆਂ ਨੂੰ ਉਹਨੂੰ ਗਾਲ ਬੜੀ ਕੱਢਦੇ ਸੀ ਮਿਲਟਰੀ ਵਾਲੇ ਬੜੀ ਗਾਲ ਕੱਢਦੇ ਸੀ ਆਪਣੀ ਨੂੰ ਖਾਸ ਕਰਕੇ ਜਿਹੜੀ ਪੁਲਿਸ ਆ ਪੰਜਾਬ ਪੁਲਿਸ ਵੀ ਤੁਸੀਂ ਰਲੇ ਜੇ ਇਹਦੇ ਨਾਲ ਪਿੰਡਰਾਲੇ ਨਾਲ ਪਰ ਉਹਨਾਂ ਨੇ ਪਰਵਾਹ ਕੀਤੀ ਇੱਕ ਤਾਂ ਪਾਣੀ ਪਿਆਈ ਗਏ ਉਹਦੇ ਗਨਮੈਨ ਇੱਕ ਉਹਨਾਂ ਵਾਰੀ ਵਾਰੀ ਕਰਕੇ ਸਾਨੂੰ ਸਾਰਿਆਂ ਨੂੰ ਉੱਥੋਂ ਕੰਪਲੈਕਸ 'ਚੋਂ ਅਪਾਰ ਸਿੰਘ ਬਾਜਵਾ ਨੇ ਕੱਢਿਆ ਉਸ ਤੋਂ ਬਾਅਦ ਫਿਰ ਤੁਹਾਨੂੰ ਜੋਧਪੁਰ ਜੇਲ੍ਹ ਲੈ ਗਿਆ ਤੁਹਾਡਾ ਸੱਦਰ ਬਹੁਤ ਹੋਇਆ ਉਦੋਂ ਮਿਲਟਰੀ ਕੈਂਪ ਦੇ ਵਿੱਚ ਤਾਂ ਕੁਛ ਇਹੋ ਜਿਹਾ ਵੀ ਕੱਪੜਾ ਵੀ ਕੋਈ ਨਹੀਂ ਸੀ ਨਾ ਤੇਰ ਅਤੇ ਨਾ ਸਿਰ 'ਤੇ ਉਹ ਤਾਂ ਜਿਹੜੇ ਪੁਰਾਣਾ ਦੇ ਨਾ ਵੀ ਉਹ ਮੀਰ ਮਨੂ ਦੇ ਸਹਿ ਅਤੇ ਕਹਿ ਕਸ਼ਟ ਸਹਾਰੇ ਅਤੇ ਬੀਬੀਆਂ ਦੇ ਜਿਹੜੇ ਉਹ ਸੀਨ ਦੱਸਦੇ ਆ ਅਰਦਾਸ 'ਚ ਵੀ ਉਹ ਮੇਰੇ ਉਹ ਮੰਜ਼ਰ ਮੈਂ ਅੱਖਾਂ ਨਾਲ ਵੇਖਿਆ ਫਿਰ ਤੁਹਾਨੂੰ ਨਾਭੇ ਲੈ ਗਏ ਉਸ ਤੋਂ ਬਾਅਦ ਇੱਥੋਂ ਬਾਅਦ ਸਾਰਿਆਂ ਦੇ ਵਾਰੰਟ ਨਾਭੇ ਦੇ ਪੈ ਗਏ ਸੀ ਅਤੇ ਮੇਰੀ ਗੁਰੂ ਨੇ ਮੱਤ ਕਰਤੀ ਮੇਰਾ ਵਾਰੰਟ ਕੁਦਰਤੀ ਜਿਹੜਾ ਸੀ ਉਹ ਪਟਿਆਲੇ ਦਾ ਪੈ ਗਿਆ ਨਾਭਾ ਜੇਲ੍ਹ ਜ਼ਿਆਦਾ ਸਿਕਿਉਰਿਟੀ ਜੇਲ੍ਹ ਸੀ ਅਤੇ ਜਦੋਂ ਪਟਿਆਲੇ ਮੈਨੂੰ ਰਾਤ ਨੂੰ ਖੜਿਆ ਹੈ ਅਤੇ ਉਦੋਂ ਮੈਨੂੰ ਉਹ ਜਿਹੜੇ 8-10 ਦਿਨ ਉੱਥੇ ਲੰਘੇ ਉਹਦੇ ਨਾਲ ਮੇਰਾ ਥੋੜ੍ਹਾ ਜਿਹਾ ਤਾਲਮੇਲ ਜਿਹੜਾ ਸੀ ਘਰਦਿਆਂ ਨੂੰ ਪਤਾ ਲੱਗ ਗਿਆ 3 ਕੁ ਮਹੀਨੇ ਵੀ ਜਿਉਂਦਾ ਹੈਗਾ ਅਜੇ ਪਹਿਲਾਂ ਜਿਉਂਦੇ ਦਾ ਵੀ ਨਹੀਂ ਪਤਾ ਕਿਸੇ ਭਾਈ ਸਾਹਿਬ ਦਾ ਸ਼ਹੀਦੀ ਦਾ ਤਾਂ ਪਤਾ ਲੱਗ ਗਿਆ ਸੀ ਅਤੇ ਮੇਰਾ ਨਹੀਂ ਲੱਗਦਾ ਕਿ ਕਿੱਥੇ ਅੱਛਾ ਉਸ ਤੋਂ ਬਾਅਦ ਦੀ ਕਹਾਣੀ ਨਾ ਦੱਸਦੇ ਜਾਓ ਕਿ ਕੀ ਹੋਇਆ ਫਿਰ ਤੁਹਾਡੇ ਤਸ਼ੱਦਦ ਕਿੰਨਾ ਹੋਇਆ ਜੋਧਪੁਰ ਮੈਂ ਨਹੀਂ ਤਾਂ ਬਿਆਨ ਨਹੀਂ ਕਰ ਸਕਦਾ ਉਦੋਂ ਬਾਅਦ ਨਾਭਾ ਜੇਲ੍ਹ 'ਚ ਅਤੇ ਲੱਦਾ ਕੋਠੀ ਜਿਹੜੀ ਬੜੀ ਮਸ਼ਹੂਰ ਹੈ ਲੱਦਾ ਕੋਠੀ ਲੱਦਾ ਕੋਠੀ ਤਾਂ ਮਾਵਾਂ ਪੁੱਤ ਨਹੀਂ ਸੰਭਾਲਦੀਆਂ ਉਹਦੇ ਬੇਦੀ ਨੇ ਕਸੂਆ ਜਿਹਾ ਲੰਘਦਾ ਅਤੇ ਰਾਜੇ ਭੁਪਿੰਦਰ ਸਿੰਘ ਨੇ ਆਪਦਾ ਫਾਰਮ ਹਾਊਸ ਬਣਾਇਆ ਸੀ ਕਿਸੇ ਟਾਈਮ 'ਤੇ ਅਤੇ ਜਿਹੜਾ ਉਹਦੇ 'ਚ ਤਸ਼ੱਦਦ ਕਰਕੇ ਅਦਮ ਹੋਇਆ ਜਾ ਇਹਦਾ ਸੀ ਉਹਨੂੰ ਚੁੱਕ ਕੇ ਸੂਏ ਸੁੱਟ ਜਾਂਦੇ ਸੀ ਅਤੇ ਉਹ ਗਾਂਹ ਤੁਰਿਆ ਜਾਂਦਾ ਸੀ ਸਭ ਤੋਂ ਵੱਧ ਮੈਂ ਰਿਹਾ ਉੱਥੇ 1 ਮਹੀਨਾ ਮੈਨੂੰ ਰੱਖਿਆ ਗਿਆ ਔਰ ਮੇਰੀ ਮਾਤਾ ਪਤਾ ਨਹੀਂ ਕਿੱਧਰੋਂ ਸੰਪਰਕ ਕਰਕੇ ਮੇਰੀ ਮਾਤਾ ਸ਼ੇਰਨੀ ਸੀ ਮਾਤਾ ਨਿਰੰਜਨ ਕੌਰ ਸ਼ੇਰਨੀ ਸੀ ਪੁਰਾਤਨ ਮਾਤਾ ਮਾਰ ਗਈ ਸੀ ਜਦੋਂ ਮੇਰਾ ਮੈਨੂੰ 13-14 ਦਿਨ ਦਾ ਨੀਂਦਰਾ ਸੀ ਨਾ ਅਤੇ ਮੈਨੂੰ ਸਮਝ ਨਹੀਂ ਲੱਗਦੀ ਵੀ ਮੇਰੀਆਂ ਅੱਖਾਂ ਵੀ ਸੌਣ ਨਹੀਂ ਦਿੰਦੇ ਸੀ ਤੁਹਾਨੂੰ ਉੱਥੇ ਸੌਣ ਨਹੀਂ ਦਿੰਦੇ ਮੈਨੂੰ ਰਾਤ ਦਿਨ ਪੁੱਛੀ ਜਾਂਦੇ ਸੀ ਅਤੇ ਮੇਰੇ ਕੰਨ ਵੀ ਬੋਲੇ ਹੋ ਗਏ ਤਾਂ ਅੱਖਾਂ ਮੇਰੀਆਂ ਖੁੱਲੀਆਂ ਮੈਨੂੰ ਸਮਝ ਨਹੀਂ ਲੱਗਦੀ ਵੀ ਕੀ ਆ ਜਦੋਂ ਨੀਂਦ ਆਉਂਦੀ ਸੀ ਫਿਰ ਕੀ ਕਰਦੇ ਸੀ ਗੱਲਾਂ ਹੀ ਕਰੀ ਜਾਂਦੇ ਸੀ
ਲਾ ਕੇ ਫਿਰ ਗੱਲ ਕੋਈ ਫਿਰ ਚਲ ਗਿਆ ਕੋਈ ਇੱਕ ਆ ਗਿਆ ਉਹਨਾਂ ਦੀ ਡਿਊਟੀ ਸੀ ਨਾ ਮੈਂ ਇਕੱਲਾ ਸੀਗਾ ਉਹ ਵਾਰ ਵਾਰ ਜਿੱਥੋਂ ਜੰਮੇ ਜਿੱਥੋਂ ਉੱਗੇ ਜਿੱਥੋਂ ਸ਼ੁਰੂ ਹੋਇਆ ਭੂਰੇ ਪਿੰਡ ਤੋਂ ਕਹਾਣੀ ਸ਼ੁਰੂ ਹੁੰਦੀ ਸੀ ਅਤੇ ਉਹ ਹਮਲੇ ਤੀਕਰ ਚਲੀ ਜਾਂਦੀ ਸੀਗੀ ਫਿਰ ਦੂਜਾ ਉਹਦਾ ਫਿਰ ਉੱਥੇ ਘੱਟ ਤੋਂ ਘੱਟ ਮੇਰੇ ਖਿਆਲ 20 ਏਜੰਸੀਆਂ ਹੋਣੀਆਂ ਨੇ ਜਿਹੜੀਆਂ ਕਰ ਰਹੀਆਂ ਸੈਂਟਰ ਵਗੈਰਾ ਅਤੇ ਜਦੋਂ ਮੇਰੀ ਮਾਤਾ ਪਤਾ ਨਹੀਂ ਕਿਤੇ ਉੱਥੇ ਪੰਛੀ ਵੀ ਆਏ ਪਰਿੰਦਾ ਵੀ ਪੈਰ ਮਾਰਦਾ ਨਹੀਂ ਪਰ ਮੈਨੂੰ ਨਹੀਂ ਪਤਾ ਵੀ ਕਿਸ ਤਰ੍ਹਾਂ ਗਏ ਵਿਚਾਰੇ ਉਹਨੇ ਮੇਰੀ ਆ ਕੇ ਹਾਲਤ ਵੇਖੀ ਨਾ ਅਤੇ ਮੈਨੂੰ ਆਉਂਦੀ ਆ ਵੀ ਪੁੱਤ ਕਾਇਮ ਰਵੀ ਆਪਦੇ ਪਿਓ ਵਾਂਗੂ ਅਤੇ ਭਾਈ ਸਾਹਿਬ ਵਾਂਗੂ ਅਤੇ ਮੈਂ ਇਹਨਾਂ ਦੇ ਪਰਿਵਾਰ ਨਹੀਂ ਛੱਡਣੇ ਆ ਜਿਹੜੇ ਤੈਨੂੰ ਤੰਗ ਕਰਨ ਡਿਆ ਮੈਂ ਇਹਨਾਂ ਦੇ ਪਰਿਵਾਰ ਨਹੀਂ ਛੱਡਣੇ ਇਹਨਾਂ ਕੁੱਤਿਆਂ ਦੇ ਉਹਦੇ ਇੱਕ ਲਫਜ਼ ਵਰਤਿਆ ਜਿਹੜਾ ਮੈਂ ਉਹਦੀ ਇਹਨਾਂ ਮੈਂ ਕੁੱਤਿਆਂ ਦੇ ਪਰਿਵਾਰ ਨਹੀਂ ਛੱਡਣੇ ਇਹਨਾਂ ਨਿਆਣੇ ਨਹੀਂ ਮੈਂ ਛੱਡਣੇ ਤੁਸੀਂ ਮਾਰ ਦਿਓ ਮੇਰਾ ਜਿਹੜਾ ਇੱਕ ਹੈਗਾ ਤੁਹਾਡੇ ਮੈਂ ਜਾਣ ਉਸੇ ਵੇਲੇ ਹੀ ਨਾ ਜਦੋਂ ਮੇਰੀ ਮਾਤਾ ਬਾਹਰ ਨੂੰ ਗਈ ਆ ਅਤੇ ਬੜੇ ਬੜੇ ਜਿਹੜੇ ਅਫਸਰ ਫਿਰ ਉਹਨਾਂ ਦੀ ਰੱਗਾਂ ਵਗੀਆਂ ਫਿਰ ਉਹਨਾਂ ਦੀਆਂ ਸੱਚੀ ਗੱਲ ਮੈਂ ਤੁਹਾਨੂੰ ਦੱਸਦਾ ਜਿਹੜਾ ਉਹਨਾਂ ਨੇ ਸ਼ੇਰ ਵਾਂਗੂ ਇੱਕ ਪੱਪਕ ਮਾਰੀ ਨਾ ਅਤੇ ਦੂਜਾ ਕਿ ਮੇਰਾ ਤਾਂ ਨਹੀਂ ਨਾਂ ਲਿਖਾਤਾ ਮੇਰੇ ਪਰਿਵਾਰ ਦਾ ਤਾਂ ਨਹੀਂ ਲਿਖਾਤਾ ਮੇਰੇ ਡਰ ਵੀ ਸੀ ਉਸ ਵਕਤ ਪੁਲਿਸ ਅਫਸਰਾਂ ਦੇ ਵਿੱਚ ਮਨਾਂ ਦੇ ਵਿੱਚ ਹੈ ਡਰ ਵੀ ਸੀ ਪੁਲਿਸ ਅਫਸਰ ਮੈਂ ਨਾ ਬੜੇ ਬੜੇ ਜਿਹੜੇ ਅਫਸਰ ਸੀ ਉਹਨਾਂ ਦੀਆਂ ਝੱਗਾਂ ਵਗਦੀਆਂ ਮੈਂ ਵੇਖੀ ਜਦੋਂ ਮੇਰੀ ਮਾਤਾ ਬੋਲੀ ਉੱਥੇ ਉਹਨੇ ਆ ਤੁਸੀਂ ਮਾਰ ਦਿਓ ਇਹਨੂੰ ਜੇ ਮੈਂ ਤੁਹਾਡਾ ਨਿਆਣਾ ਰਹਿਣ ਤਾਂ ਮਗਰੋਂ ਕੋਈ ਤਾਂ ਆਖਿਆ ਨਹੀਂ ਕੋਈ ਉਹ ਤਾਂ ਚਲੇ ਗਏ ਪਰ ਫਿਰ ਮੇਰਾ ਮੈਨੂੰ ਸਵਾ ਤਾਂ ਉਸੇ ਵੇਲੇ ਉਹਨਾਂ ਨੇ ਪਰ ਮੈਂ 3 ਦਿਨ ਨਹੀਂ ਉੱਠਿਆ 3 ਰਾਤਾਂ 3 ਦਿਨ ਉਹ ਲਾ ਕੇ ਅਤੇ ਰੋਟੀ ਮੇਰੇ ਸਿਰਾਣੇ ਰੱਖ ਜਾਂਦੇ ਅਤੇ ਨਾਲੇ ਉਹਨਾਂ ਦਿਲ 'ਚ ਹੁੰਦਾ ਹੈ ਲਾਉਣਾ ਇਸ ਕਰਕੇ ਜ਼ਰੂਰੀ ਵੀ ਮਰਿਆ ਨਾ ਹੋਵੇ ਪਹਿਲੀ ਰੋਟੀ ਚੁੱਕ ਕੇ ਲੈ ਜਾਂਦੇ ਅਤੇ ਮਗਰ ਲਈ ਉੱਥੇ ਰੱਖ ਜਾਂਦੇ ਸੀ ਮੇਰੇ ਤੀਜੇ ਚੌਥੇ ਦਿਨ ਜਾ ਕੇ ਸੁਰਤ ਆਈ ਸੀ ਅਤੇ ਫਿਰ ਨਹੀਂ ਮੈਨੂੰ ਕਿਸੇ ਨੇ ਵੀ ਕਵਾਇਆ ਫਿਰ ਉੱਥੋਂ ਨਾਭੇ ਲਏ ਨਾਭੇ ਤੋਂ ਜੋਧਪੁਰ ਜੇਲ੍ਹ 'ਚ ਲੈ ਗਏ ਸੀਗੇ INSA 2 ਸਾਲ ਦੀ ਲੱਗੀ ਸੀ ਮੇਰੇ 'ਤੇ ਹੁਣ ਤਾਂ ਭਾਈ ਅੰਮ੍ਰਿਤਪਾਲ ਸਿੰਘ ਹੁਣਾਂ 'ਤੇ 1 ਸਾਲ ਦੀ ਲੱਗੀ ਇੱਕ ਦੀ ਫਿਰ ਐਕਸਟੈਂਡ ਕਰਨੀ ਪਈ ਉਹਨਾਂ ਨੂੰ ਉਦੋਂ 2 ਸਾਲ ਦੀ ਹੁੰਦੀ ਸੀ ਸਾਡੇ 'ਤੇ ਮੈਂ 8 ਸਾਲ ਜੇਲ੍ਹ ਕੱਟੀ ਆ ਅਤੇ 5 ਸਾਲ ਜੋਧਪੁਰ ਵਾਲੀ ਅਤੇ ਬਾਕੀ ਮਿਲਟਰੀ ਕੈਂਪ ਤੋਂ ਲੈ ਕੇ ਅੰਮ੍ਰਿਤਸਰ ਜੇਲ੍ਹ ਜਲੰਧਰ ਜੇਲ੍ਹ ਲੁਧਿਆਣਾ ਜੇਲ੍ਹ ਪਟਿਆਲਾ ਜੇਲ੍ਹ ਨਾਭਾ ਜੇਲ੍ਹ ਸੰਗਰੂਰ ਜੇਲ੍ਹ ਬਠਿੰਡਾ ਜੇਲ੍ਹ ਅਤੇ ਜੋਧਪੁਰ ਜੇਲ੍ਹ ਅੱਛਾ ਗੱਲ ਕੀਤੀ ਜਾਵੇ ਕਿ ਜਦੋਂ ਇੰਟੈਰੋਗੇਸ਼ਨ ਤੁਹਾਨੂੰ ਸਭ ਤੋਂ ਵੱਧ ਕਿਹੜੀ ਜੇਲ੍ਹ ਦੇ ਵਿੱਚ ਜਾਂ ਕਿੱਥੇ ਇੰਟੈਰੋਗੇਸ਼ਨ ਸੈਂਟਰ ਦੇ ਲੱਤਾਂ ਕੋਠੀ ਜਾਂਦੀ ਹੋਈ ਸੀ ਲੱਤਾਂ ਕੋਠੀ ਪਹਿਲਾਂ ਮਿਲਟਰੀ ਕੈਂਪ 'ਚ ਤੰਗ ਕਰਦੇ ਸੀ ਫੌਜ ਵਾਲੇ ਵੀ ਪੂਰੀ ਇੰਟੈਰੋਗੇਸ਼ਨ ਫੌਜ ਵਾਲੇ ਜਿਹੜੇ ਨੇ ਉਹਨਾਂ ਨੂੰ ਪਤਾ ਨਹੀਂ ਸਾਡੇ ਬਾਰੇ ਵੀ ਕੌਣ ਆ ਸਾਨੂੰ ਉਸ ਤਰ੍ਹਾਂ ਰੱਖਿਆ ਜਿਸ ਤਰ੍ਹਾਂ ਕਿ ਡੰਗਰੀ ਵਾੜੇ 'ਚ ਵਾਰ ਕੇ ਰੱਖ ਦਈਦੇ ਅਤੇ ਉਹਨਾਂ ਦਾ ਕੋਈ ਗਿਣਤੀ ਨਹੀਂ ਹੁੰਦੀ ਅੱਜ ਕੱਲ੍ਹ ਤਾਂ ਡੰਗਰਾਂ ਨੂੰ ਸ਼ਾਇਦ ਨੰਬਰ ਲਾ ਲੈਂਦੇ ਉਹਨਾਂ ਸਾਨੂੰ ਕੋਈ ਨੰਬਰ ਨਹੀਂ ਲਗਾ ਸਾਡੇ 'ਚੋਂ 35 ਬੰਦੇ ਉਹਨਾਂ ਨੇ ਮਾਰਤੇ ਸੀ ਪਾਣੀ ਖੋਣ ਜਿਹੜਾ ਪਾਣੀ ਮੰਗਦੇ ਸੀ ਅਤੇ ਉਹਨਾਂ ਨੇ ਮਾਰ ਕੱਤੇ ਸੀ ਮਿਲਟਰੀ ਕੈਂਪ ਦੇ ਪਾਣੀ ਮੰਗਣ 'ਤੇ ਗੋਲੀਆਂ ਮਾਰ ਪਾਣੀ ਉਹ ਛੋਟਾ ਕਮਰਾ ਸੀ ਨਾ ਛੋਟੇ ਕਮਰੇ 'ਚ ਉਹਨਾਂ ਨੂੰ ਬੰਦ ਕਰਤਾ ਸੀ ਅਤੇ ਬੰਦ ਕਰਤਾ ਉਹਨਾਂ ਸਾਹ ਨਹੀਂ ਨਿਕਲਦਾ ਉਹ ਮਨੀਸ਼ਨ ਵਾਲੇ ਕਮਰੇ ਸੀ ਅਤੇ ਜਦੋਂ ਉਹਨਾਂ ਨੇ ਆਖਿਆ ਪਾਣੀ ਲਿਆਓ ਪਾਣੀ ਲਿਆਓ ਅਤੇ ਇਹਨਾਂ ਨੇ ਇੱਕ ਅੰਦਰੋਂ ਪਾਈਪ ਨਾਲ ਪਾਣੀ ਸੁੱਟਿਆ ਥੋੜ੍ਹਾ ਜਿਹਾ ਉਹ ਵਿਚਾਰੇ ਜਿਹੜੇ ਤਗੜੇ ਸੀ ਉਹ ਤਾਂ ਪੀ ਕੇ ਗਾਂਹ ਮੂੰਹ ਕਰਕੇ ਜਿਹੜੇ ਮਾੜੇ ਉਹ ਉੱਥੇ ਵਿਚਾਰੇ ਥੱਲੇ ਆ ਗਏ ਕੋਈ ਘਬਰਾ ਆ ਗਿਆ ਕੁਛ ਤਾਂ ਉੱਥੇ ਮਰ ਗਏ ਕੁਛ ਉਹਨਾਂ ਨੇ ਬਾਹਰ 'ਚ ਬੂਹਾ ਖੋਲਤਾ ਜਿਸ ਤਰ੍ਹਾਂ ਉਹ ਬੂਹਾ ਖੋਲਦੀ ਹੁਣ ਪਰਲਾ ਅਤੇ ਅਸੀਂ ਇੱਥੇ ਬੰਦ ਹੋਈਏ ਸਾਰੇ ਅਤੇ ਜਿਹੜੇ ਸਿੰਘ ਬਾਹਰ ਨੂੰ ਕਾਹਲੀ ਸੀ ਵੀ ਅਸੀਂ ਬਾਹਰ ਨਿਕਲ ਕੇ ਪਾਣੀ ਪੂਣੀ ਪੀ ਲਈਏ ਅਗਲੇ ਦਾ ਉਹਨਾਂ ਨੇ ਨਾ ਮਸ਼ੀਨ ਗਨ ਵੇੜੀ ਸੀ ਉੱਥੇ ਮਰ ਜਾਂਦੇ ਹਨ ਫਿਰ ਜਦੋਂ ਜੋਧਪੁਰ ਗਏ ਜੋਧਪੁਰ ਦੀ ਕੀ ਕਹਿਣੀ ਬਹੁਤ ਸਾਰੇ ਸਿੰਘ ਜੋਧਪੁਰ ਗਏ ਜਿਹਨਾਂ ਨੂੰ ਜੋਧਪੁਰੀ ਕਿਹਾ ਜਾਂਦਾ ਹਾਂਜੀ ਕਿ ਉੱਥੋਂ ਫਿਰ ਉੱਥੇ ਤੁਹਾਨੂੰ ਜਾ ਕੇ ਕੁਝ ਸੁੱਖ ਦਾ ਸਾਹ ਕੁਝ ਆਰਾਮ ਆਇਆ ਉੱਥੇ ਜਾ ਕੇ ਕਿ ਉੱਥੇ ਨਹੀਂ ਆਰਾਮ ਨਹੀਂ ਆਇਆ ਉੱਥੇ ਸਾਡੀ ਪਹਿਲਾਂ ਤਾਂ ਸਾਨੂੰ ਫਾਂਸੀ ਵਾਲੇ ਗਾਉਣ ਪਾ ਕੇ ਉਹਨਾਂ ਨੇ ਲੈ ਕੇ ਗਏ ਸੀ ਅਤੇ ਸਾਨੂੰ ਇਹ ਪਤਾ ਹੀ ਨਹੀਂ ਸੀ ਵੀ ਜੋਧਪੁਰ ਜੇਲ੍ਹ ਦਾ ਬੂਹਾ ਕਿਹੜੇ ਪਾਸੇ ਆ ਜਿਸ ਤਰ੍ਹਾਂ ਹੁਣ ਗੁਰਦੁਆਰਾ ਸਾਹਿਬ ਦਾ ਬੂਹਾ ਇੱਧਰ ਆ ਨਾ ਤੁਹਾਨੂੰ ਪਤਾ ਤੁਸੀਂ ਇੱਧਰ ਦੀ ਆਏ ਹੋ
ਅਤੇ ਉਦੋਂ ਸਾਨੂੰ ਇਹ ਪਤਾ ਨਹੀਂ ਸੀ ਵੀ ਸਾਡਾ ਬੂਆ ਜਿਹੜਾ ਕਿਹੜੇ ਪਾਸੇ ਜੋਧਪੁਰ ਜੇਲ੍ਹ ਦਾ, ਲੇਕਿਨ ਸਾਨੂੰ ਫਾਂਸੀ ਵਾਲੇ ਗਾਉਣ ਅਤੇ ਸਾਨੂੰ ਸਿੱਧੀਆਂ ਚੱਕੀਆਂ 'ਚ ਲੈ ਕੇ ਗਏ ਸੀ ਉਹ ਚੱਕੀਆਂ ਦੇ ਵਿੱਚ, ਅਤੇ ਚੱਕੀਆਂ ਦੇ ਵਿੱਚੋਂ ਸਾਨੂੰ ਫਿਰ ਉਹਨਾਂ ਨੇ ਬੜੇ ਦੇਰ ਬਾਅਦ ਉੱਥੋਂ ਜਿਹੜਾ ਕੱਢ ਕੇ ਅਤੇ ਬਾਰਕਾਂ 'ਚ ਪਾਇਆ ਸੀਗਾ। ਅਤੇ ਉੱਥੇ ਮੈਂ ਜਿਹੜੀ ਹੁਣ ਗੱਲ ਦੱਸਣੀ ਚਾਹੁੰਦਾ ਵੀ ਬੜਾ ਤਸ਼ੱਦਦ ਜ਼ੁਲਮ, ਫਿਰ ਉਸ ਤੋਂ ਬਾਅਦ ਇੱਕ ਐਸੀ ਗੱਲ ਆਈ ਵੀ ਸੈਂਟਰ ਵਾਲੇ ਚਾਹੁੰਦੇ ਸੀ ਵੀ ਅਸੀਂ ਗੱਲ ਦੇ ਬੜਜੇ ਇਹਨਾਂ ਮੁੰਡਿਆਂ ਦੇ ਬੜਜੇ, ਕਿਉਂਕਿ ਉਦੋਂ ਤੁਹਾਨੂੰ ਪੰਜਾਬ ਦੇ ਮਾਹੌਲ ਬਾਰੇ ਪਤਾ ਲੱਗਦਾ ਸੀ ਕਿ ਪੰਜਾਬ ਦੇ ਵਿੱਚ ਮਾਹੌਲ ਕੀ ਆ? ਉਦੋਂ ਚਿੱਠੀ ਨਹੀਂ ਜਾਂਦੀ ਕੋਈ, ਕਿਸੇ ਨੂੰ ਇਹ ਨਹੀਂ ਪਤਾ ਲੱਗਾ ਵੀ ਮਤਲਬ ਸਾਡੇ ਘਰ ਦੇ ਵੀ ਹੈਗੇ ਕਿ ਨਹੀਂ ਹੈਗੇ, ਚਿੱਠੀ ਸੈਂਸਰ ਹੋ ਕੇ ਜਾਂਦੀ। ਜਿਹੜੇ ਇੰਦਰਾ ਗਾਂਧੀ ਦਾ ਕਤਲ ਹੋਇਆ ਉਹ ਵੀ ਪਤਾ ਲੱਗਾ? ਉਦੋਂ ਅਸੀਂ ਹੈਗੇ ਨਾਭੇ ਜੇਲ੍ਹ 'ਚ, ਸਾਨੂੰ ਪਤਾ ਲੱਗ ਗਿਆ ਉਸੇ ਵੇਲੇ ਲੱਗਿਆ ਸੀ, ਉਦੋਂ ਅਸੀਂ ਨਾਭੇ ਜੇਲ੍ਹ 'ਚ। ਉਦੋਂ ਮਨ ਦੇ ਵਿੱਚ ਕੀ ਆਇਆ? ਕਿਉਂਕਿ ਇੱਕ ਅਕਾਲ ਤਖਤ ਸਾਹਿਬ ਦੇ ਉੱਤੇ ਉਹ ਹਕੂਮਤ ਉਸ ਵਕਤ ਦੀ ਪ੍ਰਧਾਨ ਮੰਤਰੀ, ਉਹਦੇ ਕਹਿਣ ਦੇ ਉੱਤੇ ਹਮਲਾ ਕੀਤਾ ਗਿਆ ਸੀ, ਉਦੋਂ ਅਸੀਂ ਬੜੇ ਚਕਾਰੇ ਛੱਡੇ। ਅਤੇ ਉਦੋਂ ਸਰਦਾਰ ਸੀ ਉੱਥੇ ਆਪਣੇ ਜਿਹੜਾ ਡਿਪਟੀ ਗਿੱਲ ਸੀ, ਅਤੇ ਇੱਕ ਉੱਥੇ ਰਜਿੰਦਰਾ ਸਿੰਘ ਸੀਗਾ ਸੁਪਰਡੈਂਟ, ਉਹਨੇ ਆਖਿਆ ਸਰਦਾਰੋ ਚੁੱਪ ਕਰ ਜਾਓ, ਜਿਹੜਾ ਕੰਮ ਹੋਣਾ ਸੀ ਉਹ ਤਾਂ ਹੋ ਗਿਆ ਹੁਣ। ਅਤੇ ਖੁਸ਼ ਉਹ ਵੀ ਬੜੇ ਅਤੇ ਅਸੀਂ ਵੀ ਖੁਸ਼ ਸਾਂ, ਉਹਨੇ ਚਕਾਰੇ ਨਾ ਛੱਡੋ ਹੁਣ, ਜਿੰਨੇ ਛੱਡ ਲਏ ਠੀਕ ਆ। ਉਹਨੇ ਉੱਤੇ ਜਿਤਨਾ ਇੱਥੇ ਬੈਠੇ ਅਤੇ ਇੱਥੇ ਸੀ ਆਰ ਪੀ ਹੁੰਦੀ ਸਾਡੇ ਬਾਰਕ ਦੇ ਵਿੱਚ, ਇਹੋ ਹੀ ਤੁਸੀਂ ਸਮਝੋ ਮਾਹੌਲ ਵੀ ਉੱਥੇ ਸੀ ਆਰ ਪੀ ਉੱਤੇ ਬੈਠੀ ਹੋਵੇ, ਅਤੇ ਉਹ ਜਦੋਂ ਮਰਜ਼ੀ ਗੋਲੀ ਚਲਾ ਕੇ ਸਾਨੂੰ ਮਾਰ ਸਕਦੇ। ਅਤੇ ਜਿੱਦਣ ਅਸੀਂ ਚਕਾਰੇ ਛੱਡੇ ਨਾ ਇੰਦਰਾ ਗਾਂਧੀ ਦੇ ਵਾਸਤੇ, ਉਹ ਅਲਰਟ ਹੋ ਗਏ ਸੀ ਉਹ, ਅਤੇ ਉਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਇਹ ਗੋਲੀ ਚਲਾਉਣ ਲੱਗੇ ਆ ਆਪਣੇ ਸੁਪਰਡੈਂਟ ਸਾਹਿਬ ਨੂੰ। ਸੁਪਰਡੈਂਟ ਸਾਹਿਬ ਨੇ ਸਾਡੇ ਆੜ ਕੰਨ 'ਚ ਕਹੀ ਵੀ ਤੁਹਾਨੂੰ ਮੈਂ ਬੰਦ ਕਰਨ ਲੱਗਾ, ਅਸੀਂ ਕਰ ਦਿਓ। ਉਹਨੇ ਬੰਦੀ ਕਰਦੇ ਕਰਦੇ ਸਾਨੂੰ ਦੱਸਤਾ ਵੀ ਇਹ ਤੁਹਾਨੂੰ ਉੱਤੇ ਗੋਲੀ ਚਲਾਉਣ ਲੱਗੇ ਜਿਹੜੇ ਜਦੋਂ ਤੁਸੀਂ ਚਕਾਰਾ ਛੱਡਿਆ, ਅਤੇ ਸਾਨੂੰ ਸਾਰਿਆਂ ਨੂੰ ਜੇਲ੍ਹ ਬੰਦੀ ਹੋ ਗਈ ਸੀ ਉਸ ਵੇਲੇ, ਮਤਲਬ ਜੇਲ੍ਹ ਟਾਈਮ ਨਾਲ ਬੰਦ ਹੁੰਦੀ ਟਾਈਮ ਨਾਲ ਖੁੱਲ੍ਹ। ਪੰਜਾਬ ਪੁਲਿਸ ਬਚਾਉਂਦੀ ਵੀ ਰਹੀ? ਪੰਜਾਬ ਪੁਲਿਸ ਦਾ ਤਾਂ ਐਡਾ ਵਧੀਆ ਉਦੋਂ ਹੈਗਾ ਸੀਗਾ ਵਤੀਰਾ ਵੀ ਜਦੋਂ ਮੈਨੂੰ ਮਿਲਟਰੀ ਕੈਂਪ 'ਚੋਂ ਖੜ ਲੱਗੇ ਨਾ, ਅਤੇ ਉਹ ਬਾਹਰ ਕੱਢਿਆ, ਅਤੇ ਸਾਨੂੰ ਸਾਡੇ ਦਿਮਾਗ 'ਚ ਵੀ ਇਹ ਪੁਲਿਸ ਹੁਣ ਹੈਗੀ ਨਹੀਂ ਗੀ ਬਾਹਰ, ਜਦੋਂ ਸਾਨੂੰ ਉੱਥੇ ਮਿਲਟਰੀ ਕੈਂਪ ਸਾਨੂੰ ਪਤਾ ਨਹੀਂ ਬਾਹਰ ਹੈਗਾ ਕੁਛ ਕੁ ਨਹੀਂ। ਅਤੇ ਉਹ ਜਦੋਂ ਆਇਆ ਇੱਕ ASI ਸੀ, ਮੈਨੂੰ ਨਾਂ ਭੁੱਲ ਗਿਆ, ਮੈਂ ਉਹਦੇ ਅੱਗੇ ਮਾਰਨੀ ਹੱਥ ਕਰੀ ਅਤੇ ਕੀਤਾ ਹੱਥ ਕੀਤਾ, ਉਹਦਾ ਮੈਂ ਨਹੀਂ ਮਾਰਨੀ, ਮੈਂ ਐਡੇ ਪਰਿਵਾਰ ਨੂੰ ਹੱਥ ਕਰੀ ਮਾਰ ਲਾ ਕੇ। ਤਾਂ ਮੈਂ ਇਹਨੂੰ ਕੰਨ 'ਚ ਆਖਿਆ ਵੀ ਇਹਨਾਂ ਮੈਨੂੰ ਮਾਰ ਘਤਰਾਂ ਜੇ ਤੈਨੂੰ ਪਤਾ ਲੱਗ ਗਿਆ ਇਹਨਾਂ ਨੂੰ, ਤਾਂ ਉਹ ਕਹਿੰਦੇ ਰੋ ਪਿਆ ਉਹ, ਮੈਂ ਉਹ ਤੋਂ ਬਦੋ ਬਦੀ ਹੱਥ ਘੜੀ ਫੜ ਕੇ ਨਾ, ਅਤੇ ਉਹਨੂੰ ਆਹ ਮਾਰ ਦੇ, ਉਹਨੇ ਮਾਰ ਕੇ ਅਤੇ ਮੈਨੂੰ ਵੀ ਫੜਾ ਦਿੱਤਾ, ਤਾਂ ਮੈਂ ਐਡੇ ਪਰਿਵਾਰ ਨੂੰ ਹੱਥ ਘੜੀ ਨਹੀਂ, ਮੈਂ ਨਹੀਂ ਵੀ ਸੇਵਾ ਨਹੀਂ ਕਰ ਸਕਦਾ ਕਹਿੰਦਾ, ਪਰ ਮੈਂ ਹੱਥ ਆਪਣੇ ਹੱਥ 'ਚ ਫੜ ਲਈ, ਨਹੀਂ ਤਾਂ ਤਿੰਨਾਂ ਤਿੰਨ ਚੌਂ ਚੌਂ ਬੰਦਿਆਂ ਨੂੰ ਜਰੁੱਟ ਕਰਕੇ ਬੰਨਦੇ ਸੀ, ਉਦੋਂ ਉਹਨਾਂ 'ਚ ਨਹੀਂ ਸੀ। ਜਦੋਂ ਮੈਨੂੰ ਨਾਭੇ ਜੇਲ੍ਹ 'ਚੋਂ ਮੈਨੂੰ ਨਹੀਂ ਪਤਾ ਵੀ ਮੇਰੇ ਵਾਰੰਟ ਜਿਹੜੇ ਆ ਬਾਕੀ ਨਾਭੇ 'ਚ ਆਉਂਦੇ ਸੀ, ਅਤੇ ਮੈਨੂੰ ਰਾਤ ਨੂੰ ਉਦੋਂ 11 ਵਜੇ ਲੈ ਤੁਰੇ, ਅਤੇ ਮੈਂ ਆਖਿਆ ਨਾ ਮਾਰ ਘਤਰਾਂ, ਮੈਂ ਉਹਦੇ ਕੰਨ 'ਚ ਆਖਿਆ ਮੈਂ ਹਾਂ ਕੁਮਾਰ ਮੂਰਨ ਦਾ ਪ੍ਰੋਗਰਾਮ ਹੈ, ਉਹਦਾ 20 ਰਫਲਾਂ ਸਾਡੇ ਕੋਲ, 20 ਜਣੇ ਹੈ ਪੰਜਾਬ ਪੁਲਿਸ ਦੇ, ਆਹ ਫੜੋ ਜੇ ਤੁਹਾਨੂੰ ਮਿਲਟਰੀ ਵਾਲੇ ਮਾਰਨਗੇ ਤਾਂ ਮੈਂ ਵੀ ਨਾਲ ਹੀ ਮਰ ਜੂੰਗਾ। ਇੱਕ ਇੱਕ ਜੋਸ਼ ਉਹਨਾਂ 'ਚ ਵੀ, ਤੁਹਾਡੀਆਂ ਅੱਖਾਂ ਬੰਨ੍ਹ ਕੇ ਲੈ ਕੇ ਜਾਂਦੇ ਸੀ ਉਦੋਂ? ਨਹੀਂ, ਉੱਥੇ ਲੈ ਕੇ ਗਏ ਅੱਖਾਂ ਬੰਨ੍ਹ ਕੇ ਆਪਣੇ ਜੋਧਪੁਰ, ਜੋਧਪੁਰ ਜਦੋਂ ਇੰਟਰੋਗੇਸ਼ਨ 'ਤੇ ਖੜ੍ਹਦੇ ਉਦੋਂ ਅੱਖਾਂ ਬੰਨ੍ਹ ਕੇ ਖੜ੍ਹਦੇ। ਤੁਸੀਂ ਦੱਸਿਆ ਕਿ ਉਸ ਤੋਂ ਬਾਅਦ ਸੈਂਟਰ ਨੇ ਤੁਹਾਡੇ ਨਾਲ ਗੱਲ ਕਰਨੀ ਚਾਹੀਦੀ? ਸੈਂਟਰ ਉਹਨੇ ਸਾਡੇ ਨਾਲ ਗੱਲ 85 ਦੇ ਜੁਲਾਈ ਅਗਸਤ ਦੀ ਗੱਲ ਆ। ਅਸਲ 'ਚ ਮੈਂ ਤੁਹਾਨੂੰ ਥੋੜ੍ਹੀ ਗੱਲ ਦੱਸਾਂ ਹੋਰ ਜੀ, ਜ਼ਰੂਰ ਜ਼ਰੂਰ। ਮੈਨੂੰ ਨਾ ਟੌੜਾ ਸਾਹਿਬ ਵਰਤਣਾ ਚਾਹੁੰਦਾ ਸੀ, ਵੈਸੇ ਪਰ ਦਿਲ 'ਚ ਸੀ ਵੀ ਇਹ ਇੱਥੇ ਮੈਨੇਜਰ ਲੱਗਾ ਦਰਬਾਰ ਸਾਹਿਬ, ਅਤੇ ਉਹਨੇ ਏਜੰਸੀਆਂ ਦੇ ਕੋਲ ਕਿਤੇ
ਕਹਿ ਦਿੱਤਾ ਟੌੜਾ ਸਾਹਿਬ ਨੇ ਵੀ ਉਹ ਤਾਂ ਮੇਰੇ ਅਮਰੇਲੇ ਥੱਲੇ ਹੀ ਆ, ਕਿਉਂਕਿ ਮੈਨੂੰ ਨਾ ਨਾਭੇ ਜੇਲ੍ਹ ਦੇ ਵਿੱਚ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਪ੍ਰੈਜੀਡੈਂਟ ਬਣਾ ਦਿੱਤਾ ਸੀ, ਮੈਂ ਬਣਨਾ ਨਹੀਂ ਚਾਹੁੰਦਾ। ਅਤੇ ਮੈਨੂੰ, ਮੈਂ ਕਿਹਾ ਮੇਰੇ ਪਿਤਾ ਨੇ ਵੀ ਸੇਵਾ ਕਰ ਲਈ ਹੈ, ਮੇਰੇ ਭਾਈ ਨੇ ਵੀ ਕਰ ਲਈ ਆ, ਅਤੇ ਮੈਨੂੰ ਪੰਜ ਸਿੰਘ ਗੁਰਦੁਆਰਾ ਸਾਹਿਬ ਵਿੱਚ ਬੈਠੇ ਹਾਂ, ਅਤੇ ਉਹ ਮੈਨੂੰ ਕਹਿੰਦੇ ਹੁਣ ਡਰਦਾ ਮਰਨ ਤੋਂ? ਮੈਂ ਨਹੀਂ ਡਰਦਾ ਸੀਗਾ। ਕਹਿੰਦੇ ਤਾਂ ਫਿਰ ਨਹੀਂ ਡਰਦਾ ਅਤੇ ਫਿਰ ਬਣ ਜਾ, ਕਿਉਂਕਿ ਫੈਡਰੇਸ਼ਨ ਵਿਕ ਜਾਣੀ, ਇਤਿਹਾਸ ਬੜਾ ਇਹਦਾ ਬਣਨਾ ਤਕੜਾ। ਉਹਨੇ ਮੈਨੂੰ ਪੰਜਾਂ ਨੇ ਹੁਕਮ ਕੀਤਾ, ਮੈਂ ਬਣ ਗਿਆ। ਉਹਦੇ ਦਿਮਾਗ 'ਚ, ਟੌੜਾ ਸਾਹਿਬ ਦੇ ਦਿਮਾਗ 'ਚ ਉਹੀ ਵੀ ਜਿਹੜਾ ਉੱਥੇ ਮੈਨੇਜਰ ਲੱਗਾ ਉਹੀ ਆਏ ਜਿਹੜੇ ਦਰਬਾਰ ਸਾਹਿਬ। ਅਤੇ ਮੈਨੇਜਰ ਮੈਂ ਕਿਉਂ ਲੱਗਾ? ਉਹ ਮੈਂ ਜੇ ਫਿਲਮ ਬਣਾਉਂਗੇ ਤਾਂ ਦੱਸ ਦੂੰਗਾ, ਮੈਨੂੰ ਇਸ ਕਰਕੇ ਲਾਇਆ ਸੰਤ ਜਰਨੈਲ ਸੋਹਣਾ ਨੇ। ਅਤੇ ਉਹਨੇ ਨਾ ਟੌੜਾ ਸਾਹਿਬ ਨੇ ਜਦੋਂ ਇਹ ਉੱਪਰ ਕਹਿਤਾ, ਜਿਹੜੇ ਗੱਲਬਾਤ ਲਈ ਆਉਂਦੇ ਇਹ ਮੀਡੀਏਟਰ, ਭਾਈ ਅਮਰੀਕ ਸਿੰਘ ਮੇਰੇ ਅਮਰੇਲੇ ਥੱਲੇ ਹੀ ਆ, ਮੈਨੂੰ ਨਾ ਆਣ ਕੇ ਜਿਹੜੇ ਮੈਂ ਤਿੰਨ ਨਾਂ ਲਏ, ਅਵਨਾਸ਼ੀ ਸਿੰਘ ਜੀ ਸਰਦਾਰ ਅਵਨਾਸ਼ੀ ਸੋਂ, ਸਰਦਾਰ ਆਪਣੇ ਅਪਾਰ ਸਿੰਘ ਬਾਜਵਾ ਅਤੇ ਡਾਕਟਰ ਬਰਾੜ, ਬਲਦੇਵ ਸਿੰਘ ਬਰਾੜ, ਇਹਨਾਂ ਨੇ ਨਾ ਮੈਨੂੰ ਆਣ ਕੇ ਜੇਲ੍ਹ 'ਚੋਂ ਕਢਾਇਆ। ਮੈਂ ਛੋਟੀ ਦਸਤਾਰ ਬੱਧੀ ਸੀ, ਜੇਲ੍ਹ 'ਚੋਂ ਕਢਾਇਆ, ਅਤੇ ਮੈਂ ਆਖਿਆ ਵੀ ਇੰਟਰੋਗੇਸ਼ਨ ਵਾਲੇ ਆਏ ਆ, ਕਿਉਂਕਿ ਸਾਨੂੰ ਉੱਥੇ ਇੰਟਰੋਗੇਸ਼ਨ ਲਈ ਲੈ ਜਾਂਦੇ ਸੀ ਨਾ, ਅਤੇ ਇੰਟਰੋਗੇਟ ਕਰਕੇ ਤਾਂ ਸ਼ਾਮ ਨੂੰ ਛੱਡ ਜਾਂਦੇ ਚਲੇ ਗਏ। ਉੱਧਰ ਮੈਂ ਪਹਿਲੇ ਦਿਨ ਵੇਖਿਆ ਵੀ ਜੇਲ੍ਹ ਦਾ ਬੂਹਾ ਇਸ ਪਾਸੇ ਆ, ਸੁਪਰਡੈਂਟ ਦਾ ਕਮਰਾ ਉੱਥੇ ਹੁੰਦਾ ਨਾ ਜਿੱਥੇ ਡਿਊੜੀ ਹੁੰਦੀ ਆ, ਜਾਂਦੇ ਨੂੰ ਉਹ ਬੈਠੇ ਤਿੰਨੇ, ਅਤੇ ਫਤਿਹ ਬੁਲਾਈ ਇੱਕ ਦੂਜੇ ਨੂੰ। ਸੁਪਰਡੈਂਟ ਸਾਡਾ ਵੈਸੇ ਬੜਾ ਚੰਗਾ ਬੰਦਾ ਸੀ, ਸ਼ਰਮਾ ਜਿਹੜਾ ਸੀ, ਬਹੁਤ ਪਿਆਰ ਕਰਦਾ ਸੀ ਵੈਸੇ, ਅਤੇ ਵੈਸੇ ਚਲੋ ਮਾੜਾ ਮੋਟਾ ਮਹਾਰਾਜ ਨੇ ਸਤਿਕਾਰ ਵੀ ਦਿੱਤਾ ਸੀ, ਪਿਆਰ ਬੜਾ ਕਰਦਾ ਸੀ। ਅਤੇ ਚਲੇ ਗਏ, ਉਹ ਮੈਨੂੰ ਉੱਥੇ ਜੇਲ੍ਹ 'ਚੋਂ ਗੱਡੀ 'ਚ ਭਾਗ ਤੇ ਗਾਂਹ ਲੈ ਗਏ, ਕਿਉਂਕਿ ਉਹ ਕਿਤੇ ਸੈਂਟਰ ਸੁੰਟਰ ਨਾਲ ਗੱਲ ਕਹਿਣਾ ਕਰਕੇ ਆਏ ਹੋਣਗੇ ਮੇਰੇ ਹਿਸਾਬ ਨਾਲ। ਉਹ ਮੈਨੂੰ ਇਹ ਬਣਾਉਣਾ ਚਾਹੁੰਦੇ ਸੀ ਵੀ ਤੂੰ ਟੌੜਾ ਸਾਹਿਬ ਨਾਲ ਰਲ ਕੇ ਗੱਲ ਕਰ ਲਾ, ਤਿੰਨੇ ਬੰਦੇ। ਮੇਰੇ ਦਿਮਾਗ 'ਚ ਇਹ ਵੀ ਜਿਹੜਾ ਹਮਲਾ ਇਹਨਾਂ ਨੇ ਕਰਾਇਆ ਸਾਰਿਆਂ ਨੇ, ਚਿੱਠੀਆਂ ਵੀ ਨੰਗੀਆਂ ਹੋ ਗਈਆਂ ਹੁਣ ਤਾਂ, ਬਿਲਕੁਲ ਜਿਹੜਾ ਹਮਲੇ ਦੀਆਂ ਚਿੱਠੀਆਂ ਨੰਗੀਆਂ ਹੋ ਗਈਆਂ ਨੇ ਜਿਨ੍ਹਾਂ ਨੇ ਕਰਾਇਆ ਸੀ। ਅਤੇ ਇਸ ਟਾਈਮ ਉਦੋਂ ਇਹ ਗੱਲ ਬੜੀ ਜ਼ੋਰਾਂ ਸ਼ੋਰਾਂ 'ਤੇ ਵੀ ਸਾਡੇ ਦਿਲ 'ਚ ਸੀ ਵੀ ਇਹਨੇ ਹਮਲਾ ਇਹਨਾਂ ਵੀ ਵਿੱਚ ਕਰਾਇਆ ਸਾਰਿਆਂ ਨੇ। ਚਲੋ ਮੈਨੂੰ ਨਾ ਉਹ ਉਜਾਲਾ ਕਰੀ ਜਾਣ, ਬ੍ਰੇਨ ਵਾਸ਼ ਮੇਰਾ ਕਰੀ ਜਾਣ ਜਾਂਦੇ ਜਾਂਦੇ, ਅਤੇ ਟੌੜਾ ਸਾਹਿਬ ਗਏ ਰੈਸਟ ਹਾਊਸ 'ਚ, ਅਸੀਂ ਜੇਲ੍ਹ 'ਚ ਹਾਂ। ਅਤੇ ਉਹ ਕਹਿਣ ਲੱਗੇ ਵੀ ਵੇਖੋ ਇਹ ਜਦੋਂ ਖਤਰਾ ਬਣਿਆ, ਅਤੇ ਉਦੋਂ ਟੌੜਾ ਸਾਹਿਬ ਨੇ ਉਹਨਾਂ ਨੂੰ ਸਰਾਂ 'ਚ ਲੈ ਜਾਂਦਾ ਸੰਤ ਜਰਨੈਲ ਸੋਹਣਾ ਨੂੰ, ਅਤੇ ਜਦੋਂ ਸਰਾਂ 'ਚ ਖਤਰਾ ਬਣਿਆ ਤਾਂ ਉਹਨੂੰ ਕਾਲਤਖ ਸਾਹਿਬ 'ਤੇ ਲੈ ਗਏ, ਵੀ ਮਤਲਬ ਬਚਾਇਆ ਟੌੜਾ ਸਾਹਿਬ ਨੇ ਜੋ ਕੁਛ। ਚਲੋ ਸ਼ੈਲਟਰ ਵੀ ਉਹਨਾਂ ਦਿੱਤਾ ਸੀ, ਇਹਦੇ ਕੋਈ ਸ਼ੱਕ ਨਹੀਂ ਹੈਗਾ, ਕਿਉਂਕਿ ਇੱਕ ਜਿਹੜੀ ਸ਼੍ਰੋਮਣੀ ਕਮੇਟੀ ਕਿਸੇ ਦੀ ਤਾਂ ਨਹੀਂ, ਸਾਰੀ ਕੌਮ ਦੀ ਆ, ਅਤੇ ਉਹਨੇ ਮੱਤ ਵੀ ਇਸ ਕੰਮ 'ਚ ਟੌੜਾ ਸਾਹਿਬ ਨੇ ਉਹਨਾਂ ਦੀ ਕੀਤੀ ਸੀ। ਲੇਕਿਨ ਉਦੋਂ ਇਹ ਪ੍ਰਭਾਵ ਇਹ ਵੀ ਜਿਹੜਾ ਹਮਲੇ ਕਰਾਏ, ਉਹ ਵੀ ਹਮਲਾ ਵੀ ਸਾਰਾ ਇਸ ਲੀਡਰਸ਼ਿਪ ਨੇ ਕਰਾਇਆ, ਇੱਕ ਇਹੋ ਜਿਹਾ ਨੈਰੇਟਿਵ ਬਣ ਗਿਆ ਸੀ। ਹੁਣ ਤਾਂ ਚਿੱਠੀਆਂ ਨੇ ਸਾਫ਼ ਹੀ ਕਰ ਦਿੱਤਾ ਵੀ ਅੰਦਰੋਂ ਸਿਗਨਲ ਗਿਆ ਸੀ, ਇਹ ਤਾਂ ਫਿਰ ਇਹ ਹਮਲਾ ਹੋਇਆ। ਹੁਣ ਚਿੱਠੀਆਂ ਆ ਗਈਆਂ ਨਾ ਸਾਰੀਆਂ, ਸ਼੍ਰੋਮਣੀ ਕਮੇਟੀ ਨੂੰ ਵੀ ਖਤਰਾ ਫਿਰ ਲੱਗਣ ਲੱਗ ਪਏ ਸੰਤ ਜਰਨੈਲ ਸਿੰਘ ਨੂੰ ਜਾਂ ਅਕਾਲੀ ਦਲ ਨੂੰ ਖਤਰਾ ਲੱਗਣ ਲੱਗ ਪਿਆ। ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ, ਉਹ ਮੈਨੂੰ ਮਨਾਉਂਦੇ ਮਨਾਉਂਦੇ ਉੱਧਰ ਨੂੰ ਲਈ ਜਾਣ, ਅਤੇ ਮੈਂ ਅਖੀਰ 'ਤੇ ਕਹਿ ਤਾ ਵੀ ਜੇ ਤੁਸੀਂ ਇਹਦੇ ਬਚਾਇਆ ਹੈ ਤਾਂ ਹਮਲਾ ਵੀ ਉਹਨਾਂ ਮਰਵਾਇਆ ਵੀ ਉਹਨਾਂ ਹੀ ਆ, ਮਰਾਹ 'ਚ ਕਹਿ ਤਾ। ਹਾਲਾਂਕਿ ਮੈਨੂੰ ਕਹਿਣੀ ਨਹੀਂ ਚਾਹੀਦੀ ਗੱਲ, ਕਿਉਂਕਿ ਮੈਂ ਆਪਣੇ ਪਰਿਵਾਰ 'ਚੋਂ ਇਕੱਲਾ ਰਹਿ ਗਿਆ। ਇਹੋ ਹੀ ਗੱਲ ਮੈਨੂੰ ਡਰਾਉਂਦੇ ਸੀ ਵੀ ਤੂੰ ਵੀ ਫੈ ਲੱਗ ਜਾਣਾ ਜਾਂ ਤੈਨੂੰ ਮਾਰ ਦੇਣਾ, ਇਹੋ ਹੀ ਮੈਨੂੰ ਉਹ ਕਰਦੇ ਕਰਦੇ ਲਈ ਜਾਂਦੇ ਉੱਧਰ ਨੂੰ, ਅਤੇ ਮੈਂ ਰਾਹ 'ਚ ਗੱਲ ਕਹਿਤੀ, ਜਜ਼ਬਾਤੀ ਸੀ। ਉਹ ਚਲੇ ਗਏ ਉੱਥੇ, ਅਤੇ ਟੌੜਾ ਸਾਹਿਬ ਜਿਸ ਤਰ੍ਹਾਂ ਹੁਣ ਆਹ ਰੈਸਟ ਹੋਊ ਸਾ, ਤਾਂ ਆਪਾਂ ਇੱਥੇ ਬੈਠੇ ਤਾਂ ਮੈਨੂੰ ਭਾਤਾ, ਅਤੇ ਟੌੜਾ ਸਾਹਿਬ ਮੈਨੂੰ ਮਿਲਣੀ ਨਾ, ਉਹਨੇ ਜਾ ਕੇ ਦੱਸਿਆ ਨਾ ਵੀ ਇਹ ਤਾਂ ਮੁੰਡਾ ਤਾਂ ਇਤਰਾ ਬੋਲਦਾ। ਉਹ ਜਿਹੜੇ ਨਾਲ ਮੀਡੀਏਟਰ ਸੀ ਉਹ ਵੀ ਨਾਲ ਹੀ ਆਏ ਸੀ, ਜਿਹੜੇ ਸੁਣਦੇ ਸੀਗੇ,
ਅਤੇ ਉਹ ਜਦੋਂ ਮੈਨੂੰ ਮਿਲੇ ਨਾ ਅਤੇ ਚਲੋ ਮੈਨੂੰ ਠੰਡਾ ਠੁੰਡਾ ਪਿਆ ਕੇ ਅਤੇ ਵਾਪਸ ਕਰ ਤੋਰੇ ਉਹਨੇ ਦਿਲ 'ਚ ਵੀ ਮੈਨੂੰ ਵੀ ਇਹਨੇ ਇਹ ਗੱਲ ਕਹਿ ਦੇਣੀ ਆ ਅਤੇ ਮੁੰਡਾ ਹੈਗਾ ਅਤੇ ਇਹਨੇ ਮੈਨੂੰ ਵੀ ਕਹਿ ਦੇਣੀ ਕੱਲ੍ਹ ਨੂੰ ਮਿਲਣਾ ਰਾਜ ਮੈਂ ਤੁਰਿਆ ਉਹਦੇ ਕਹਿਣ ਲੱਗੇ ਜਿਹੜੇ ਏਜੰਸੀਆਂ ਦੇ ਬੰਦੇ ਜਿਹੜੇ ਨਾਲ ਸੀ ਜਿਹਨਾਂ ਕੋਲ ਉਹਨੇ ਗੱਲ ਕੀਤੀ ਸੀ ਉਹ ਮੈਨੂੰ ਕਹਿਣ ਲੱਗੇ ਫਿਰ ਭਾਈ ਸਾਹਿਬ ਕੌਣ ਗੱਲ ਕਰੂਗਾ ਸੈਂਟਰ ਨਾਲ ਮੈਂ ਕਿਹਾ ਜੀ ਮੈਨੂੰ ਤੁਹਾਡੇ ਬਾਰੇ ਤਾਂ ਪਤਾ ਨਹੀਂ ਗਾ ਉਹਨੇ ਦੱਸਿਆ ਵੀ ਮੇਰਾ ਆਹ ਰੁਤਬਾ ਹੈ ਔਰ ਮੈਂ ਅਸੀਂ ਗੱਲ ਕਰਾਉਂਦੇ ਹਾਂ ਕਰਾਉਣੀ ਸੀ ਟੌੜਾ ਸਾਹਿਬ ਦੀ ਵੀ ਅਤੇ ਫਿਰ ਕੌਣ ਕਰੂਗਾ ਮੈਂ ਕਿਹਾ ਮੈਂ ਕਰੂੰ ਹੋਰ ਕਿਹੜਾ ਕਰੂਗਾ ਮੈਂ ਉਹਨੂੰ ਕਹਿਤਾ ਰਾਹ 'ਚ ਹੀ ਮੈਨੂੰ ਚੱਲੀ ਉਹਨੇ ਮੈਨੂੰ ਨਾਲ ਕਿਸੇ ਨੂੰ ਲਿਜਾਣਾ ਮੈਂ ਹਰਮਿੰਦਰ ਸਿੰਘ ਸੰਧੂ ਨੂੰ ਲਿਜਾਣਾ ਫਿਰ ਉਹ ਸਾਡੀ ਗੱਲਬਾਤ ਹੋਈ ਮੈਂ ਅੱਗੇ ਕਈ ਵਾਰ ਦੱਸੀ ਉਹਨੂੰ ਵਿਆਹ 'ਚ ਨਹੀਂ ਜਾਣਾ ਉਹਦੇ 'ਚ ਅਖੀਰ 'ਤੇ ਮੈਨੂੰ ਮੁੱਖ ਮੰਤਰੀ ਦੀ ਮੈਨੂੰ ਤਾਂ ਸੰਧੂ ਨੂੰ ਔਫਰ ਹੋਈ ਸੀ ਤੁਸੀਂ ਮਿਲੇ ਰਾਜੀਵ ਗਾਂਧੀ ਨੂੰ ਦੋ ਵਾਰ ਮਿਲਿਆ ਅਤੇ ਦੋ ਵਾਰ ਕੇ ਪੀ ਐੱਸ ਗਿੱਲ ਅਤੇ ਅਰਜਨ ਸਿੰਘ ਗਵਰਨਰ ਸੀ ਜਿਹੜਾ ਜਿਹੜਾ ਮੀਡੀਏਟਰ ਸੀ ਇਹ ਮਿਲਦਾ ਸੀ ਦੋਰਾਂ ਹੀ ਮਿਲੇ ਫਿਰ ਇੱਕ ਗੱਲਬਾਤ ਉਹਨਾਂ ਨਾਲ ਵੀ ਹੋਈ ਸੀ ਦੋਰਾਂ ਅੱਛਾ ਠੋਕਰ ਕਿਉਂ ਮਾਰੀ ਮੁੱਖ ਮੰਤਰੀ ਦੀ ਕੁਰਸੀ ਨੂੰ ਕਿ ਤੁਹਾਨੂੰ ਲੱਗਦਾ ਨਹੀਂ ਸੀ ਕਿ ਜੇ ਮੁੱਖ ਮੰਤਰੀ ਬਣ ਜਾਂਦੇ ਤਾਂ ਹੋ ਸਕਦਾ ਪੰਜਾਬ ਦੇ ਹਾਲਾਤ ਤੁਸੀਂ ਉਹ ਬਦਲ ਦਿੰਦੇ ਨਹੀਂ ਉਹਦੇ 'ਚ ਇਹ ਵੀ ਮੈਨੂੰ ਗਦਾਰੀ ਕਰਨੀ ਪੈਂਦੀ ਸੀ ਮੈਨੂੰ ਤਾਂ ਸੰਧੂ ਨੂੰ ਉਹ ਇਹ ਕਰਨਾ ਨਹੀਂ ਚਾਹੁੰਦੇ ਕਿਉਂਕਿ ਸਾਡੀ ਗੱਲਬਾਤ ਨਿਬੜ ਗਈ ਸੀ ਦੋ ਤਿੰਨਾਂ ਗੱਲਾਂ 'ਤੇ ਵੀ ਤਾਂ ਰਾਜੀਵ ਗਾਂਧੀ ਮਾਫ਼ੀ ਮੰਗੂਗਾ ਅਕਾਲ ਤਖ਼ਤ 'ਤੇ ਮੰਨ ਗਏ ਸੀ ਇੱਕ 370 ਧਾਰਾ 'ਤੇ ਗੱਲ ਨਿਬੜ ਗਈ ਸੀ ਵੀ ਤੁਸੀਂ ਕਿਸਮਤ ਨੂੰ ਆਪਣੇ ਨੂੰ ਜਿਹੜੀ ਆ ਸਾਡੇ ਨਾਲ ਜੋੜੀ ਰੱਖੋ ਅਤੇ ਖਾਲਿਸਤਾਨ ਦਾ ਨਾਂ ਨਾ ਲਓ ਅਤੇ ਤਾਂ ਮਤਲਬ ਗੱਲ ਤਾਂ ਬੜੀ ਲੰਬੀ ਮੈਂ ਸ਼ੋਰਟ ਕਰਕੇ ਦਾ 370 ਧਾਰਾ ਤੁਹਾਨੂੰ ਦੇ ਦਿੰਦੇ ਹਾਂ ਅਸੀਂ ਖਿੱਤਾ ਮੰਗਦੇ ਸੀ ਅਸੀਂ ਆਨੇ ਅਸੀਂ ਖਾਲਿਸਤਾਨ ਦਾ ਨਾਂ ਨਹੀਂ ਲੈਂਦੇ ਤੁਸੀਂ ਖਿੱਤਾ ਦੇ ਦਿਓ ਜਿਹੜਾ ਨਾਂ ਤੁਸੀਂ ਆਖੋਗੇ ਅਸੀਂ ਉਹ ਰੱਖ ਲਾਂਗੇ ਨਾਂ ਦਾ ਰੌਲਾ ਨਾ ਲੇਕਿਨ ਉਹ ਗੱਲ ਇੱਥੇ ਆਣ ਕੇ ਨਿਬੜਦੀ ਸੀ ਵੀ ਤੁਸੀਂ ਨਾਲ ਹੀ ਰਹੋ ਸਾਡੇ ਅਤੇ ਤੁਹਾਨੂੰ ਇਹ 370 ਧਾਰਾ ਦੇ ਦਿੰਦੇ ਹਾਂ ਮਾਫ਼ੀ ਮੰਗ ਲੈਂਦੇ ਹਾਂ ਮੁੰਡਿਆਂ ਨੂੰ ਛੱਡ ਦਿੰਦੇ ਹਾਂ ਇਹ ਸਾਰੀਆਂ ਗੱਲਾਂ ਤੈਅ ਹੋ ਗਈਆਂ ਸੀ ਲੇਕਿਨ ਜਦੋਂ ਪਰਲੇ ਦਾ ਇਹੋ ਹੀ ਟੀਮ ਪਰ ਸੰਤਰ ਝਾਂਸ ਸਿੰਘ ਨਾਲ ਗੱਲ ਕਰ ਰਹੀ ਸੀ ਜਿਹੜੀ ਸਾਡੇ ਨਾਲ ਟੀਮ ਸਾਨੂੰ ਨਹੀਂ ਪਤਾ ਵੀ ਜਿਹੜੀ ਟੀਮ ਸਾਡੇ ਨਾਲ ਗੱਲ ਕਰਦੀ ਉਹ ਉੱਧਰ ਵੀ ਕਰਦੀ ਆ ਉਹ ਫਿਰ ਖੀਰ 'ਤੇ ਜਦੋਂ ਅਸੀਂ ਤਾਂ ਇਹ ਗੱਲ 'ਤੇ ਵੇਰ ਗਏ ਸਾਡੇ ਨਾਲ ਗੱਲ ਨਿਬੜ ਗਈ ਉਹ ਜਦੋਂ ਉਹਨਾਂ ਨੂੰ ਪੁੱਛਿਆ ਤੁਸੀਂ ਕੀ ਚਾਹੁੰਦੇ ਉਹਦੇ ਅਸੀਂ ਕੁਛ ਵੀ ਨਹੀਂ ਚਾਹੁੰਦੇ ਸਾਨੂੰ ਚੰਡੀਗੜ੍ਹ ਦੇ ਦਿਓ ਅਤੇ ਸਾਡੀ ਸਰਕਾਰ ਬਣਾ ਦਿਓ ਜਿਹੜੀ ਮੈਨੂੰ ਔਫਰ ਕੀਤੀ ਗਈ ਸੀ ਨਾ ਜਾਂ ਸੰਧੂ ਨੂੰ ਵੀ ਤੁਹਾਡੇ ਖਿਲਾਫ਼ ਅਸੀਂ ਬੰਦੇ ਮਾੜੇ ਖਿਲਾਰ ਦਿਆਂਗੇ ਮੈਨੂੰ ਕਿਹਾ ਸੀ ਉਹਨਾਂ ਨੇ ਅਤੇ ਤੁਸੀਂ ਆਹ ਦੋ ਗੱਲਾਂ ਛੱਡ ਦਿਓ ਇੱਕ ਮਾਫ਼ੀ ਵਾਲੀ ਗੱਲ ਛੱਡ ਦਿਓ ਅਤੇ 370 ਧਾਰਾ ਨਹੀਂ ਛੱਡ ਦਿਓ ਅਤੇ ਚੰਡੀਗੜ੍ਹ ਤੁਹਾਨੂੰ ਦੇ ਦਿੰਦੇ ਹਾਂ ਅਤੇ ਮੁੱਖ ਮੰਤਰੀ ਬਣ ਜਾਓ ਜਦੋਂ ਉਹਨਾਂ ਨੂੰ ਕਿਹਾ ਉਹਨਾਂ ਨੇ ਕਿਹਾ ਸਾਡੀ ਤਾਂ ਇਹੋ ਮੰਗ ਹੀ ਕੋਈ ਨਹੀਂ ਗਈ ਚੰਡੀਗੜ੍ਹ ਵੀ ਨਹੀਂ ਮਿਲਿਆ ਜਿਹੜੀ ਨਹੀਂ ਨਹੀਂ ਉਹ ਮਿਲਦਾ ਨਹੀਂ ਉਹ ਫਿਰ ਮੈਨੂੰ ਜਦੋਂ ਇਹ ਅਜੇ ਸਮਝੌਤਾ ਅਗਲੇ ਦਾ ਲਾਮਬੰਦ ਹੋਣਾ ਸੀ ਅਤੇ ਕੇ ਪੀ ਐੱਸ ਗੱਲ ਰਾਤ ਆ ਗਿਆ ਕਹਿੰਦਾ ਦੋ ਗੱਲਾਂ ਛੱਡ ਦਿਓ ਮੁੜਿਓ ਇੱਕ ਮਾਫ਼ੀ ਵਾਲੀ ਅਤੇ ਉਹ 370 ਧਾਰਾ ਵਾਲੀ ਅਤੇ ਮੁੱਖ ਮੰਤਰੀ ਤੁਸੀਂ ਪੰਜਾਬ ਦਾ ਰਾਜ ਸੰਭਾਲ ਲਓ ਗਦਾਰੀ ਕਰਕੇ ਨਹੀਂ ਲੜਾਂ ਮੈਂ ਅਤੇ ਸਰਦਾਰ ਹਰਮਿੰਦਰ ਸਿੰਘ ਸੰਧੂ ਨੇ ਕਿਹਾ ਗਦਾਰੀ ਕਰਕੇ ਅਸੀਂ ਕਾਲ ਤੱਕ ਸਰ ਢੱਠੇ ਤੇਰੀ ਕੁਰਸੀ ਨਹੀਂ ਟੋ ਹਾਂ ਜੇ ਖਾਲਸਾ ਪੰਥ ਸਾਨੂੰ ਬਣਾਊਗਾ ਤਾਂ ਬਣ ਜਾਵਾਂਗੇ ਸੋ ਇਹ ਕਰਕੇ ਉਹ ਠੋਕਰ ਮਾਰਨ ਕਰਕੇ ਜਿਹੜੀ 85 ਤੋਂ 99 ਤੱਕ ਜੇਲ੍ਹ ਅਸੀਂ ਕੱਟੀ ਆ ਨਾ ਉਹ ਇਸ ਕਰਕੇ ਵੀ ਮੁੰਡਿਆਂ ਦਾ ਦਿਮਾਗ ਅਜੇ ਵੀ ਜਿਹੜਾ ਹੈ ਇਹ ਉੱਥੇ ਖਲੋਤਾ ਹੈ ਅਤੇ ਉਹਦੇ ਕਰਕੇ ਤੁਸੀਂ ਕਿਹਾ ਕਿ ਸੰਤ ਨਹੀਂ ਮੰਨਦੇ ਸੀ ਕਿ ਕਦੇ ਨਹੀਂ ਮੰਗ ਉਹਨਾਂ ਖਾਲਿਸਤਾਨ ਦੀ ਮੰਗ ਨਹੀਂ ਕੀਤੀ ਸੰਤ ਜਰਨੈਲ ਸਿੰਘ ਹੋਣਾ ਦੇ ਫਿਰ ਇਹ ਖਾਲਿਸਤਾਨ ਸ਼ਬਦ ਕਿਵੇਂ ਆ ਗਿਆ ਚਲੋ ਖਾਲਿਸਤਾਨ ਕੋਈ ਮਾੜਾ ਸ਼ਬਦ ਨਹੀਂ ਗਾ ਇਹ ਖਾਲਿਸਤਾਨ ਹੈਗਾ ਵੀ ਇਹ ਕੋਈ ਸ਼ਬਦ ਜਿਹੜਾ ਇਹ ਕਿਤੇ ਇਹਨੂੰ ਕਿਤੇ ਉਹ ਲੱਗ ਗਈ ਆ ਦੂਜਾ ਕੋਈ ਗੱਲ ਕੋਈ ਗ੍ਰਹਿਣ ਲੱਗਾ ਇਹ ਨਹੀਂ ਗੱਲ ਕੋਈ ਹੈਗੀ ਇਹ ਗੱਲ ਆ ਵੀ ਜਿਹੜੀ ਗੱਲ ਤੋਂ ਸਰਕਾਰ ਨੂੰ ਚਿਹੜਾ ਅਸੀਂ ਨਾ ਕਰੀਏ ਅਸੀਂ ਖਾਲਸਾ ਰਾਜ ਦੀ ਗੱਲ ਕਰ ਲਈਏ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰ ਲਈਏ ਮੰਗਾ ਉਹੀ ਰਹਿਣ ਗੱਲ ਤਾਂ ਉਹੀ ਅਸੀਂ ਸਿੱਖ ਤਾਂ ਰੋਜ਼ ਅਰਦਾਸ ਕਰਦਾ ਬਿਲਕੁਲ ਜਦੋਂ ਆਪਾਂ ਹੁਣ ਇੱਥੇ ਅਰਦਾਸ ਕੀਤੀ ਆ ਅਤੇ ਮਗਰੋਂ ਆਪਾਂ ਅਰਦਾਸ ਤਾਂ ਕੀਤੀ ਆ ਵੀ ਆ ਗਿਆ ਭਾਈ ਅਕਾਲ ਕੀਤਾ ਵੇ ਚਲਾਇਓ ਪੰਥ
ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੇ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਲੋਚ ਮੈਂ ਖੋਜ ਸ਼ਬਦ ਮੈਂ ਲਏ। ਆਪਾਂ ਰੋਜ਼ ਸ਼ਬਦ ਪੜ੍ਹਦੇ ਨਾ, ਅਤੇ ਮਗਰੋਂ ਅਸੀਂ ਪੜ੍ਹਦੇ ਰਾਜ ਕਰੇਗਾ ਖਾਲਸਾ ਆਕੀ ਰਹਿ ਨਾ ਕੋਏ। ਉਹ ਖਾਲਸੇ ਰਾਜ ਦੀ ਗੱਲ ਤਾਂ ਸਿੱਖ ਸਵੇਰੇ ਸ਼ਾਮੀ ਜਦੋਂ ਜਿੰਨੀਆਂ ਅਰਦਾਸਾਂ ਹੁੰਦੀਆਂ ਉਹ 'ਚ ਕਰਦਾ, ਉਹ ਲੀਮੀ ਰਾਜ ਦੀ ਗੱਲ ਕਰਦੇ ਜਿੱਥੇ ਹਿੰਦੂ ਮੁਸਲਮਾਨ ਸਿੱਖ ਈਸਾਈ ਪਾਰਸੀ ਬਹੁਤ ਹੀ ਸਾਰੇ ਰਹਿਣਗੇ। ਔਰ ਉਹ ਹਲੀਮੀ ਰਾਜ ਉਹ ਆ ਜਿਹੜਾ ਭਗਤ ਜੀ ਨੇ ਦੱਸਿਆ, ਗੁਰਬਾਣੀ 'ਚ ਦੱਸਿਆ, ਸਭ ਸਿਖਾਲੀ ਉੱਠੀਆਂ ਹੁਣ ਉਹ ਆ ਹਲੀਮੀ ਰਾਜ ਹੀ ਉਹ। ਸੋ ਆਪਾਂ ਉਹਨੂੰ ਹਵਾ ਬਣਾ ਕੇ ਪੇਸ਼ ਕਰਨ ਡਏ ਹਾਂ। ਮਹਾਰਾਜ ਰਣਜੀਤ ਸਿੰਘ ਦੇ ਰਾਜ 'ਚ ਹਿੰਦੂ ਨਹੀਂ ਰਹਿੰਦੇ, ਮੁਸਲਮਾਨ ਨਹੀਂ ਰਹਿੰਦੇ, ਆਪਾਂ ਤਾਂ ਸਾਰੇ ਹੈਗੇ ਖੈਰ 10% ਖੈਰ 8 ਸੀ, ਅਤੇ ਬਾਕੀ ਸਾਰੀਆਂ ਉਹੀ ਕੌਮਾਂ ਸੀ, ਲੇਕਿਨ ਰਾਜ ਖਾਲਸੇ ਦਾ ਸੀ ਉੱਥੇ। ਔਰ ਸਾਰਿਆਂ ਨੇ ਕਿਸੇ ਨਾ ਕੋਈ ਧੱਕਾ ਨਹੀਂ, ਬਰਾਬਰੀ ਆਪਣੀ ਤਾਂ ਇਹ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ 'ਚੋਂ ਵਰਨਾ ਕੋ ਸਾਂਝਾ। ਔਰ ਇਸੇ ਤਰ੍ਹਾਂ ਹੀ ਆਪਣਾ ਜਿਹੜਾ ਹੈ ਚਾਰ ਦਰਵਾਜ਼ੇ ਰੱਖੇ ਸੀ ਦਰਬਾਰ ਸਾਹਿਬ ਦੇ, ਅਵਰਾਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ 'ਤੇ ਸਭ ਜਾ ਉਪਜਾ ਕੌਣ ਭਲੇ ਕੋ ਮੰਦੇ। ਕਿਸੇ ਧਰਮ ਕਿਸੇ ਮਜ਼ਹਬ ਦਾ ਦਰਬਾਰ ਸਾਹਿਬ ਆਈਂਦਾ ਅਤੇ ਸਾਰਿਆਂ ਨੂੰ ਵੈਲਕਮ ਆ। ਇਹ ਜਿਹੜੀ ਗੱਲ ਇਹ ਕਰਦੇ ਆ ਨਾ, ਦੂਜੀ ਕਰਦੇ ਆ ਉਹਦੇ 'ਚ ਅਸੀਂ ਕਰਦੇ ਹਾਂ, ਇੱਕ ਇਹੋ ਜਿਹਾ ਰਾਜ ਅਸੀਂ ਸਿਰਜਣਾ ਹੈ ਜਿੱਥੇ ਕਿਸੇ ਨਾਲ ਧੱਕਾ ਨਾ ਹੋਵੇ, ਜ਼ੁਲਮ ਨਾ ਹੋਵੇ, ਤਸ਼ੱਦਦ ਨਾ ਹੋਵੇ, ਨਸ਼ਾ ਨਾ ਹੋਵੇ, ਕਿਸੇ ਦੇ ਧਰਮ 'ਤੇ ਹਮਲਾ ਨਾ ਹੋਵੇ। ਮਹਾਰਾਜ ਰਣਜੀਤ ਸਿੰਘ ਦੇ ਰਾਜ 'ਚ ਵੀ ਇਹੋ ਕੁਛ ਸੀ, ਹਿੰਦੂਆਂ ਦੇ ਮੰਦਰ ਵੀ ਸੀ, ਮੁਸਲਮਾਨਾਂ ਦੇ ਵੀ ਮਰੇ ਸੀ, ਖਾਲਸੇ ਦਰਬਾਰ ਸਾਹਿਬ 'ਤੇ ਸੋਨਾ ਵੀ ਚੜ੍ਹਾਇਆ ਸੀ। ਟੌਲਾ ਅਤੇ ਲੌਂਗੋਵਾਲ ਨੇ ਗਦਾਰੀ ਕੀਤੀ ਫਿਰ ਪੰਥਰੇ ਨਾਲ। ਮੈਂ ਹੁਣ ਮੈਂ ਘੜੀ ਮੂੜੀ ਇਹ ਗੱਲਾਂ ਕਹਿੰਦਾ ਚੰਗਾ ਨਹੀਂ ਲੱਗਦਾ ਹੁਣ ਮੇਰਾ, ਉਹ ਵੀ ਇੱਕ ਸਟੇਟਸ ਵਾਲਾ ਬੰਦਾ ਹੈ, ਉਹ ਸਾਰੇ ਪੰਥ ਨੂੰ ਵੀ ਪਤਾ ਮੈਂ ਕੀ ਕਹਿਣਾ ਸਾਰੇ ਮੁਲਕ ਨੂੰ। ਹੁਣ ਅਗਲੀ ਰਣਨੀਤੀ ਕੀ ਹੈ ਭਾਈ ਮਨਜੀਤ ਸਿੰਘ ਹੋਣਾ ਦੀ? ਜੇਲ੍ਹਾਂ ਕੱਟੀਆਂ, ਸੰਤ ਪਰਿਵਾਰ ਤੋਂ ਸ਼ਹੀਦੀਆਂ ਹੋਈਆਂ, ਵੱਡੀ ਕੁਰਬਾਨੀ ਹੈ, ਅਕਾਲੀ ਦਲ ਵੀ ਤੁਸੀਂ ਛੱਡ ਦਿੱਤਾ, ਅਗਲੀ ਰਣਨੀਤੀ ਕੀ ਹੈ ਪੰਥ ਨੂੰ ਲੈ ਕੇ ਪੰਜਾਬ? ਦੇਖੋ ਇਹ ਮੇਰੀ ਤੁਸੀਂ ਵੱਖਰੀ ਇੱਕ ਇੰਟਰਵਿਊ ਕਰੋ ਅਤੇ ਮੈਂ ਉਹਦੇ 'ਚ ਦੱਸੂਗਾ ਹੁਣ ਇਹ। ਹੁਣ ਮੈਨੂੰ ਨਾ ਪੁੱਛੋ ਤਾਂ ਮੈਂ ਇੱਕ ਤਾਂ ਥੱਕਿਆ ਬੜਾ, ਠੀਕ ਹੈ ਜੀ, ਅਤੇ ਇੱਕ ਆਪਾਂ ਇਹਦੇ ਤਿਕਰੇ ਮੌਜੂਦ ਰਹਿਣ ਦੀ ਅੱਜ ਤੁਸੀਂ ਇੱਥੇ ਆਏ ਜੇ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਕਿੰਨਾ ਟਾਈਮ ਕੱਢਿਆ, ਗਰਮੀ 'ਚ ਬੈਠੇ ਜੇ, ਮੈਨੂੰ ਤਰਸ ਆਉਂਦਾ ਮੇਰੇ ਛੋਟੇ ਪੁੱਤਾਂ ਵਰਗਾ, ਵੀ ਮੇਰੇ ਪੁੱਤਾਂ ਵਰਗਾ ਤੁਸੀਂ ਵੀ, ਤੁਸੀਂ ਇੱਥੇ ਪੜ੍ਹ ਕੇ ਵੀ ਗਏ ਹੋ ਮਿਸ਼ਨਰੀ ਕਾਲ 'ਚੋਂ। ਸੋ ਇਹ ਮੈਂ ਸਮਝਦਾ ਇਹ ਇੱਕ ਆਪਾਂ ਚੈਪਟਰ ਵੱਖਰਾ ਰੱਖ ਲਈਏ ਹੁਣ, ਠੀਕ ਹੈ ਜੀ। ਹਾਂਜੀ, ਤੁਹਾਡਾ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਇਹ ਸੀ ਭਾਈ ਮਨਜੀਤ ਸਿੰਘ ਹੁਣੀ, ਜਿਨ੍ਹਾਂ ਦੇ ਪਰਿਵਾਰ ਦੀ ਵੱਡੀ ਕੁਰਬਾਨੀ ਹੈ ਸੰਤ ਪਰਿਵਾਰ ਦੇ ਵਿੱਚੋਂ, ਅਤੇ ਭਾਈ ਅਮਰੀਕ ਸਿੰਘ ਹੁਣਾਂ ਦੀ ਸਭ ਤੋਂ ਵੱਡੀ ਕੁਰਬਾਨੀ ਹੈ ਕਿ ਅਕਾਲ ਤਖਤ ਸਾਹਿਬ ਦੀ ਰਾਖੀ ਲਈ ਉਹਨਾਂ ਨੇ ਸ਼ਹੀਦੀ ਦਿੱਤੀ। ਇਸ ਪਰਿਵਾਰ ਦੇ ਉੱਤੇ ਬਹੁਤ ਸਾਰਾ ਤਸ਼ੱਦਦ ਵੀ ਹੋਇਆ, ਲੰਮਾ ਸਮਾਂ ਜੇਲ੍ਹਾਂ ਦੇ ਵਿੱਚ ਰਹੇ ਭਾਈ ਮਨਜੀਤ ਸਿੰਘ ਹੁਣੀ, ਤਾਂ ਇਕੱਲੀ ਇਕੱਲੀ ਗੱਲ ਉਹਨਾਂ ਦੱਸੀ ਆ ਉਸ ਵੇਲੇ ਦੇ ਚਸ਼ਮਦੀਦ ਗਵਾਹ ਨੇ। ਫਿਲਹਾਲ ਦਿਓ ਇਜਾਜ਼ਤ, ਕੈਮਰਾਮੈਨ ਜਗਰੂਪ ਸਿੰਘ ਦੇ ਨਾਲ ਅੰਤਰਪ੍ਰੀਤ ਸਿੰਘ ਖਹਿਰਾ, ਮੈਂ ਪੰਜਾਬੀ ਟੀਵੀ।